ਜੀ ਆਇਆਂ ਦੋਸਤੋ, ਪੰਜਾਬੀ ਮੰਚ ਲਾਈਵ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ। ਅੱਜ ਅਮਰੀਕਾ ਦੇ ਪੱਛਮੀ ਤੱਟ 'ਤੇ ਸਵੇਰ ਦੇ 7 ਵਜੇ ਨੇ। ਸਨ 2021, 12 ਜੂਨ ਅਤੇ ਦਿਨ ਸਨਿਚਰਵਾਰ ਹੈ। ਅੱਜ ਅਸੀਂ ਤੁਹਾਡੇ ਨਾਲ ਕਵੀ ਦਰਬਾਰ ਦੀ ਸਾਂਝ ਪਾਉਣ ਜਾ ਰਹੇ ਹਾਂ। ਇਹ ਕਵੀ ਦਰਬਾਰ ਧਾਰਮਿਕ ਕਵੀ ਦਰਬਾਰ ਹੈ, ਇਸ ਕਰਕੇ ਸਾਰੇ ਸੱਜਣਾਂ ਨੂੰ ਪਹਿਲਾਂ ਹੀ ਬੇਨਤੀ ਹੈ ਕਿ ਅੱਜ ਦੇ ਇਸ ਸਮਾਗਮ ਦੇ ਦੌਰਾਨ, ਕਿਉਂਕਿ ਅਸੀਂ ਇਹਨੂੰ ਕਵੀ ਦਰਬਾਰ ਧਾਰਮਿਕ ਕਵੀ ਦਰਬਾਰ ਦਾ ਨਾਂ ਦੇ ਦਿੱਤਾ, ਦੂਸਰੀਆਂ ਕਵਿਤਾਵਾਂ ਜਾਂ ਦੂਸਰੇ ਗੀਤ ਅੱਜ ਨਾ ਸ਼ੇਅਰ ਕੀਤੇ ਜਾਣ। ਧਾਰਮਿਕ ਦਾ ਮਤਲਬ ਇਹ ਹੈ ਵੀ ਕੋਈ ਜੁਝਾਰੂ ਗੀਤ ਵੀ ਚੱਲ ਸਕਦਾ, ਕੋਈ ਹਰਿਮੰਦਰ ਸਾਹਿਬ ਦੇ ਸਾਕੇ ਨਾਲ ਸੰਬੰਧਿਤ ਹੈ, ਇੱਦਾਂ ਦੇ ਜਿਹੜੇ ਹੈਗੇ ਆ ਧਰਮ ਨਾਲ ਸੰਬੰਧਿਤ, ਉਹ ਸਾਰੇ ਚੱਲਣਗੇ। ਚਾਹੇ ਕੋਈ ਕ੍ਰਿਸਚੈਨਿਟੀ ਨਾਲ ਸੰਬੰਧਿਤ ਹੋਵੇ, ਉਹ ਵੀ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ। ਚਾਹੇ ਹਜ਼ਰਤ ਮੁਹੰਮਦ ਨਾਲ ਸੰਬੰਧਿਤ ਹੋਵੇ, ਉਹ ਵੀ ਕੋਈ ਪ੍ਰੋਬਲਮ ਨਹੀਂ। ਕਹਿਣ ਦਾ ਮਤਲਬ ਧਾਰਮਿਕ ਗੀਤ ਹੋਣਾ ਚਾਹੀਦਾ, ਅਤੇ ਬਾਕੀ ਜਿਹੜੇ ਗੀਤ ਹੈ ਰੋਮਾਂਟਿਕ ਵਗੈਰਾ, ਉਹਨਾਂ ਤੋਂ ਅੱਜ ਗੁਰੇਜ਼ ਕਰਨਾ ਤੁਸੀਂ। ਸੋ ਹਾਂਜੀ, ਇੰਨੀ ਬੇਨਤੀ ਸਵੀਕਾਰ ਕਰਿਓ। ਬਾਕੀ ਹੁਣ ਮੈਂ ਮਾਈਕ ਬਿੰਦਰ ਕੋਲਿਆਂਵਾਲ ਦੇ ਹਵਾਲੇ ਕਰ ਰਿਹਾ, ਅਤੇ ਅਸੀਂ ਪੂਰੇ 9 ਵਜੇ ਪ੍ਰੋਗਰਾਮ ਸਮਾਪਤ ਕਰ ਦੇਵਾਂਗੇ ਮੇਰੇ ਟਾਈਮ ਦੇ ਮੁਤਾਬਕ ਪਾਉਣੇ, ਕਿਉਂਕਿ ਹੁਣ 7 ਵਜੇ ਨੇ। ਹਾਂਜੀ ਬਿੰਦਰ ਜੀ, ਬਹੁਤ ਡਿਲੇ ਨਹੀਂ ਕਰਦੇ, ਹੁਣ ਤੁਸੀਂ ਸਾਂਭੋ, ਆ ਜਾਓ। ਹਾਂਜੀ, ਸ਼ੁਕਰੀਆ ਕਵੀ ਜੀ। ਪੰਜਾਬੀ ਮੰਚ ਲਾਈਵ ਥੀਏਟਰ ਵੱਲੋਂ ਆਏ ਸਾਰੇ ਕਵੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜਿਹੜਾ ਜੂਨ ਦਾ ਮਹੀਨਾ ਇਹ ਸ਼ਹੀਦੀਆਂ ਦਾ ਮਹੀਨਾ ਗਿਣਿਆ ਜਾਂਦਾ, ਤੇ ਅੱਜ ਆਪਾਂ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਆਪਣੇ ਕਲਮ ਰਾਹੀਂ, ਆਪਣੇ ਜਜ਼ਬਾਤਾਂ ਰਾਹੀਂ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕਰਾਂਗੇ। ਅੱਜ ਦੇ ਕਵੀ ਦਰਬਾਰ ਦੀ ਸ਼ੁਰੂਆਤ ਕਰਦੇ ਇੱਕ ਚੰਦ ਲਾਈਨਾਂ ਦੇ ਨਾਲ, ਅਸੀਂ ਵਾਰ ਵਾਰ ਰਹੇ ਜਿੱਤਦੇ ਜਦ ਜਦ ਉਹਨਾਂ ਸਾਡੇ ਸਿਦਕ ਅਜਮਾਏ, ਅਸੀਂ ਵਾਰ ਵਾਰ ਰਹੇ ਜਿੱਤਦੇ ਜਦ ਜਦ ਉਹਨਾਂ ਸਾਡੇ ਸਿਰ ਅਜਮਾਏ, ਉਹ ਦੇਗਾਂ ਪਾਲਦੇ ਰਹੇ ਤੇ ਤੱਤੀਆਂ ਤੰਗੀਆਂ ਤੇ ਬਿਠਾ ਰੇਤਾ ਸੀਸ ਵਿੱਚ ਪਾਏ, ਕਦੀ ਜੰਗ ਨਾਲ ਬੰਨ ਕੇ ਸਾੜਦੇ ਰਹੇ ਤੇ ਕਦੀ ਰੇਲਾਂ ਨਾਲ ਕਟਾਏ, ਸਿੰਦਰ ਉਹ ਕੌਮ ਨੂੰ ਕਿਸੇ ਨੇ ਕੀ ਮਾਰਨਾ ਜਿਹੜੀ ਕੱਟੇ ਸੀਸ ਮੈਦਾਨੇ ਲੜ ਜਾਏ, ਜਿਹੜੀ ਮੈਦਾਨੇ ਅੱਜ ਦੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਅਮਰਨਾਥ ਆਜ਼ਾਦ ਜੀ। ਹਾਂਜੀ, ਅਮਰਨਾਥ ਆਜ਼ਾਦ ਜੀ ਬਾਰੇ ਮੈਂ ਥੋੜਾ ਜਿਹਾ ਉਹਨਾਂ ਦੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹਾਂਗਾ। ਹਾਂਜੀ, ਉਹਨਾਂ ਦੇ ਜਿਹੜੇ ਅਮਰਨਾਥ ਆਜ਼ਾਦ ਜੀ ਨੇ ਸਵਰਾਜ ਸਾਹਿਤ ਸਭਾ ਤਨਨ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਦੇ ਸਮੇਂ ਸਮੇਂ ਸਿਰ ਗੀਤ ਰਿਕਾਰਡ ਹੁੰਦੇ ਹੀ ਰਹਿੰਦੇ ਨੇ। ਇਹਨਾਂ ਦਾ ਇੱਕ ਕਾਲ ਸੰਗ੍ਰਹਿ ਮਲਵਲਾ ਕਮਲ ਵੀ ਪਬਲਿਸ਼ ਹੋ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦੀ ਇਹਨਾਂ ਦੇ ਹੋਰ ਕਾਲ ਸੰਗ੍ਰਹਿ ਜੋ ਕਿ ਪਬਲਿਸ਼ ਹੋਣਗੇ ਤੇ ਉਮੀਦ ਕਰਦੇ ਹਾਂ ਕਿ ਹਮੇਸ਼ਾ ਦੀ ਤਰ੍ਹਾਂ ਉਹ ਆਪਣਾ ਸਾਰੇ ਸਾਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦੀਆਂ ਦੇ ਇਸ ਗੁਜ਼ਰੇ ਦੌਰ ਦੇ ਵਿੱਚੋਂ ਮੈਂ ਇੱਕ ਛੋਟੀ ਜਿਹੀ ਰਚਨਾ ਪੰਜਾਬ ਦੇ ਹਾਲਾਤਾਂ ਤੇ ਲਿਖੀ ਹੈ। ਇਹ ਪੰਜਾਬ ਦੀ ਧਰਤੀ ਦੇ ਉੱਤੇ ਕਿਸ ਤਰ੍ਹਾਂ ਗੁਰੂਆਂ ਪੀਰਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਉਹਨਾਂ ਦੇ ਬਾਰੇ ਮੈਂ ਇੱਕ 4 ਲਾਈਨਾਂ ਲਿਖੀਆਂ, ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਜੀ। ਤਾਂ ਥੋੜਾ ਤਰੰਦਮ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਜੇ ਇਜਾਜ਼ਤ ਹੋਵੇ। ਦਰਦ ਕਹਾਣੀਆਂ ਗੱਲ ਜੇ ਕਰਾਂ ਮੈਂ ਕਦੇ ਸਿੱਖ ਇਤਿਹਾਸ ਦੀ, ਯਾਦ ਮੈਨੂੰ ਆਉਂਦੀ ਏ ਕਹਾਣੀ ਕੌਮ ਖਾਸ ਦੀ, ਕਹਾਣੀ ਕੌਮ ਖਾਸ ਦੀ। ਭਾਵੇਂ ਗੱਲਾਂ ਸਾਰੀਆਂ ਨੇ ਸਦੀਆਂ ਪੁਰਾਣੀਆਂ, ਲਿਖ ਗਿਆ ਕੋਈ ਲਹੂ ਨਾਲ ਮੇਰੀ ਇੱਕ ਉੱਤੇ ਦਰਦ ਕਹਾਣੀਆਂ, ਦਰਦ ਕਹਾਣੀਆਂ। ਅੰਨਿਆ ਜਨੂਨੀਆਂ ਕਵੀ ਤੇ ਰੱਬ ਰਾੜਤਾ, ਸੱਚ ਦਾ ਸਰੀਰ ਤੱਤੀ ਰੇਤ ਪਾ ਕੇ ਸਾੜਤਾ,
ਅਨਿਆਂ ਜਨੂਨੀਆਂ ਤਵੀ ਤੇ ਰੱਬ ਰਾੜਤਾ ਸੱਚ ਦਾ ਸਰੀਰ ਤੱਤੀ ਰੇਤ ਪਾ ਕੇ ਸਾੜਤਾ ਇੱਕੀ ਦੁੱਖੀ ਕੋਲੋਂ ਕਦੇ ਸੁਣੀਆਂ ਨਾ ਜਾਣੀਆਂ ਲਿਖ ਗਿਆ ਕੋਈ ਲਹੂ ਨਾਲ ਮੇਰੀ ਇੱਕ ਉੱਤੇ ਦਰਦ ਕਹਾਣੀਆਂ ਦਰਦ ਕਹਾਣੀਆਂ ਕੌਣ ਕਹਿੰਦਾ ਇੱਕ ਗੁਰੂ ਰਾਵੀ ਚ ਸਮਾਏ ਸੀ ਉਹ ਤਰਨ ਦੇ ਪਾਣੀ ਨੂੰ ਦਿਲਾਸਾ ਦੇਣ ਆਏ ਸੀ ਕੌਣ ਕਹਿੰਦਾ ਇੱਕ ਗੁਰੂ ਰਾਵੀ ਚ ਸਮਾਏ ਸੀ ਉਹ ਤਰਨ ਦੇ ਪਾਣੀ ਨੂੰ ਦਿਲਾਸਾ ਦੇਣ ਆਏ ਸੀ ਰੱਬ ਦੀ ਰਜ਼ਾ ਚ ਰਹਿ ਕੇ ਕਿੱਦਾਂ ਮੌਜਾ ਮਾਣੀਆਂ ਲਿਖ ਗਿਆ ਕੋਈ ਲਹੂ ਨਾਲ ਮੇਰੀ ਇੱਕ ਉੱਤੇ ਦਰਦ ਕਹਾਣੀਆਂ ਦਰਦ ਕਹਾਣੀਆਂ ਵਾਰ ਦਿੱਤਾ ਪਤੀ ਪੁੱਤ ਪੁੱਤਰ ਵੀ ਵਾਰ ਤੇ ਅੰਬਰ ਨੂੰ ਛੂੰਦੇ ਮਹਿਲ ਸਿੱਖੀ ਦੇ ਉਸਾਰ ਤੇ ਵਾਰ ਦਿੱਤਾ ਪਤੀ ਪੁੱਤ ਪੁੱਤਰ ਵੀ ਵਾਰ ਤੇ ਅੰਬਰਾਂ ਨੂੰ ਛੂੰਦੇ ਮਹਿਲ ਸਿੱਖੀ ਦੇ ਉਸਾਰ ਤੇ ਹਾਂ ਸਿੱਖੀ ਦੇ ਉਸਾਰ ਤੇ ਤੱਤੀਆਂ ਹਵਾਵਾਂ ਮਾਤਾ ਗੁਜਰੀ ਨੇ ਮਾਣੀਆਂ ਲਿਖ ਗਿਆ ਕੋਈ ਲਹੂ ਨਾਲ ਮੇਰੀ ਇੱਕ ਉੱਤੇ ਦਰਦ ਕਹਾਣੀਆਂ ਦਰਦ ਕਹਾਣੀਆਂ ਨਿੱਜਿਆਂ ਤੇ ਚਾਰ ਖੜੀਆਂ ਨਾ ਲਈਆਂ ਯਾਰੀਆਂ ਚੱਲ ਚੱਲ ਹੱਡਾਂ ਉੱਤੇ ਥੱਕ ਗਈਆਂ ਆਰੀਆਂ ਨਿੱਜਿਆਂ ਤੇ ਚਾਰ ਖੜੀਆਂ ਨਾ ਲਈਆਂ ਯਾਰੀਆਂ ਚੱਲ ਚੱਲ ਹੱਡਾਂ ਉੱਤੇ ਥੱਕ ਗਈਆਂ ਆਰੀਆਂ ਐਵੇਂ ਨੀ ਚਲਾਈਆਂ ਸਿੰਘਾਂ ਪਾਣੀ ਚ ਮਧਾਣੀਆਂ ਲਿਖ ਗਿਆ ਕੋਈ ਲਹੂ ਨਾਲ ਮੇਰੀ ਇੱਕ ਉੱਤੇ ਦਰਦ ਕਹਾਣੀਆਂ ਦਰਦ ਕਹਾਣੀਆਂ ਝੂਠ ਅਤੇ ਸੱਚ ਦਾ ਨਬੇੜਾ ਰੱਬ ਕਰਦਾ ਝੂਠ ਵਾਲਾ ਡੁੱਬੇ ਬੇੜਾ ਸੱਚ ਦਾ ਹੀ ਤਰਦਾ ਝੂਠ ਅਤੇ ਸੱਚ ਦਾ ਨਬੇੜਾ ਰੱਬ ਕਰਦਾ ਝੂਠ ਵਾਲਾ ਡੁੱਬੇ ਬੇੜਾ ਸੱਚ ਦਾ ਹੀ ਤਰਦਾ ਢੋ ਢੋ ਕੇ ਅੰਮ੍ਰਿਤ ਨਬਜਾਂ ਪਛਾਣੀਆਂ ਲਿਖ ਗਿਆ ਕੋਈ ਲਹੂ ਨਾਲ ਮੇਰੀ ਇੱਕ ਉੱਤੇ ਦਰਦ ਕਹਾਣੀਆਂ ਲਿਖ ਗਿਆ ਕੋਈ ਲਹੂ ਨਾਲ ਮੇਰੀ ਇੱਕ ਉੱਤੇ ਦਰਦ ਕਹਾਣੀਆਂ ਦਰਦ ਕਹਾਣੀਆਂ ਦਰਦ ਕਹਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਅੱਛਾ ਵੈਰੀ ਗੁੱਡ ਬਹੁਤ ਅਮਰਤ ਜੀ ਤੁਸੀਂ ਬਹੁਤ ਵਧੀਆ ਅੰਦਾਜ਼ ਵਿੱਚ ਅਧਿਆਪਕ ਹਨ ਤੇ ਇਹਨਾਂ ਨੇ ਬਹੁਤ ਮਤਲਬ ਬਹੁਤ ਥੋੜਾ ਚਿਰ ਹੋਇਆ ਕਿ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ ਇਹ ਵੀ ਸਾਡੇ ਧਰਮਿੰਦਰ ਸਿੰਘ ਤੁਹਾਡੀ ਕੈਟੇਗਰੀ ਚ ਆ ਗਿਆ ਜੀ ਦੋ ਹੋ ਗਿਆ ਤੁਸੀਂ ਹੁਣ ਦੋ ਖਰਬੂਜੇ ਹੋ ਗਏ ਰੰਗ ਫਾਇਦੇ ਵਾਲੇ ਅਸੀਂ ਉਮੀਦ ਕਰਦੇ ਹਾਂ ਕਿ ਜਦੋਂ ਵੀ ਲਿਖਣਗੇ ਭਾਵੇਂ ਥੋੜਾ ਲਿਖਣ ਪਰ ਵਧੀਆ ਸਮਾਜ ਨੂੰ ਸੇਧ ਦੇਣ ਵਾਲਾ ਤੇ ਪਰਮਾਤਮਾ ਦੇ ਭਾਗੇ ਵਿੱਚ ਰਹਿ ਕੇ ਲਿਖਣ ਤੇ ਇਹ ਵੀ ਇੱਛਾ ਉਮੀਦ ਕਰਦੇ ਨਾਲ ਹੀ ਅਰਦਾਸ ਵੀ ਪਰਮਾਤਮਾ ਅੱਗੇ ਕਰਦੇ ਕਿ ਇੱਕ ਚੰਗੇ ਕਵੀ ਬਣਨ ਹਰਜਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਮੈਂ ਜੋ ਅੱਜ ਦੀ ਰਚਨਾ ਹੈ ਉਸਦਾ ਜਿਹੜਾ ਨਾਮ ਹੈ ਉਹ ਦਰਦ 84 ਤੇ 84 ਦੇ ਬਾਰੇ ਕੁਛ ਬਿਆਨ ਕਰਨਾ ਚਾਹੁੰਦਾ ਤੇ ਉਸਦੇ ਵਿੱਚ ਅਗਰ ਕੁਛ ਮੇਰੇ ਤੋਂ ਕੁਛ ਗਲਤ ਲਿਖਿਆ ਹੋਵੇ ਤੇ ਮੈਨੂੰ ਮਾਫ਼ੀ ਦੇਣਾ ਮੈਨੂੰ ਅੱਗੇ ਰਾਹ ਤੇ ਪਾਉਣਾ ਜੀ ਠੀਕ ਹੈ ਜੀ ਦਰਦ 84 ਕਿੰਜ ਭੁੱਲ ਜਾ ਦਿੱਲੀ ਨੂੰ ਕੀਤੇ ਕੈਰ ਨਾਲ ਸਰਦਾਰਾਂ ਪਾ ਟੈਰ ਗਲਾਂ ਵਿੱਚ ਜੀ ਸਾੜੇ ਇੰਦਰਾ ਦੀ ਸਰਕਾਰਾਂ ਪਾ ਟੈਰ ਗਲਾਂ ਵਿੱਚ ਜੀ ਸਾੜੇ ਇੰਦਰਾ ਦੀ ਸਰਕਾਰ
ਲੈਲਾ ਬਈ ਬਦਲਾ ਜੀ, ਲੈਲਾ ਬਈ ਬਦਲਾ ਜੀ, ਰਹਿੰਦਾ ਜ਼ਹਿਰ ਤਨ ਵਿੱਚ ਭਰਿਆ, ਇੰਜ ਪੁਲਾ ਚੁਰਾਸੀ ਨੂੰ ਦੀਵਾ ਰਹਿੰਦਾ ਇੱਕ ਵਿੱਚ ਬਲਿਆ, ਇੰਜ ਪੁਲਾ ਚੁਰਾਸੀ ਨੂੰ ਦੀਵਾ ਰਹਿੰਦਾ ਇੱਕ ਵਿੱਚ ਬਲਿਆ, ਲਾ ਬਸਤਰ ਕਰਨ ਗਿਆ ਤੀਰੂ ਪਿਓ ਦੇ ਮੂਹਰੇ ਖੜਾਤਾ, ਲਾ ਬਸਤਰ ਕਰਨ ਗਿਆ ਤੀਰੂ ਪਿਓ ਦੇ ਮੂਹਰੇ ਖੜਾਤਾ, ਮੀਂਹ ਵਰਿਆ ਤੋਪਾਂ ਤੋਂ ਉਹਨਾਂ ਕਾਲ ਤਖਤ ਵੀ ਢਾਤਾ, ਮੀਂਹ ਵਰਿਆ ਤੋਪਾਂ ਤੋਂ ਉਹਨਾਂ ਕਾਲ ਤਖਤ ਵੀ ਢਾਤਾ, ਕਈਆਂ ਦੇ ਬੱਚਿਆਂ ਨੂੰ ਕਈਆਂ ਦੇ ਬੱਚਿਆਂ ਨੂੰ ਫੌਜਾਂ ਕੁੱਖ ਚ ਕਤਲ ਸੀ ਕਰਿਆ, ਕਿੰਜ ਫੁੱਲਾਂ ਚ ਰਾਤੀ ਨੂੰ ਦੀਵਾ ਰਹਿੰਦਾ ਇੱਕ ਵਿੱਚ ਬਲਿਆ, ਕਿੰਜ ਫੁੱਲਾਂ ਚ ਰਾਤੀ ਨੂੰ ਦੀਵਾ ਰਹਿੰਦਾ ਇੱਕ ਵਿੱਚ ਬਲਿਆ, ਕੱਢ ਛਾਤੀਆਂ ਮਾਵਾਂ ਦੀਆਂ ਬਨ ਕੇ ਬਾਲਾਂ ਤੋਂ ਲਟਕਾਇਆ, ਕੱਢ ਛਾਤੀਆਂ ਮਾਵਾਂ ਦੀਆਂ ਬਨ ਕੇ ਬਾਲਾਂ ਤੋਂ ਲਟਕਾਇਆ, ਨਾਲ ਪਲਾਸ ਦੇ ਨੋਂ ਖਿੱਚਤੇ ਮਿਰਚਾਂ ਜਖਮਾਂ ਤੇ ਸੀ ਪਾਇਆ, ਨਾਲ ਪਲਾਸ ਦੇ ਨੋਂ ਖਿੱਚਤੇ ਮਿਰਚਾਂ ਜਖਮਾਂ ਤੇ ਸੀ ਪਾਇਆ, ਕਿੰਜ ਦੱਸਾਂ ਨਾ ਦੱਸ ਸਕਾਂ, ਕਿੰਜ ਦੱਸਾਂ ਨਾ ਦੱਸ ਸਕਾਂ ਉਹਨਾਂ ਕਿਵੇਂ ਚੁਰਾਸੀ ਜਰਿਆ, ਕਿੰਜ ਫੁੱਲਾਂ ਚ ਰਾਸੀ ਨੂੰ ਦੀਵਾ ਰਹਿੰਦਾ ਇੱਕ ਵਿੱਚ ਬਲਿਆ, ਕਿੰਜ ਫੁੱਲਾਂ ਚ ਰਾਸੀ ਨੂੰ ਦੀਵਾ ਰਹਿੰਦਾ ਇੱਕ ਵਿੱਚ ਬਲਿਆ, ਅੱਲੜ ਮੌਤ ਸੀ ਕਈ ਤੁਰ ਗਏ ਨਾਹੀਂ ਲੋਥ ਕਿਸੇ ਹੱਥ ਆਈ, ਅੱਲੜ ਮੌਤ ਸੀ ਕਈ ਤੁਰ ਗਏ ਨਾ ਸੀ ਲੋਥ ਕਿਸੇ ਹੱਥ ਆਈ, ਮਾਮਾ ਦੇ ਪੁੱਤ ਮੋਏ ਨਾਹੀ ਲੱਭਣ ਪੈਣਾ ਨੂੰ ਪਾਈ, ਮਾਮਾ ਦੇ ਪੁੱਤ ਮੋਏ ਨਾਹੀ ਲੱਭਣ ਪੈਣਾ ਨੂੰ ਪਾਈ, ਉਹਨਾਂ ਪਵਿੱਤਰ ਸਰੋਵਰ ਵੀ ਉਹਨਾਂ ਪਵਿੱਤਰ ਸਰੋਵਰ ਵੀ ਨਾਲ ਸੀ ਉਹ ਖੂਨ ਦੇ ਭਰਿਆ, ਕਿੰਜ ਪੁਲਾਂ ਚ ਰਾਸੀ ਨੂੰ ਦੀਵਾ ਰਹਿੰਦਾ ਇੱਕ ਵਿੱਚ ਬਲਿਆ, ਕਿੰਜ ਪੁਲਾਂ ਚ ਰਾਸੀ ਨੂੰ ਦੀਵਾ ਰਹਿੰਦਾ ਇੱਕ ਵਿੱਚ ਬਲਿਆ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੂਬ ਦਰਦ ਬਿਆਨ ਕੀਤਾ ਚੁਰਾਸੀ ਦਾ ਰਜਿੰਦਰ ਸਿੰਘ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਉਹ ਕਹਿ ਰਹੇ ਕਿ ਕਰਮ ਨਵੀਂ ਹੈ ਪਰ ਨਹੀਂ, ਰੋੜਾ ਜੀ ਜੋ ਕਿ ਸਾਡੇ ਸ਼ਹਿਰ ਤੋਂ ਨੇ ਕਪੂਰਥਲਾ ਤੋਂ, ਅੱਛਾ ਜੀ, ਇਹਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਦੀ ਜੇ ਗੱਲ ਕਰੀਏ ਤਾਂ ਸ਼ਾਇਦ ਆਪਣਾ ਪ੍ਰੋਗਰਾਮ ਜਿਹੜਾ ਵਾ ਕੋਈ ਨੀ, ਇੱਕ ਦਿਨ ਇੰਟਰਵਿਊ ਕਰ ਲਵਾਂਗੇ, ਉਹ ਵੱਖਰਾ ਮੁਲਾਕਾਤ ਰੱਖਾਂਗੇ ਇੱਕ ਦਿਨ, ਉਸ ਦਿਨ 2 ਘੰਟੇ ਦੇ ਦੇਵਾਂਗੇ ਇਹਨਾਂ ਨੂੰ। ਹਿੰਦੀ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਕਿਤਾਬਾਂ ਪਬਲਿਸ਼ ਹੋ ਚੁੱਕੀਆਂ, ਹਾਂਜੀ, ਛੋਟਾ ਚਿਰ ਪਹਿਲਾਂ ਇਹਨਾਂ ਦਾ ਇੱਕ ਹਿੰਦੀ ਕਾਵਿ ਸੰਗ੍ਰਹਿ ਜੋ ਵੀ ਹੋਤਾ ਹੈ ਪਬਲਿਸ਼ ਹੋਇਆ ਸੀ, ਅੰਗਰੇਜ਼ੀ ਦੇ ਵਿੱਚ ਕਿਤਾਬਾਂ ਦਾ ਅਨੁਵਾਦ ਵੀ ਕੀਤਾ, ਹਿੰਦੀ ਦੇ ਵਿੱਚ ਕਿਤਾਬਾਂ ਦਾ ਅਨੁਵਾਦ ਵੀ ਕੀਤਾ, ਸਿਰਜਣਾ ਕੇਂਦਰ ਕਪੂਰਥਲਾ ਦੇ ਨਾਲ ਇਹ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਨੇ। ਇਹਨਾਂ ਨੇ ਸਿਰਜਣਾ ਦੇ ਨਕਸ਼, ਸਿਰਜਣਾ ਦੇ ਪੰਧ, ਅਦਬੀ ਲੋਅ ਤੇ ਸਿੱਧਾ ਰਾਹ ਸਿਵਿਆ ਨੂੰ ਜਾਵੇ ਦੀਆਂ ਕਵਿਤਾਵਾਂ ਵਿੱਚ ਲੇਖ ਸ਼ਬਦ ਇਹਨਾਂ ਵਿੱਚ ਲੰਮੀ ਇਹਨਾਂ ਦੇ ਸ਼ਬਦ ਆ ਰਹੇ ਨੇ। ਮੇਰੀ ਮੁਰਾਦ ਮੈਡਮ ਪ੍ਰਮਿਲਾ ਅਰੋੜਾ ਜੀ, ਸ਼ੁਕਰੀਆ ਬਿੰਦਰ ਜੀ। ਮੈਂ ਗੁਰਬਾਣੀ ਤੇ ਆਪਣੀ ਕਵਿਤਾ ਪੇਸ਼ ਕਰ ਰਹੀ ਹਾਂ। ਹਾਂਜੀ। ਨਾ ਇੰਟਰਨੈਟ, ਨਾ ਟੀਵੀ, ਨਾ ਚੈਨਲ, ਨਾ ਇੰਟਰਨੈਟ, ਨਾ ਟੀਵੀ, ਨਾ ਚੈਨਲ,
ਮੈਂ ਹੈਲੀਕਾਪਟਰ ਨਕਾਰ ਤੁਰਦੇ ਜਾ ਰਹੇ ਸਨ ਬਾਬੇ ਦੇ ਪੈਰ ਲਗਾਤਾਰ ਨਾ ਇੰਟਰਨੈਟ ਨਾ ਟੀਵੀ ਨਾ ਚੈਨਲ ਨਾ ਹੈਲੀਕਾਪਟਰ ਨਾ ਕਾਰ ਤੁਰਦੇ ਜਾ ਰਹੇ ਸਨ ਬਾਬੇ ਦੇ ਪੈਰ ਲਗਾਤਾਰ ਸੂਰਜ ਦੇ ਪ੍ਰਕਾਸ਼ ਵਿੱਚ ਤੇ ਦੀਵਿਆਂ ਦੀ ਲੋ ਵਿੱਚ ਸੂਰਜ ਦੇ ਪ੍ਰਕਾਸ਼ ਵਿੱਚ ਤੇ ਦੀਵਿਆਂ ਦੀ ਲੋ ਵਿੱਚ ਮਰਦਾਨੇ ਦੇ ਹੱਥ ਰਬਾਬ ਤੇ ਬਾਬੇ ਦੇ ਮਨ ਵਿੱਚ ਰਾਗ ਮਰਦਾਨੇ ਦੇ ਹੱਥ ਰਬਾਬ ਤੇ ਬਾਬੇ ਦੇ ਮਨ ਵਿੱਚ ਰਾਗ ਜਦੋਂ ਉਤਰੇ ਇਲਾਹੀ ਬਾਣੀ ਜਦੋਂ ਉਤਰੇ ਇਲਾਹੀ ਬਾਣੀ ਤਾਂ ਮਰਦਾਨਿਆ ਚੁੱਕ ਰਬਾਬ ਤੇ ਹਰਫ ਗੂੰਜ ਜਾਂਦੇ ਫਿਜ਼ਾਵਾਂ ਵਿੱਚ ਜਦੋਂ ਉਤਰੇ ਇਲਾਹੀ ਬਾਣੀ ਤਾਂ ਮਰਦਾਨਿਆ ਚੁੱਕ ਰਬਾਬ ਤੇ ਹਰਫ ਗੂੰਜ ਜਾਂਦੇ ਫਿਜ਼ਾਵਾਂ ਵਿੱਚ ਰਾਗਾਂ ਦੀ ਬੰਦਿਸ਼ ਸਿਰਜਦੇ ਅਲੌਕਿਕ ਬਾਣੀ ਤੇ ਹਰਫ ਗੂੰਜ ਜਾਂਦੇ ਫਿਜ਼ਾਵਾਂ ਵਿੱਚ ਰਾਗਾਂ ਦੀ ਬੰਦਿਸ਼ ਚ ਸਿਰਜਦੇ ਅਲੌਕਿਕ ਬਾਣੀ ਤੇ ਲਰਜ ਜਾਂਦੀ ਇੱਕ ਕਿਰਨ ਰੋਸ਼ਨੀ ਦੀ ਤੇ ਲਰਜ ਜਾਂਦੀ ਇੱਕ ਕਿਰਨ ਰੋਸ਼ਨੀ ਦੀ ਚੀਰ ਦਿੰਦੀ ਕੂੜ ਦੇ ਹਨੇਰੇ ਤੇ ਲਰਜ ਜਾਂਦੀ ਇੱਕ ਕਿਰਨ ਰੋਸ਼ਨੀ ਦੀ ਚੀਰ ਦਿੰਦੀ ਕੂੜ ਦੇ ਹਨੇਰੇ ਨੂੰ ਰੋਸ਼ਨ ਕਰਦੀ ਸੱਚ ਦਾ ਸੂਰਜ ਰੋਸ਼ਨ ਕਰਦੀ ਸੱਚ ਦਾ ਸੂਰਜ ਜੋ ਰਾਹ ਦਰਸਾਉਂਦਾ ਹੈ ਵਹਿਮਾਂ ਭਰਮਾਂ ਦੀ ਧੁੰਦ ਚੋਂ ਜੋ ਰਾਹ ਦਰਸਾਉਂਦਾ ਹੈ ਵਹਿਮਾਂ ਭਰਮਾਂ ਦੀ ਧੁੰਦ ਚੋਂ ਕਰਦਾ ਬੁਲੰਦ ਆਵਾਜ਼ ਜ਼ਾਲਮ ਜਾਬਰਾਂ ਦੇ ਖਿਲਾਫ ਕਰਦਾ ਬੁਲੰਦ ਆਵਾਜ਼ ਜ਼ਾਲਮ ਜਾਬਰਾਂ ਦੇ ਖਿਲਾਫ ਕੋਈ ਸੇਵ ਦੀ ਆਪਸ਼ਨ ਨਹੀਂ ਸੀ ਜੋ ਬੋਲਦੇ ਸੀ ਬਾਬਾ ਜੀ ਕੋਈ ਸੇਵ ਦੀ ਆਪਸ਼ਨ ਨਹੀਂ ਸੀ ਪਰ ਬਾਣੀ ਇਲਾਹੀ ਸੀ ਕੋਈ ਸੇਵ ਦੀ ਆਪਸ਼ਨ ਨਹੀਂ ਸੀ ਪਰ ਬਾਣੀ ਇਲਾਹੀ ਸੀ ਲੋਕਾਂ ਦੇ ਦਿਲਾਂ ਨੂੰ ਛੂ ਜੋ ਬਣ ਲੋਕ ਭਾਸ਼ਾ ਜਿਉਂਦੀ ਰਹੀ ਲੋਕਾਂ ਦੇ ਦਿਲਾਂ ਨੂੰ ਛੂ ਜੋ ਬਣ ਲੋਕ ਭਾਸ਼ਾ ਜਿਉਂਦੀ ਰਹੀ ਪੀੜ੍ਹੀ ਤੋਂ ਪੀੜ੍ਹੀ ਤੱਕ ਕਾਇਨਾਤ ਵਿੱਚ ਪੀੜ੍ਹੀ ਤੋਂ ਪੀੜ੍ਹੀ ਤੱਕ ਕਾਇਨਾਤ ਵਿੱਚ ਕਲਮਬੰਦ ਹੋਈ ਪੰਜੇ ਪਾਤਸ਼ਾਹੀ ਰਹੀ ਕਲਮਬੰਦ ਹੋਈ ਪੰਜੇ ਪਾਤਸ਼ਾਹੀ ਰਹੀ ਬਣ ਗਈ ਗੁਰੂ ਗ੍ਰੰਥ ਅੱਜ ਵੀ ਜਿਉਂਦੀ ਹੈ ਉਸਦੀ ਸ਼ਾਨ ਸਾਡਾ ਮਾਣ ਅੱਜ ਵੀ ਜਿਉਂਦੀ ਹੈ ਉਸਦੀ ਸ਼ਾਨ ਸਾਡਾ ਮਾਣ ਹੈ ਸਾਡਾ ਰਾਹ ਦਸੇਰਾ ਜੀਵਨ ਜਾਚ ਸਿਖਾਉਂਦਾ ਅੱਜ ਵੀ ਕਲਮਾਂ ਦੇ ਪੰਦੀ ਕਰਦੇ ਨੇ ਕੋਸ਼ਿਸ਼ ਅੱਜ ਵੀ ਕਲਮਾਂ ਦੇ ਪੰਦੀ ਕਰਦੇ ਨੇ ਕੋਸ਼ਿਸ਼ ਸਮਝਣ ਦੀ ਉਸਦੇ ਡੂੰਘੇ ਅਰਥ ਅੱਜ ਵੀ ਕਰਦੇ ਨੇ ਕਲਮਾਂ ਦੇ ਪੰਦੀ ਕੋਸ਼ਿਸ਼ ਸਮਝਣ ਦੀ ਉਸਦੇ ਡੂੰਘੇ ਅਰਥ ਜਿਸ ਵਿੱਚ ਉਗਮਦੇ ਨੇ ਨਵੇਂ ਗ੍ਰੰਥ ਜਿਸ ਵਿੱਚ ਉਗਮਦੇ ਨੇ ਨਵੇਂ ਗ੍ਰੰਥ ਤੇ ਫਿਰ ਸੌਂਪੇ ਜਾਂਦੇ ਹਨ ਲੁਕਾਈ ਦੀ ਭਲਾਈ ਵਿੱਚ ਸੋਚ ਨੂੰ ਨਵਿਆਉਣ ਲਈ ਉਸ ਇਲਾਹੀ ਦੀ ਬਾਣੀ ਵਿੱਚ ਉਤਰ ਫਿਰ ਸੌਂਪੇ ਜਾਂਦੇ ਹਨ ਲੁਕਾਈ ਦੀ ਭਲਾਈ ਲਈ ਸੋਚ ਦੀ ਸੋਚ ਨੂੰ ਨਵਿਆਉਣ ਲਈ ਉਸ ਇਲਾਹੀ ਬਾਣੀ ਚ ਉਤਰ ਅੰਮ੍ਰਿਤ ਚ ਗੋਤੇ ਲਾਉਣ ਲਈ ਉਸ ਇਲਾਹੀ ਬਾਣੀ ਚ ਉਤਰ ਅੰਮ੍ਰਿਤ ਚ ਗੋਤੇ ਲਾਉਣ ਲਈ ਵਾਹਿਗੁਰੂ ਜੀ ਕੀ ਫਤਿਹ ਵੈਰੀ ਗੁਡ ਬਹੁਤ ਗੁਰੂ ਮੈਡਮ ਜੀ ਵਧੀਆ ਗੁਰਬਾਣੀ ਦਾ ਉਚਾਰਨ ਕੀਤਾ ਤੁਸੀਂ ਆਪਣੇ ਨਾਲ ਜਿਹੜੇ ਅਗਲੇ ਸ਼ਹਿਰ ਨੇ ਉਹ ਸਾਡੇ ਇੱਥੇ ਇਟਲੀ ਤੋਂ ਹੀ ਨੇ ਅਰਵਿੰਦ ਸਿੰਘ ਜੀ ਜੀ ਤੇ ਉਹਨਾਂ ਦਾ ਜੇ ਸਾਹਿਤਕ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਸਾਹਿਤਕ ਪ੍ਰਾਪਤੀਆਂ ਵਿੱਚ ਉਹਨਾਂ ਨੇ ਵਾਰਤ ਹੀ ਕੀਤੀ ਸੁੰਦਰੀ ਕਾਵਿ ਸੰਗ੍ਰਹਿ ਸ਼ਬਦਾਂ ਦੇ ਹਾਰ ਤੇ ਹੋਰ ਸਾਂਝੇ ਕਾਵਿ ਸੰਗ੍ਰਹਿ ਸਾਂਝ ਸਫ਼ਾ ਸਾਂਝ ਸੁਨੇਹੇ ਸੁਗੰਧੀਆਂ ਕਲਮ ਕਲਮ ਖੁਸ਼ਬੂ ਕਲਮਾਂ ਦੇ ਕਾਵਿ ਦੇ ਅੱਖਰ ਅੱਖਰ ਅਹਿਸਾਸ ਮੈਗਜ਼ੀਨਾਂ ਰਹੇ ਦਸੇਰਾ
ਤੇ ਆਨਲਾਈਨ ਵੀ ਕਵਿਤਾਵਾਂ ਨਾਲ ਤਕਰੀਬਨ ਛਪਦੀਆਂ ਰਹਿੰਦੀਆਂ। ਇਸ ਦੇ ਨਾਲ ਨਾਲ ਉਹਨਾਂ ਨੇ ਕਈ ਪੁਸਤਕਾਂ ਦੇ ਮੁੱਖ ਬੰਦ ਤੇ ਕਈ ਪੁਸਤਕਾਂ ਦੇ ਰਿਵਿਊ ਲਿਖੇ ਨੇ ਤੇ ਜੋ ਜਿਹੜੇ ਇੱਕ ਹੈਗੇ ਗੁਰਦਾਸਪੁਰ ਦੀ ਮਹਿਰਮ ਸਦਰ ਸਭਾ ਦੇ ਸਰਪ੍ਰਸਤ ਵੀ ਮੌਕੇ ਦੇ ਹਨ ਸਰਦਾਰ ਵੀਰ ਸਿੰਘ ਜੀ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਆਪਣੀ ਰਚਨਾ ਦੇ ਨਾਲ ਸਾਂਝ ਪਾਉਣ। ਤੁਸੀਂ ਆਪਣਾ ਮੈਕ ਪਹਿਲਾਂ ਔਨ ਕਰ ਲੈਣਾ ਜੀ। ਮੈਂ ਹੀ ਬੰਦ ਕੀਤਾ ਸੀ ਕਿਉਂਕਿ ਡਿਸਟਰਬੈਂਸ ਥੋੜ੍ਹੀ ਜਿਹੀ ਆ ਰਹੀ ਸੀ। ਉਹ ਕਈ ਹੋ ਗਿਆ ਹੋ ਗਿਆ ਹੋ ਗਿਆ ਪੰਜਾਬ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਇਹ ਅੱਜ ਦੀ ਮੇਰੀ ਰਚਨਾ ਜਿਹੜੀ ਹੈ ਸਮਰਪਿਤ ਹੈ। ਬਾਕੀ ਇਸ ਤੋਂ ਪਹਿਲਾਂ ਅੱਜ ਦੇ ਦਿਨ ਬਾਰੇ ਬਹੁਤ ਕੁਛ ਕਿਹਾ ਗਿਆ, ਜੋ ਵੀ ਕਿਹਾ ਗਿਆ ਨਾ ਇਹ ਬਹੁਤ ਥੋੜ੍ਹਾ ਹੈ। ਇਤਿਹਾਸ ਬਹੁਤ ਲੰਮਾ ਹੈ। ਸ਼ਹੀਦੀਆਂ ਦੀ ਵਾਰਤਾ ਅਮੁੱਖ ਹੈ। ਇੱਕ ਮਿਸਾਲ ਦੇ ਤੌਰ ਤੇ ਇੱਕ ਤੁਸੀਂ ਦੀ ਰਚਨਾ ਜਿਹੜੀ ਹੈ ਮੈਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਬਾਰੇ ਸ਼ਹੀਦੀ ਬਾਰੇ ਪੇਸ਼ ਕਰ ਰਿਹਾ, ਜ਼ਰਾ ਸੁਣਨਾ। ਅਨੋਖੀ ਜਿਸ ਸ਼ਹਾਦਤ ਦੀ ਅਨੋਖੀ ਇਸ ਸ਼ਹਾਦਤ ਦੀ ਜਦੋਂ ਵੀ ਯਾਦ ਆਉਂਦੀ ਹੈ ਕਲਮ ਹੈ ਸਿਸਕੀਆਂ ਭਰਦੀ ਜਦੋਂ ਇਹ ਵਕਤ ਪਾਉਂਦੀ ਹੈ। ਮੌਸਮ ਗਰਮੀ ਆ ਗਿਆ ਸੀ ਤਰਗ ਦੀ ਧੁੱਪ ਸੀ ਡਾਢੀ ਤਵੀ ਦੇ ਹੇਠ ਭਾਂਬੜ ਸੀ ਭੜਕਦੀ ਅੱਗ ਸੀ ਡਾਢੀ ਟੋਕਰਾ ਮਾਰ ਬੈਠਾ ਸੀ ਰਬੀ ਰਜ਼ਾ ਦੇ ਅੰਦਰ ਸੀ ਕੈਸਾ ਹੋ ਰਿਹਾ ਤਾਰਾ ਜ਼ਹਿਰੀ ਫਿਜ਼ਾ ਦੇ ਅੰਦਰ ਤਸੀਹੇ ਦੇਣ ਵਾਲੇ ਉਸ ਜ਼ਾਲਮ ਹੁਕਮਰਾਨ ਦੀ ਸੋਚਾਂ ਤਸੀਹੇ ਦੇਣ ਵਾਲੇ ਉਸ ਜ਼ਾਲਮ ਹੁਕਮਰਾਨ ਦੀ ਸੋਚਾਂ ਜਬਰ ਤੇ ਸਬਰ ਦੀ ਸੋਚਾਂ ਬੁਰੇ ਫਰਮਾਨ ਦੀ ਸੋਚਾਂ ਕਿਹੜੇ ਪਾਪ ਦੇ ਬਦਲੇ ਜਾਂ ਕਿਹੜੇ ਜੁਰਮ ਦੇ ਬਦਲੇ ਤੁਸੀਂ ਇਹ ਦੇ ਰਿਹਾ ਜਾਵਰ ਸੀ ਕਿਹੜੇ ਜੁਰਮ ਦੇ ਬਦਲੇ ਉਹਦੀ ਬਾਣੀ ਚ ਮਿੱਠਤ ਸੀ ਉਹਦੀ ਬਾਣੀ ਠੰਡਕ ਸੀ ਉਹਦੀ ਬਾਣੀ ਚ ਮਿੱਠਤ ਸੀ ਉਹਦੀ ਬਾਣੀ ਚ ਠੰਡਕ ਸੀ ਮਨਾਂ ਨੂੰ ਠਾਰਦੀ ਰਹਿੰਦੀ ਸਾਂਝੇ ਬੋਲ ਸਭਨਾਂ ਲਈ ਸਭ ਨੂੰ ਤਾਰਦੀ ਰਹਿੰਦੀ ਮੀਆਂ ਮੀਰ ਨੇ ਟਕਿਆ ਮੀਆਂ ਮੀਰ ਨੇ ਟਕਿਆ ਕਟਾਈ ਮਾਝੇ ਰੋਇਆ ਮੀਆਂ ਮੀਰ ਨੇ ਟਕਿਆ ਕਟਾਈ ਮਾਝੇ ਰੋਇਆ ਮੇਰੇ ਮੌਲਾ ਮੇਰੀ ਤੋਬਾ ਮੇਰੇ ਮੌਲਾ ਮੇਰੀ ਤੋਬਾ ਇੱਕ ਐਸਾ ਕਹਿਰ ਹੈ ਹੋਇਆ ਰੱਬ ਦੀ ਬੰਦਗੀ ਵਾਲਾ ਖੁਦਾ ਦੀ ਬੰਦਗੀ ਵਾਲਾ ਬਤਾਇਆ ਜਾ ਰਿਹਾ ਹੈ ਕਿਉਂ ਜਾਨਵਰ ਰਾਜ ਦਾ ਝੰਡਾ ਝੁਲਾਇਆ ਜਾ ਰਿਹਾ ਹੈ ਰੱਬ ਦੀ ਬੰਦਗੀ ਵਾਲਾ ਬਤਾਇਆ ਜਾ ਰਿਹਾ ਹੈ ਕਿਉਂ ਜਾਨਵਰ ਰਾਜ ਦਾ ਝੰਡਾ ਝੁਲਾਇਆ ਜਾ ਰਿਹਾ ਹੈ ਕਿਉਂ ਐਸਾ ਦਰਬਾਰ ਢਹਿ ਜਾਵੇ ਦਰੋ ਦਰਬਾਰ ਢਹਿ ਜਾਵੇ ਐਸਾ ਦਰਬਾਰ ਢਹਿ ਜਾਵੇ ਦਰੋ ਦੀਵਾਰ ਢਹਿ ਜਾਵੇ ਜਬਰ ਕਰਨ ਵਾਲੇ ਦੀ ਮਾੜੀ ਸਰਕਾਰ ਢਹਿ ਜਾਵੇ
ਜਿਸ ਨੂੰ ਅਸੀਂ ਛਾਲਿਆਂ ਭਰਿਆ ਕਹਿੰਦੀਆਂ ਗੱਲਾਂ ਨੇ ਸੁਣਦੀਆਂ ਗੱਲਾਂ ਨੇ ਜਬਰ ਤੇ ਸਬਰ ਦਾ ਮੁਕਾਬਲਾ ਜਿਹੜਾ ਨਾ ਬੜਾ ਔਖਾ ਸੀ ਜਿਸ ਨੂੰ ਅਸੀਂ ਛਾਲਿਆਂ ਭਰਿਆ ਪਰ ਨੂਰ ਨੂਰ ਸੀ ਤੇਰਾ ਜਿਸਮ ਸੀ ਛਾਲਿਆ ਭਰਿਆ ਪਰ ਨੂਰ ਨੂਰ ਸੀ ਮੁਕੜਾ ਕਿਸੇ ਤਬਰੇਜ ਤੋਂ ਵੱਖਰਾ ਅਜਬ ਮਨਸੂਰ ਤੋਂ ਵੱਖਰਾ ਜਿਸਮ ਸੀ ਛਾਲਿਆ ਭਰਿਆ ਪਰ ਨੂਰ ਨੂਰ ਸੀ ਮੁਕੜਾ ਕਿਸੇ ਤਬਰੇਜ ਤੋਂ ਵੱਖਰਾ ਅਜਬ ਮਨਸੂਰ ਤੋਂ ਵੱਖਰਾ ਕਿਸੇ ਉਸਾ ਈਸਾ ਤੁਸੀਂ ਵੱਖਰਾ ਕਿਸੇ ਕੋਈ ਤੂਰ ਤੂੰ ਵੱਖਰਾ ਕੋਈ ਚੰਨ ਮਨਾਇਆ ਸੀ ਕੋਈ ਚੰਨ ਮਨਾਇਆ ਸੀ ਜਾਂ ਕੋਈ ਤੂਰ ਤੂੰ ਵੱਖਰਾ ਜਿਤਾ ਕੇ ਸੱਚ ਨੂੰ ਤੁਰਿਆ ਜਿਤਾ ਕੇ ਸੱਚ ਨੂੰ ਤੁਰਿਆ ਤੁਰਿਆ ਹਰਾ ਕੇ ਕੂੜ ਨੂੰ ਤੁਰਿਆ ਜਿਤਾ ਕੇ ਸੱਚ ਨੂੰ ਤੁਰਿਆ ਹਰਾ ਕੇ ਕੂੜ ਨੂੰ ਤੁਰਿਆ ਨਵਾਂ ਕੋਈ ਸਿੱਧ ਕੇ ਤੁਰਿਆ ਮਿਟਾ ਕੇ ਧੂੜ ਨੂੰ ਜਿਤਾ ਕੇ ਸੱਚ ਨੂੰ ਤੁਰਿਆ ਹਰਾ ਕੇ ਕੂੜ ਨੂੰ ਤੁਰਿਆ ਨਵਾਂ ਕੋਈ ਸਿੱਧ ਕੇ ਤੁਰਿਆ ਮਿਟਾ ਕੇ ਧੂੜ ਨੂੰ ਤੁਰਿਆ ਤੇ ਹਾਕੀ ਜਿਸਮ ਦਾ ਪੁਤਲਾ ਹਵਾਲੇ ਕਰ ਗਿਆ ਰਾਵੀ ਉਹ ਖਾਕੀ ਜਿਸਮ ਦਾ ਪੁਤਲਾ ਹਵਾਲੇ ਕਰ ਗਿਆ ਰਾਵੀ ਜਬਰ ਤੇ ਜ਼ੁਲਮ ਤੇਰੀ ਦੀ ਲਿਖਿਆ ਰਹੇਗੀ ਮਨਾਂ ਤੇ ਹਾਵੀ ਜਬਰ ਤੇ ਜ਼ੁਲਮ ਦੀ ਲਿਖਿਆ ਰਹੇਗੀ ਇਹ ਮਨਾਂ ਤੇ ਹਾਵੀ ਸ਼ਹਾਦਤ ਅੱਜ ਪੇ ਵੱਖਰੀ ਇਸਦਾ ਮੁੱਲ ਪਾਉਣਾ ਕਿਸ ਸ਼ਹਾਦਤ ਅੱਜ ਪੇ ਵੱਖਰੀ ਇਸਦਾ ਮੁੱਲ ਪਾਉਣਾ ਕਿਸ ਤੇਰਾ ਰੁਤਬਾ ਬੜਾ ਉੱਚਾ ਸਰਤਾਜ ਕਹਿ ਦਿੰਦੇ ਹਾਂ ਮੇਰੇ ਲਈ ਮੇਰੀ ਸੂਲ ਦੇ ਮੁਤਾਬਕ ਸ਼ਹੀਦਾਂ ਦੇ ਸਰਤਾਜ ਉੱਚਾ ਰੁਤਬਾ ਸੀ ਗੁਰੂ ਸਾਹਿਬ ਦਾ ਫਿਰ ਵੀ ਉੱਚੀ ਜਾਂ ਕੀ ਗੱਲ ਕਹਾਂਗਾ ਤੇਰਾ ਰੁਤਬਾ ਬੜਾ ਉੱਚਾ ਇਸਦੀ ਤੁਲ ਪਾਉਣਾ ਕਿਸ ਤੇਰਾ ਰੁਤਬਾ ਬੜਾ ਉੱਚਾ ਇਸਦੀ ਤੁਲ ਪਾਉਣਾ ਕਿਸ ਸ਼ਹਾਦਤ ਕਰਾਉਂਦੇ ਹੁੰਦੇ ਤੇ ਹੁੰਦੇ ਜਬਰ ਦੇ ਹੁੰਦੇ ਬਦਲੇ ਸਦਾ ਡਟ ਕੇ ਖਲੋ ਜਾਣਾ ਹਰ ਇਨਸਾਫ ਦੇ ਬਦਲੇ ਸਿਖਾਇਆ ਕਿਸ ਤਰ੍ਹਾਂ ਸੀ ਤੂੰ ਕਿਵੇਂ ਮੁੜ ਤਾਰਨਾ ਪੈਂਦਾ ਸ਼ਹਾਦਤ ਕਰਾਉਂਦੇ ਹੁੰਦੇ ਜਬਰ ਦੇ ਬਦਲੇ ਸਦਾ ਡਟ ਕੇ ਖਲੋ ਜਾਣਾ ਹਰ ਇਨਸਾਫ ਦੇ ਬਦਲੇ ਸਿਖਾਇਆ ਕਿਸ ਤਰ੍ਹਾਂ ਹੈ ਤੂੰ ਕਿਵੇਂ ਮੁਲਤਾਰਨਾ ਪੈਂਦਾ ਤੇ ਇੱਜ਼ਤ ਆਬਰੂ ਖਾਤਰ ਆਪਾਂ ਵਾਰਨਾ ਪੈਂਦਾ ਕਿਸ ਤਰ੍ਹਾਂ ਮੈਂ ਸਿੱਧੂ ਕਿਵੇਂ ਮੁਲਤਾਰਨਾ ਪੈਂਦਾ ਤੇ ਇੱਜ਼ਤ ਆਬਰੂ ਬਦਲੇ ਆਪਾਂ ਵਾਰਨਾ ਪੈਂਦਾ ਕਦੇ ਜੀ ਨਾ ਭੁੱਲੇ ਬੁਲਾਏਗੀ ਸ਼ਹਾਦਤ ਪਾਵੇ ਤੇਰੀ ਕਦੇ ਵੀ ਨਾ ਭੁਲਾਏਗੀ ਸ਼ਹਾਦਤ ਕੌਮ ਹੈ ਤੇਰੀ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਵਿਰਾਸਤ ਅਮਰੀ ਤੇਰੀ ਕਦੇ ਵੀ ਨਾ ਭੁਲਾਏਗੀ ਕਦੇ ਵੀ ਨਾ ਭੁਲਾਏਗੀ ਸ਼ਹਾਦਤ ਕੌਮ ਹੈ ਤੇਰੀ ਪੰਚਮ ਪਾਤਸ਼ਾਹ ਗੁਰੂ ਅਰਜਨ ਵਿਰਾਸਤ ਅਮਰ ਤੇਰੀ ਵਿਰਾਸਤ ਅਮਰੀ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਧੀਆ ਢੰਗ ਨਾਲ ਭਜਵੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਤੁਸੀਂ ਬਿਆਨ ਕੀਤਾ ਬੀਰ ਸਿੰਘ ਬਹੁਤ ਬਹੁਤ ਸ਼ੁਕਰੀਆ ਤੇ ਆਪਣੇ ਨਾਲ ਇਸ ਵਕਤ ਜੋਗਿੰਦਰ ਸਿੰਘ ਜੀ ਮੁਕਤਾ ਹਰਿਆਣਾ ਤੋਂ ਤੇ ਮੰਗਤ ਰਾਮ ਜੀ ਜੁੜ ਚੁੱਕੇ ਨੇ ਮੰਗਤ ਰਾਮ ਜੀ ਤੁਸੀਂ ਆਪਣਾ ਕੈਮਰਾ ਆਨ ਕਰ ਲਿਓ ਤੇ ਆਪਾਂ ਹੁਣ ਜੋ ਸਾਹਿਬ ਨੂੰ ਸੱਦਾ ਦੇ ਪੈ ਰਹੇ ਇਹਨਾਂ ਦਾ ਵੀ ਜਿਹੜਾ ਇਤਿਹਾਸ ਆ ਜਾਣਕਾਰੀ ਸਾਂਝੀ ਕਰ ਲੈਣੇ
ਮਲਕੀ ਚੋਰ ਜੀ ਜੋ ਜਿਨ੍ਹਾਂ ਦੀ ਝੋਲੀ ਚ ਅਨੇਕਾਂ ਹੀ ਮਾਨ ਸਨਮਾਨ ਪਏ ਹਨ ਜੇਕਰ ਇਹਨਾਂ ਦੇ ਪਬਲਿਸ਼ ਹੋਈਆਂ ਪੁਸਤਕਾਂ ਦੀ ਗੱਲ ਕਰੀਏ ਤਾਂ ਹੁਣ ਤੱਕ 8 ਪੁਸਤਕਾਂ ਪਬਲਿਸ਼ ਹੋ ਚੁੱਕੀਆਂ ਹਨ ਜਿਵੇਂ ਕਿ ਸੋਹਲ ਦੇ ਗੀਤ ਭਾਗ 1 ਭਾਗ 2 ਮਗ ਦੇ ਅੱਖਰ ਮਹਿਰਮ ਦਿਲਾਂ ਦੇ ਸੱਜਣਾ ਬਾਜ ਹਨੇਰਾ ਸ਼ਹੀਦ ਬੀਬੀ ਸੁੰਦਰੀ ਕੁਲਵੰਤ ਬਸੰਤੀ ਸੁਨਵੇਂ ਸੱਜਣਾ ਤੇ ਇਹਨਾਂ ਦੇ ਨਾਲ ਨਾਲ ਮੈਗਜ਼ੀਨਾਂ ਵਿੱਚ ਹਾਜ਼ਰੀ ਲਗਾਤਾਰ ਲੱਗਦੀ ਰਹਿੰਦੀ ਹੈ ਸਭਾ ਗੁਰਦਾਸਪੁਰ ਦੇ ਮੌਜੂਦਾ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ ਤੇ ਮੇਰੀ ਗੁਜ਼ਾਰਿਸ਼ ਹੈ ਕਿ ਮਲਕੀਤ ਸੋਰ ਜੀ ਆਪਣੀ ਰਚਨਾ ਦੇ ਨਾਲ ਹਾਜ਼ਰੀ ਪਵਾਉਣ ਮਲਕੀਤ ਸੋਰ ਜੀ ਹਾਂਜੀ ਆਓ ਸੋਰ ਜੀ ਗੁਰੂ ਗੋਬਿੰਦ ਸਿੰਘ ਜੀ ਵੱਲ ਸਮਿਸ਼ਟ ਦਾ ਕਵੀ ਵਾਲੇ ਵੱਲ ਜਾ ਰਿਹਾ ਮੋਹਣਾ ਜੀ ਬਿੰਦਰ ਸਾਹਿਬ ਅਨੰਦਪੁਰ ਸ਼ਹਿਰ ਦੀ ਸ਼ਾਨ ਸੀ ਗੋਬਿੰਦ ਸਿੰਘ ਸਿਰ ਦਿੱਤੇ ਸਿਰਾਂ ਦੀ ਜਾਨ ਸੀ ਗੋਬਿੰਦ ਸਿੰਘ ਅਨੰਦਪੁਰ ਸ਼ਹਿਰ ਦੀ ਸ਼ਾਨ ਸੀ ਗੋਬਿੰਦ ਸਿੰਘ ਸਿਰ ਦਿੱਤੇ ਸਿਰਾਂ ਦੀ ਜਾਨ ਸੀ ਗੋਬਿੰਦ ਸਿੰਘ ਉਹ ਘੋਰ ਸਵਾਰ ਧਨੀ ਤੀਰ ਤਲਵਾਰ ਦਾ ਸਮਾਜਵਾਦੀ ਸੂਰਬੀਰ ਵਿਦਵਾਨ ਬੜਾ ਸੀ ਉਹ ਜਗ ਚ ਮਹਾਨ ਇਨਸਾਨ ਸੀ ਗੋਬਿੰਦ ਸਿੰਘ ਲੱਜਿਆਂ ਦੀ ਲੱਜ ਬੇਪੱਤਿਆਂ ਦੀ ਪੱਤ ਸੀ ਉਹ ਨੁਕਤਾ ਦੀ ਮਾਂ ਦੀ ਪਛਾਣ ਸੀ ਗੋਬਿੰਦ ਸਿੰਘ ਅਨੰਦਪੁਰ ਸ਼ਹਿਰ ਦੀ ਸ਼ਾਨ ਸੀ ਗੋਬਿੰਦ ਸਿੰਘ ਮਹਾਨ ਸੀ ਗੋਬਿੰਦ ਸਿੰਘ 1699 ਉਹ ਸਾਖੀ ਤੇ ਚਲਾਇਆ ਸੁਨੰਦਪੁਰ ਕੇਸਰੀ ਸ਼ਾਮ ਸੀ ਗੋਬਿੰਦ ਅੱਖਾਂ ਚ ਹੰਝੂ ਕਦੇ ਚੱਲਿਆ ਨਾ ਜ਼ਿੰਦਗੀ ਚ ਪੰਜ ਪਰਵਾਨ ਹੋਏ ਪੰਜ ਹੀ ਪਿਆਰੇ ਸਾਚੇ ਖਾਲਸੇ ਦਾ ਕੀਤਾ ਨਿਰਮਾਣ ਸੀ ਗੋਬਿੰਦ ਸਿੰਘ ਸਾਰਾ ਸਰਪੰਚ ਨੇ ਜਾਲਮਾਂ ਤੋਂ ਜੁਰਮ ਤੋਂ ਅੱਜ ਤੱਕ ਕੌਮ ਮੁਕਤ ਹੋਇਆ ਹੈ ਸਾਂਝ ਸੀ ਗੋਬਿੰਦ ਪੰਜ ਪਰਵਾਨ ਹੋਏ ਪੰਜ ਹੀ ਪਿਆਰੇ ਸਾਚੇ ਖਾਲਸੇ ਦਾ ਕੀਤਾ ਨਿਰਮਾਣ ਸੀ ਗੋਬਿੰਦ ਸਿੰਘ ਸਾਰਾ ਸਰਪੰਚ ਨੇ ਕੌਮ ਤੇ ਹੋਇਆ ਅਹਿਸਾਨ ਸੀ ਗੋਬਿੰਦ ਸਿੰਘ ਬਹੁਤ ਬੜੇ ਮਾਣ ਨਾਲ ਸਾਰੇ ਅੱਜ ਆਖਦੇ ਨੇ ਸੋਹਣ ਬੜੇ ਮਾਣ ਨਾਲ ਸਾਰੇ ਅੱਜ ਆਖਦੇ ਨੇ ਸੰਤ ਸਿਪਾਹੀ ਵਿਦਵਾਨ ਸੀ ਗੋਬਿੰਦ ਸਿੰਘ ਆਪਣੇ ਨਾਲ ਹੁਣ ਗੁਰਮੀਤ ਸਿੰਘ ਇਟਲੀ ਤੋਂ ਵੀ ਜੁੜ ਚੁੱਕੇ ਨੇ ਜੀ ਆਇਆਂ ਨੂੰ ਗੁਰਮੀਤ ਸਿੰਘ ਜੀ ਜਿਹੜੇ ਇਹਨਾਂ ਦੇ ਆਪਾਂ
ਸਾਹਿਤਕ ਸਫ਼ਰ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੇ ਹੁਣ ਤੱਕ ਕਾਵਿ ਸੰਗ੍ਰਹਿ ਲਿਖੀ ਮਹਿਕ ਮੁਹੱਬਤ ਵਾਲੀ ਮੁਕਤਾ ਕਾਵਿ ਕਿਰਨਾ ਸਰਗਮ ਅਤੇ ਪਵਿੱਤਰ ਸੋਚ ਤੇ ਹੁਣ ਜਿਹੜੀ ਪ੍ਰੈਸ ਦੇ ਅਧੀਨ ਨਵੀਂ ਪਬਲਿਸ਼ ਹੋ ਰਹੀ ਕਿਤਾਬ ਹਾਣੀ ਬਹੁਤ ਜਲਦੀ ਇਹਨਾਂ ਪਾਠਕਾਂ ਦੇ ਹੱਥਾਂ ਵਿੱਚ ਹੋਏਗੀ। ਅਨਮਿਊਟ ਕਰੋ। ਹੋ ਗਿਆ ਨਹੀਂ ਹੋਇਆ। ਉਹ ਨਹੀਂ ਮੈਂ ਕੋਸ਼ਿਸ਼ ਮੈਂ ਉਹੀ ਕੋਸ਼ਿਸ਼ ਕਰ ਰਿਹਾ ਪਰ ਹੋ ਰਿਹਾ ਨਹੀਂ। ਤੁਹਾਡਾ ਬੈਂਕ ਬੰਦਾ ਜਗਿੰਦਰ ਸਿੰਘ ਜੀ ਬਿੰਦਰ ਜੀ ਨਹੀਂ ਜਾਏ ਉਹਨਾਂ ਦਾ ਹੋਊਗਾ ਨਾ ਤਾਂ ਫਿਰ ਉਧਰੋਂ ਵਟਸਐਪ ਤੋਂ ਸਾਹਮਣੇ ਨੰਬਰ ਦੇਖ ਕੇ ਉਹਨਾਂ ਨੂੰ ਕਹਿਣਾ ਜਾਂ ਉਹਨੂੰ ਭੇਜ ਦਿਓ ਉੱਥੋਂ ਡਾਇਲ ਕਰ ਦੇ ਕਿਉਂ ਮੈਂ ਵੀ ਟਰਾਈ ਕਰ ਲਈ ਉਹ ਨਹੀਂ ਹੋਇਆ ਮੈਂ ਓਕੇ ਇੱਕ ਬਹੁਤ ਹੀ ਜਲਦੀ ਕਾਵਿ ਸੰਗ੍ਰਹਿ ਆਉਣਾ ਚੰਗੀ ਰੁੱਤ ਜੋ ਨਾਲੇ ਦਿਨਾਂ ਵਿੱਚ ਪਾਠਕਾਂ ਦੇ ਹੱਥਾਂ ਵਿੱਚ ਹੋਊਗਾ ਉਹਨਾਂ ਦਾ ਹੋ ਗਿਆ ਹੁਣ ਜੀ ਕਰਦੇ ਹਾਂ ਕਿ ਡਾਕਟਰ ਮੰਗਤ ਰਾਮ ਜੀ ਇੱਕ ਰਚਨਾ ਨਾਲ ਹਾਜ਼ਰੀ ਲਵਾਉਣ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਹਾਂਜੀ ਉਹਨਾਂ ਦਾ ਵੀ ਆਨ ਹੋ ਗਿਆ ਹੁਣ ਉਹਨਾਂ ਦਾ ਨੰਬਰ ਵੀ ਰੱਖਿਓ ਮੰਗਲ ਰਾਮ ਜੀ ਦਾ ਬੰਦ ਆ ਤੇ ਉਹ ਮੁਕਤਾ ਜੀ ਦਾ ਹੋ ਗਿਆ ਉਹਨਾਂ ਨੇ ਤਾਂ ਕਰ ਲਿਆ ਹੁਣ ਮੁਕਤਾ ਸਾਹਿਬ ਨੇ ਤੇ ਇਹਨਾਂ ਦਾ ਬੰਦ ਆ ਹੁਣ ਮੈਂ ਕੋਸ਼ਿਸ਼ ਕਰਦਾ ਲੇਕਿਨ ਉਹ ਕਈ ਵਾਰ ਹੁੰਦਾ ਹੀ ਨਹੀਂ ਇੱਥੋਂ ਵੀ ਪਤਾ ਨਹੀਂ ਲੋਕ ਕੀਤਾ ਹੁੰਦਾ ਉਹਨਾਂ ਨੇ ਉਹ ਮੁਕਤਾ ਜੀ ਨੂੰ ਦੇ ਦਿਓ ਫਿਰ ਟਾਈਮ ਇਹ ਜਾਤੀ ਸੈੱਟ ਕਰ ਦਿਓ ਇਹ ਕਿੱਥੋਂ ਆ ਰਹੀ ਸਾਊਂਡ ਦੀਨਾ ਦੁਖੀਆਂ ਲਈ ਸਾਡਾ ਦਰਬਾਰ ਸਤਿਗੁਰੂ ਅਰਜਨ ਦਾ ਸੀ ਸੇਦ ਜਮਾਨੇ ਨੂੰ ਕਿਰਦਾਰ ਸਤਿਗੁਰੂ ਅਰਜਨ ਦਾ ਦੀਨਾ ਦੁਖੀਆਂ ਲਈ ਸਾਡਾ ਸਹਿਣਸ਼ੀਲਤਾ ਦਾ ਸਾਗਰ ਸੁਮਾ ਸਿਦਕ ਸਚਾਈ ਦਾ ਹਿਰਦੇ ਕਰ ਸਰ ਸ਼ਾਰ ਗਿਆ ਦੀਦਾਰ ਸਤਿਗੁਰੂ ਅਰਜਨ ਦਾ ਪੈਂਦਾ ਸੀ ਸੇਦ ਜਮਾਨੇ ਉਸਦੀ ਖਿਦਮਤ ਹਰ ਮਨ ਚੋਂ ਤ੍ਰਿਤੋ ਦਿੱਤੀ ਮੈਲ ਵਿਕਾਰਾਂ ਦੀ ਉਸਦੀ ਖਿਦਮਤ ਹਰ ਮਨ ਚੋਂ ਤੋ ਦਿੱਤੀ ਮੈਲ ਵਿਕਾਰਾਂ ਦੀ
ਸਤਿਗੁਰੂ ਅਰਜਨ ਦਾ ਪੈਗਾਮ ਹੈ ਸਾਂਝਾ ਸਭਨਾ ਲਈ। ਨਿਤ ਚਰਚੇ ਨੇਕ ਵਿਚਾਰਾਂ ਦੇ, ਨਿਤ ਚਰਚੇ ਨੇਕ ਵਿਚਾਰਾਂ ਦੇ, ਸਤ ਸੰਗਤ ਸੰਤਾਂ ਸਾਧਾਂ ਸੰਗਤ, ਚੰਨ ਤਾਰੇ ਜਿਸ ਤਰ੍ਹਾਂ ਅੰਬਰ ਤੇ, ਚੰਨ ਤਾਰੇ ਜਿਸ ਤਰ੍ਹਾਂ ਅੰਬਰ ਤੇ, ਸ਼ਿੰਗਾਰ ਸਤਿਗੁਰੂ ਅਰਜਨ ਏਕਤਾ ਦੀ ਖਾਤਰ ਪ੍ਰਚਾਰ ਸਤਿਗੁਰੂ ਅਰਜਨ ਦਾ, ਦਿੰਦਾ ਸੀ ਸੇਧ ਜੁਮਾਨੇ ਨੂੰ ਕਿਰਦਾਰ ਸਤਿਗੁਰੂ ਅਰਜਨ ਦਾ, ਦਿੰਦਾ ਸੀ ਸੇਧ ਜੁਮਾਨੇ ਜੀਵਨ ਜੁਗਤੀ ਮਿਲਦੀ ਏ ਸ਼ਾਂਤੀ ਗੁਰਬਾਣੀ ਚੋਂ, ਜੀਵਨ ਜੁਗਤੀ ਮਿਲਦੀ ਏ ਸ਼ਾਂਤੀ ਗੁਰਬਾਣੀ ਚੋਂ, ਨਹੀਂ ਹੋਰ ਗ੍ਰੰਥ ਕੋਈ ਤੁਲ ਇਸ ਉਪਕਾਰ ਸਤਿਗੁਰੂ ਅਰਜਨ ਦਾ, ਉਪਕਾਰ ਗੁਰੂ ਅਰਜਨ ਦਾ, ਰਚਨਾ ਗੁਰਬਾਣੀ ਐਸੀ ਸੁੰਦਰ ਤਰਵਾਨੀ ਏ, ਮੁਲੰਕਣ ਕਿਸ ਦੇ ਨਾਲ ਕਰਾਂ, ਮੁਲੰਕਣ ਕਿਸ ਦੇ ਨਾਲ ਕਰਾਂ, ਸਹਿਤਕਾਰ ਸਤਿਗੁਰੂ ਅਰਜਨ ਦਾ, ਦਿੰਦਾ ਸੀ ਸੇਧ ਜੁਮਾਨੇ ਨੂੰ, ਜਿਨ੍ਹਾਂ ਨੂੰ ਚੂਦਰ ਕਹਿੰਦੀ ਸੀ, ਜਿਨ੍ਹਾਂ ਨੂੰ ਚੂਦਰ ਕਹਿੰਦੀ ਸੀ, ਉਸ ਜੁਮਾਨੇ ਦੀ ਹੋਇਆ ਨਸੀਬ ਸੀ ਉਹਨਾਂ ਨੂੰ ਪਿਆਰ ਸਤਿਗੁਰੂ ਅਰਜਨ ਦਾ, ਦਿੰਦਾ ਸੀ ਸੇਧ ਜੁਮਾਨੇ ਨੂੰ, ਗ੍ਰੰਥ ਗੁਰੂ ਗ੍ਰੰਥ ਵਿੱਚ ਗੁਰਬਾਣੀ, ਗੁਰੂ ਗ੍ਰੰਥ ਵਿੱਚ ਗੁਰਬਾਣੀ, ਦਰਜ ਭਗਤਾਂ ਕਵੀਆਂ ਦੀ, ਦੁਨੀਆਂ ਵਿੱਚ ਨਾਮ ਉਜਾਗਰ ਹੈ ਇੱਕ ਸਾਰ ਸਤਿਗੁਰੂ ਅਰਜਨ ਦਾ, ਦੀਨਾ ਦੁਖੀਆਂ ਸਜਾ ਦਰਬਾਰ ਸਤਿਗੁਰੂ ਅਰਜਨ ਦਾ, ਦਿੰਦਾ ਸੀ ਸੇਧ ਜੁਮਾਨੇ ਨੂੰ, ਇੱਕ ਨਾਮ ਤਸੱਵਰ ਬਣਿਆ ਜੋ ਹਰ ਹਿਰਦੇ ਦੇ ਜਜ਼ਬਾਤਾਂ ਚ, ਵਰਦਾ ਪ੍ਰਤਾਪ ਨਾ ਵੇਖ ਸਕੀ ਸਰਕਾਰ ਸਤਿਗੁਰੂ ਅਰਜਨ ਦਾ, ਵਰਦਾ ਪ੍ਰਤਾਪ ਨਾ ਵੇਖ ਸਕੀ ਸਰਤਾਜ ਸ਼ਹੀਦਾਂ ਦੇ ਹੱਸ ਕੇ, ਦਿੱਤਾ ਬਲੀਦਾਨ ਆਜ਼ਾਦੀ ਲਈ, ਸਰਤਾਜ ਸ਼ਹੀਦਾਂ ਦੇ ਹੱਸ ਕੇ, ਦਿੱਤਾ ਬਲੀਦਾਨ ਆਜ਼ਾਦੀ ਲਈ, ਤਵਾਰੀਖ ਚੋਂ ਅਖਸ ਉਤਾਰਿਆ ਮੈਂ ਆਕਾਰ ਸਤਿਗੁਰੂ ਅਰਜਨ ਦਾ, ਤਵਾਰੀਖ ਚੋਂ ਅਖਸ ਉਤਾਰਿਆ ਮੈਂ, ਸ਼੍ਰੀ ਜੈ ਬੋਲਾਂ ਵਿੱਚ ਬੰਦ ਅੰਮ੍ਰਿਤ, ਸ਼੍ਰੀ ਜੈ ਬੋਲਾਂ ਵਿੱਚ ਅੰਮ੍ਰਿਤ, ਉਪਦੇਸ਼ ਸਾਰੀ ਦੁਨੀਆਂ ਲਈ, ਮੁਕਤਾ ਜਸ ਗਾਉਂਦਾ ਹੈ ਇਸ ਲਈ, ਮੁਕਤਾ ਜਸ ਗਾਉਂਦਾ ਹੈ ਇਸ ਲਈ, ਸੰਸਾਰ ਸਤਿਗੁਰੂ ਅਰਜਨ ਦਾ, ਦੀਨਾ ਦੁਖੀਆਂ ਲਈ ਸਾਡਾ ਦਰਬਾਰ ਸਤਿਗੁਰੂ ਅਰਜਨ ਦਾ, ਦਿੰਦਾ ਸੀ ਸੇਧ ਜੁਮਾਨੇ ਨੂੰ ਕਿਰਦਾਰ ਸਤਿਗੁਰੂ ਅਰਜਨ ਦਾ, ਦਿੰਦਾ ਸੀ ਸੇਧ ਜੁਮਾਨੇ ਨੂੰ। ਧੰਨਵਾਦ। ਫੋਨ ਤੋਂ ਬੰਦ ਹੈ, ਉੱਥੋਂ ਸਹੀ ਕਰੋ। ਅਜੇ ਵੀ ਬੰਦ ਹੀ ਹੈ ਉਹਨਾਂ ਨੂੰ, ਇੱਦਾਂ ਕਰੋ ਉਹਨਾਂ ਨੂੰ ਸਾਹਿਬ ਨੂੰ ਸੱਦਾ ਦੇਣ ਜਾ ਰਹੇ ਨੇ। ਉਹਨਾਂ ਦਾ ਨਾਂ ਗੁਰਮੀਤ ਸਿੰਘ ਜੀ, ਜੋ ਕਿ ਇੱਥੇ ਇਟਲੀ ਦੇ ਵਾਸੀ ਨੇ।
ਜਿਨ੍ਹਾਂ ਦੇ ਅਕਸਰ ਹੀ ਮਹਿਫਿਲਾਂ ਦੇ ਵਿੱਚ ਰਚਨਾਵਾਂ ਤੇ ਬਹੁਤ ਹੀ ਜਲਦੀ ਇੱਕ ਆਪਣਾ ਕਮਰੇ ਦੇ ਹੱਦ ਪਹੁੰਚਦੇ ਜੂਨ ਚੁਰਾਸੀ ਦੇ ਸਰਤਾਜ ਤੇ ਛੋਟੀ ਜਿਹੀ ਕਵਿਤਾ ਜੀ ਸਮੇਂ ਦੇ ਸਮੇਂ ਦੇ ਚੁਰੋਖੇ ਵਿੱਚੋਂ ਬਾਪ ਪੜਿਆ ਕਹਿੰਦਾ ਸਦੀਆਂ ਤੱਕ ਨਸੂਰ ਫੜਿਆ ਖੋਲ ਕੇ ਕਿਤਾਬ ਚੁਰਾਸੀ ਬਾਰੇ ਪੜਿਆ ਆਪਣੇ ਹੀ ਅੰਦਰ ਬੈਠੇ ਖੋਲ ਕੇ ਕਿਤਾਬ ਚੁਰਾਸੀ ਬਾਰੇ ਪੜਿਆ ਆਪਣੇ ਹੀ ਅੰਦਰ ਬੈਠੇ ਰੱਬ ਨਾਲ ਲੜਿਆ ਕਲੜੀ ਕਿਉਂ ਕੀਤਾ ਰੱਬ ਦੇ ਅਕਾਲ ਨੂੰ ਨਾਸ ਕਰ ਦਿੱਤਾ ਚਿਹਰੇ ਦੇ ਜਲਾਲ ਨੂੰ ਦੁੱਧ ਪੀਂਦੇ ਬੱਚਿਆਂ ਦਾ ਦੱਸ ਕੀ ਕਸੂਰ ਸੀ ਗੋਲੀ ਨਾਲ ਬਿੰਨ ਦਿੱਤਾ ਨਾਜ਼ੁਕ ਸਰੀਰ ਸੀ ਹਵਾਵਾਂ ਵਿੱਚ ਤਰਲਿਆਂ ਦੀ ਫੂਕ ਹੰਬਦੀ ਪਾਣੀ ਦਰ ਉੱਤੇ ਮੰਗੇ ਉਹਦੀ ਜੀਭ ਕੰਬਦੀ ਮਾਨਵਤਾ ਦਾ ਨਾਸ ਸਾਰੇ ਕਾਲ ਪੈ ਗਿਆ ਜਲ ਦਾ ਰੰਗ ਖੂਨ ਨਾਲ ਲਾਲ ਹੋ ਗਿਆ ਸੂਰਜ ਨੂੰ ਵੀ ਲੱਗਦਾ ਸੀ ਤਾਪ ਚੜਿਆ ਗੁਰਮੀਤ ਆਪਣੇ ਹੀ ਅੰਦਰ ਬੈਠੇ ਰੱਬ ਨਾਲ ਲੜਿਆ ਸੂਰਜ ਨੂੰ ਵੀ ਲੱਗਦਾ ਸੀ ਤਾਪ ਚੜਿਆ ਗੁਰਮੀਤ ਆਪਣੇ ਹੀ ਅੰਦਰ ਬੈਠੇ ਰੱਬ ਨਾਲ ਲੜਿਆ ਥੈਂਕ ਯੂ ਜੀ ਧੰਨਵਾਦ ਮੰਗਤ ਰਾਜ ਜੀ ਹੁਣ ਤੁਸੀਂ ਆਪਣੀ ਹਾਜ਼ਰੀ ਦਾ ਤੁਹਾਡੇ ਬੈਕ ਹੋ ਚੁੱਕਾ ਵਾ ਤੁਸੀਂ ਹਾਂਜੀ ਸਭ ਨੂੰ ਸਤਿ ਸ੍ਰੀ ਅਕਾਲ ਮੈਂ ਗੁਰੂ ਤੇਗ ਬਹਾਦਰ ਜੀ ਬਾਰੇ ਇੱਕ ਨਜ਼ਮ ਬੋਲਣੀ ਚਾਹੁੰਦਾ ਵਾ ਸ਼ਰਧਾਂਜਲੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਨਕ ਪਾਤਸ਼ਾਹ ਦੀ ਨੋਵੀ ਜੋਤ ਨਮਸਕਾਰ ਕੋਟ ਕੋਟ ਪ੍ਰਣਾਮ ਕੁਰਬਾਨੀ ਦੇ ਪੁੰਜ ਸੱਚ ਦੇ ਸਾਥੀ ਐਵੇਂ ਆਖਦੇ ਭੋਲੇ ਲੋਕ ਮੈਨੂੰ ਹਿੰਦ ਦੀ ਚਾਦਰ ਐਵੇਂ ਆਖਦੇ ਨੇ ਭੋਲੇ ਲੋਕ ਤੈਨੂੰ ਹਿੰਦ ਦੀ ਚਾਦਰ ਤੇਰੀ ਚਾਦਰ ਦੀ ਓਟ ਵਿੱਚ ਤਾਂ ਸਮਾ ਜਾਂਦੀ ਹੈ ਸਮੁੱਚੀ ਮਨੁੱਖਤਾ ਤੇ ਇਸ ਕਾਇਨਾਤ ਦਾ ਜ਼ਰਾ ਜ਼ਰਾ ਸੱਚੇ ਗੁਰੂ ਤਾਂ ਹੀ ਤਾਂ ਹੈ ਲੋਕ ਰੂਹਾਂ ਦੀਆਂ ਗਹਿਨ ਪਰਤਾਂ ਚ ਸਥਿਰ ਹੈ ਵਿਦਮਾਨ ਹੈ ਤੇਰਾ ਸਤਿਕਾਰ ਤੇ ਆਦਰ ਮੂਲ ਤੇਰਾ ਸਰਬੱਤ ਦਾ ਭਲਾ ਮੂਲ ਤੇਰਾ ਸਰਬੱਤ ਦਾ ਭਲਾ ਤੇ ਬਾਣੀ ਤੇਰੀ ਮਿੱਠੇ ਸ਼ਰਬਤ ਦਾ ਤਲਾ ਇੱਕ ਬੂੰਦ ਪੀਤਿਆ ਹੀ ਜਾਗ ਉੱਠਦੀਆਂ ਨੇ ਬੋਝ ਉੱਠਦੀਆਂ ਨੇ ਤਾਲਾ ਬਸ ਮਹਿਸੂਸ ਕਰਨ ਲਈ ਲੋੜੀਂਦਾ ਅਹਿਸਾਸ ਰੂਹ ਦਾ ਇਸ ਅਹਿਸਾਸ ਦੇ ਸਨਮੁਖ ਹੋਣਾ ਤੇ ਲਬਰੇਜ ਹੋਣਾ ਇਸ ਨਾਲ ਵਸ ਚ ਨਹੀਂ ਆਮ ਮਨੁੱਖ ਤੇ ਤੇਰੀ ਕਿਰਪਾ ਨਾਲ ਹੀ ਹੁੰਦਾ ਇਹ ਕ੍ਰਿਸ਼ਮਾ ਤਾਂ ਹੀ ਤਾਂ ਸ਼ਾਇਦ ਤੁਸੀਂ ਇਹ ਮਹਾਂ ਕਿਰਪਾ ਜੇ ਨਰਕੋ ਕਿੰਨੀ ਛਾਨੀ ਨਾਨਕ ਲੀਨ ਪਿਓ ਗੁਬਿੰਚੋ ਜੋ ਪਾਣੀ ਸੰਗ ਪਾਣੀ ਕਰ ਕਿਰਪਾ ਬੇ ਅਹਿਸਾਸ ਰੂਹ ਦਾ ਮੈਨੂੰ ਬਲੀਵ ਹੋ ਉਸ ਵਿੱਚ ਥੀਵਾ ਮੈਂ ਜ਼ਰੇ ਤੋਂ ਹੋਵਾ ਕੁਦਰਤ ਤੇ ਇੱਕ ਬੂੰਦ ਤੋਂ ਹੋ ਜਾਵਾਂ ਸਮੁੰਦਰ ਸ਼ਰਧਾਂਜਲੀ ਦੇਣ ਲਈ ਚਾਂਦ ਚੌਕ ਤੇਰੀ ਕੁਰਬਾਨੀ ਨੇ ਲਸਾਨੀ ਚਮਤਕਾਰ ਸੀ ਕੋਈ ਚਰਖੜੀ ਤੇ ਚੜ ਤੇ ਚੜ ਤੇ ਆਰੇ ਨਾਲ ਚੀਰੇ ਜਾਲ ਤੇ ਵੀ ਸੀ ਨਹੀਂ ਸੀ ਕੀਤੀ ਕਿਸੇ ਮਿੱਟੀ ਰੁਲੇ ਸਨ ਮਿੱਟੀ ਰੁਲੇ ਸਨ ਬਾਦਸ਼ਾਹਾਂ ਦੇ ਤਾਜ ਤੇ ਉੱਚੀ ਹੋਈ ਸੀ ਬਾਦਸ਼ਾਹੀ ਮੂਰੇ ਮੂਰ ਹੋ ਗਈ ਸੀ ਉਹ ਥਾਂ ਜਿੱਥੇ ਵਾਪਰਿਆ ਸੀ ਇਹ ਚਮਤਕਾਰ ਤੇ ਉਸੇ ਨੂਰ ਚ ਭਿੱਜਾ ਤੇਰਾ ਸੀਸ ਲੈ ਕੇ ਪਾਈ ਜਾਤਾ ਅਨੰਦਪੁਰ ਨਹੀਂ ਸਗੋਂ ਪਹੁੰਚ ਗਿਆ ਸੀ ਰੂਹ ਦੇ ਅਦਮੀ ਅਨੰਤੀ ਅਨੰਦਪੁਰ ਨਹੀਂ ਸਗੋਂ ਪਹੁੰਚ ਗਿਆ ਸੀ ਉਹ ਰੂਹ ਦੇ ਅਦਮੀ ਅਨੰਤੀ
ਬਹੁਤ ਅੱਛੀ, ਵੈਰੀ ਗੁੱਡ, ਥੈਂਕ ਯੂ। ਤਕਰੀਬਨ ਆਪਣੇ ਪਹਿਲੇ ਰਾਊਂਡ ਦੇ ਵਿੱਚ ਤਕਰੀਬਨ ਸਾਰੇ ਸ਼ਾਇਰ ਇੱਕ ਵਾਰੀ ਆਪਣੀ ਹਾਜ਼ਰੀ ਗਵਾ ਚੁੱਕੇ ਨੇ, ਅਤੇ ਗੁਰਮੀਤ ਸਿੰਘ ਇਟਲੀ ਜੀ ਨੂੰ ਮੈਂ ਇੱਕ ਬਹੁਤ ਬਹੁਤ ਵਧਾਈਆਂ ਦਿੰਦਾ ਕਿ ਅੱਜ ਉਹਨਾਂ ਦਾ ਇੱਕ ਗੀਤ ਮਾਂ ਰਿਲੀਜ਼ ਹੋਇਆ, ਅਤੇ ਮੈਂ ਜਿਹੜਾ ਸੁਣਿਆ ਬਹੁਤ ਭਾਵਕ ਕਰਨ ਵਾਲਾ ਗੀਤ ਸੀਗਾ, ਬਹੁਤ ਵਧੀਆ। ਅਤੇ ਤੁਹਾਨੂੰ ਵੀ ਗੁਜ਼ਾਰਿਸ਼ ਹੈ ਕਿ ਤੁਸੀਂ ਵੀ ਇਸ ਗੀਤ ਨੂੰ ਯੂਟਿਊਬ 'ਤੇ ਸਰਚ ਕਰਕੇ ਸੁਣ ਸਕਦੇ ਹੋ। ਫਿਰ ਆਦਾ ਜੀ, ਅੱਖੀਆਂ ਦੇ ਵਿੱਚ ਲਾਡੀ ਤੇ ਖੂਨ ਉਬਾਲੇ ਮਾਰਦਾ, ਅੱਖੀਆਂ ਦੇ ਵਿੱਚ ਲਾਡੀ ਤੇ ਖੂਨ ਉਬਾਲੇ ਮਾਰਦਾ, ਜਦੋਂ ਦੇਖਿਆ ਧੱਕਿਆ ਦਰਬਾਰ ਸੱਚੀ ਸਰਕਾਰ ਦਾ, ਜਦੋਂ ਦੇਖਿਆ ਧੱਕਿਆ ਦਰਬਾਰ ਸੱਚੀ ਸਰਕਾਰ ਦਾ, ਭਰਾ ਕਿਵੇਂ ਡੱਕ ਕੇ ਰੱਖਦੇ ਉਸ ਤੂਫਾਨ ਨੂੰ ਦਿੰਦਾ, ਡਰਨਾ ਔਖਾ ਹੁੰਦਾ ਜੁਰਮ ਨਹੀਂ ਉਹ ਕੋਈ ਸਹਾਰਦਾ, ਡਰਨਾ ਔਖਾ ਹੁੰਦਾ ਜੁਰਮ ਕੋਈ ਨਹੀਂ ਉਹ ਸਹਾਰਦਾ। ਦੂਸਰੇ ਰੋਜ਼ ਦੀ ਸ਼ੁਰੂਆਤ ਕਰਦੇ ਹੋਏ ਸੱਦਾ ਦਿੰਦੇ ਹਾਂ ਆਪਣੇ ਪ੍ਰਿੰਸੀਪਲ ਮੈਡਮ ਕਰੁਣਾ ਅਰੋੜਾ ਜੀ ਨੂੰ, ਜੋ ਆਪਣੀ ਰਚਨਾ ਦੇ ਨਾਲ ਹਾਜ਼ਰੀ ਦਿਓ। ਮੈਡਮ ਕਰੁਣਾ ਅਰੋੜਾ ਜੀ, ਸ਼ੁਕਰੀਆ ਤੈਨੂੰ ਸਾਰੇ ਨੂੰ, ਸਤਿ ਸ਼੍ਰੀ ਅਕਾਲ। ਮੈਂ ਜਿਹੜੀ ਰਚਨਾ ਵੈਸੇ ਕਿਸਾਨੀ ਅੰਦੋਲਨ ਦੇ ਟਾਈਮ ਚ ਲਿਖੀ ਸੀਗੀ, ਸਰਦੀਆਂ ਦਾ ਮੌਸਮ ਸੀ, ਮੈਨੂੰ ਰਾਤੀ ਨੀਂਦ ਨੀ ਸੀ ਆ ਰਹੀ, ਪਰ ਇਹਦੇ ਚ ਸਾਰੇ ਧਾਰਮਿਕ ਰੈਫਰੈਂਸਿਸ ਆ। ਹਾਂਜੀ ਠੀਕ ਹੈ, ਤੇ ਮੈਂ ਉਹ ਨਜ਼ਮ ਆਪਣੀ ਪੇਸ਼ ਕਰਨਾ ਚਾਹੂੰਗੀ। ਬਿਲਕੁਲ। ਅਸੀਂ ਹਾਂ ਕਿਸਾਨ, ਅਸੀਂ ਹਾਂ ਕਿਸਾਨ, ਕਿਸਾਨ ਬਾਬੇ ਦੀ ਸੰਤਾਨ, ਅਸੀਂ ਹਾਂ ਕਿਸਾਨ, ਕਿਸਾਨ ਬਾਬੇ ਦੀ ਸੰਤਾਨ, ਨਾ ਸਮਝ ਸਾਨੂੰ ਅਣਜਾਣ, ਅਸੀਂ ਹਾਂ ਅੰਨਦਾਤਾ ਭਗਵਾਨ, ਜੋ ਹੋਇਆ ਸਾਥੋਂ ਨਾਬਰ, ਜੋ ਹੋਇਆ ਸਾਥੋਂ ਨਾਬਰ, ਕਰੇ ਜ਼ੁਲਮ ਤੇ ਬਣੇ ਜਾਬਰ, ਹੋਵੇ ਨੇਤਾ ਜਾਂ ਰਾਜਾ ਬਾਬਰ, ਜੋ ਹੋਇਆ ਸਾਥੋਂ ਨਾਬਰ, ਕਰੇ ਜ਼ੁਲਮ ਤੇ ਬਣੇ ਜਾਬਰ, ਹੋਵੇ ਨੇਤਾ ਜਾਂ ਰਾਜਾ ਬਾਬਰ, ਬੇਖੌਫ ਲਲਕਾਰੇ ਕੌਮ ਦੀ ਖਾਤਰ, ਨਾ ਸੋਚ ਅਸੀਂ ਚੁੱਪ ਜਾਵਾਂਗੇ, ਨਾ ਸੋਚ ਅਸੀਂ ਚੁੱਪ ਜਾਵਾਂਗੇ, ਊਠ ਨੀਤੀ ਨਾਲ ਅਸੀਂ ਟੁੱਟ ਜਾਵਾਂਗੇ, ਠੰਡੀਆਂ ਸੀਤ ਹਵਾਵਾਂ ਦਾ ਕੀਏ, ਠੰਡੀਆਂ ਸੀਤ ਹਵਾਵਾਂ ਦਾ ਕੀਏ, ਤੱਤੀਆਂ ਤਵੀਆਂ ਤੇ ਵੀ ਪੁੱਜ ਜਾਵਾਂਗੇ, ਠੰਡੀਆਂ ਸੀਤ ਹਵਾਵਾਂ ਦਾ ਕੀਏ, ਤੱਤੀਆਂ ਤਵੀਆਂ ਤੇ ਵੀ ਪੁੱਜ ਜਾਵਾਂਗੇ, ਅਸੀਂ ਰਾਖੇ ਧਰਤੀ ਮਾਂ ਦੇ, ਅਸੀਂ ਰਾਖੇ ਧਰਤੀ ਮਾਂ ਦੇ, ਨਹੀਂ ਮਿਲਾਵਾਂਗੇ ਹਾਂ ਤੇਰੀ ਹਾਂ ਦੇ, ਨਹੀਂ ਮੁੜਨਾ ਅਸੀਂ ਹੱਕ ਲਏ ਦਿਨ, ਭਾਵੇਂ ਖੇਡਣਾ ਪਵੇ ਆਪਣੀ ਜਾਨ ਤੇ, ਨਹੀਂ ਮੁੜਨਾ ਅਸੀਂ ਲਏ ਹੱਕ ਲਏ ਬਿਨ, ਭਾਵੇਂ ਖੇਡਣਾ ਪਏ ਆਪਣੀ ਜਾਂ ਤੇ, ਤੂੰ ਲੱਖਾਂ ਦੇ ਸੂਟ ਪਾ ਘੁੰਮਦਾ, ਅਸੀਂ ਨੰਗੇ ਪਿੰਡੇ ਖੇਤਾਂ ਚ ਹੰਡਾਏ ਨੇ, ਤੂੰ ਲੱਖਾਂ ਦੇ ਸੂਟ ਪਾ ਘੁੰਮਦਾ, ਅਸੀਂ ਨੰਗੇ ਪਿੰਡੇ ਖੇਤਾਂ ਚ ਹੰਡਾਏ ਨੇ, ਤੂੰ ਰਜਾਈਆਂ ਚ ਵੀ ਪਿਆ ਕੰਬਦਾ, ਅਸੀਂ ਧੁੰਦਾਂ ਚ ਵੀ ਪਾਣੀ ਲਾਏ ਨੇ, ਦਿੱਲੀ ਤਾਂ ਕੀ, ਦਿੱਲੀ ਦਾ ਕੀ ਕਿਹੜੀ ਦੂਰ ਆਏ, ਅਸੀਂ ਲੰਡਨ ਅਸੈਂਬਲੀ ਚ ਬੰਬ ਵਰਸਾਏ ਨੇ, ਦਿੱਲੀ ਦਾ ਕੀ ਕਿਹੜੀ ਦੂਰ ਆਏ, ਅਸੀਂ ਲੰਡਨ ਅਸੈਂਬਲੀ ਚ ਬੰਬ ਵਰਸਾਏ ਨੇ, ਉਹਨੇ ਕਿਸੇ ਚੀਜ਼ ਦੀ ਨਾ ਥੋੜੋ ਸਾਨੂੰ, ਉਹਨੇ ਕਿਸੇ ਚੀਜ਼ ਦੀ ਨਾ ਥੋੜੋ ਸਾਨੂੰ, ਅਸੀਂ ਤੇਰਾਂ ਤੇਰਾਂ ਵਾਲੇ ਲੰਗਰ ਲਾਏ ਨੇ, ਉਹਨੇ ਕਿਸੇ ਚੀਜ਼ ਦੀ ਨਾ ਥੋੜੋ ਸਾਨੂੰ, ਅਸੀਂ ਤੇਰਾਂ ਤੇਰਾਂ ਵਾਲੇ ਲੰਗਰ ਲਾਏ ਨੇ, ਮੁਸ਼ਕਲ ਹੈ ਸਬਰ ਦਾ ਹਾਕਮਾ ਹੈ, ਅਸੀਂ ਚਰਖੜੀਆਂ ਤੇ ਬੰਦ ਕਟਵਾਏ ਨੇ, ਹੋਸ਼ ਕਰ ਲੈ ਸਬਰ ਦਾ ਹਾਕਮਾ ਵੇ, ਅਸੀਂ ਚਰਖੜੀਆਂ ਤੇ ਬੰਦ ਕਟਵਾਏ ਨੇ, ਉਤਵਾਰੇ ਅਸੀਂ ਕੌਮ ਦੀ ਖਾਤਰ, ਉਤਵਾਰੇ ਅਸਾਂ ਕੌਮ ਦੀ ਖਾਤਰ, ਪਿਤਾ ਚੌਕ ਚ ਸੀਸ ਕਟਵਾਏ ਨੇ, ਉਤਵਾਰੇ ਅਸਾਂ ਕੌਮ ਦੀ ਖਾਤਰ,
ਪਿਤਾ ਚੌਂਕ ਚ ਸੀਸ ਕਟਵਾਏ ਨੇ, ਵਾਪਸ ਲੈ ਲੈ ਕਾਲੇ ਕਾਨੂੰਨ ਆਪਣੇ, ਨਾ ਲੈ ਕੇ ਬੜਾ ਪਛਤਾਏਗਾ ਤੂੰ, ਵਾਪਸ ਲੈ ਲੈ ਕਾਲੇ ਕਾਨੂੰਨ ਆਪਣੇ, ਨਾ ਲੈ ਕੇ ਬੜਾ ਪਛਤਾਏਗਾ ਤੂੰ। ਇੱਕ ਵਾਰੀ ਤੇ ਕੁਰਸੀ ਖੁੰਝ ਗਈ, ਫਿਰ ਕੁਰਸੀ ਤੇ ਬੈਠਣ ਨੂੰ ਲਲਚਾਏਗਾ ਤੂੰ। ਇੱਕ ਵਾਰੀ ਜੇ ਕੁਰਸੀ ਖੁੰਝ ਗਈ, ਫਿਰ ਕੁਰਸੀ ਤੇ ਬੈਠਣ ਨੂੰ ਲਲਚਾਏਗਾ ਤੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਧੀਆ ਨਗਰ ਜੀ, ਤੁਸੀਂ ਕਿਸਾਨੀ ਦੇ ਉਸ ਬਾਬੇ ਦੀ ਔਲਾਦ ਜਿਹਨਾਂ ਨੇ ਆਪ ਆਪਣੇ ਹੱਥੀ ਹੱਲ ਚਲਾਇਆ, ਤੇ ਉਸ ਕਿਸਾਨੀ ਔਲਾਦ ਨੂੰ ਜੋ ਉਹਨਾਂ ਦਾ ਦੁੱਖ ਦਰਦ ਬਿਆਨ ਤੁਸੀਂ ਕੀਤਾ, ਬਹੁਤ ਵਧੀਆ ਅੰਦਾਜ਼ ਵਿੱਚ ਕੀਤਾ, ਤੇ ਗੁਜ਼ਾਰਿਸ਼ ਕਰਾਂਗੇ ਅਮਰੀਕ ਸਿੰਘ ਕਵੀ ਜੀ, ਤੁਸੀਂ ਕੋਈ ਰਚਨਾ ਸਾਂਝੀ ਕਰਨੀ ਚਾਹੋਗੇ? ਚਲੋ ਪਹਿਲਾਂ ਬਾਕੀਆਂ ਨੂੰ ਟਾਈਮ ਦਿਓ, ਵੈਸੇ ਮੈਂ ਇੱਕ ਰਚਨਾ ਸ਼ੇਅਰ ਕਰ ਦੂੰਗਾ ਛੋਟੀ ਜਿਹੀ ਕੋਈ, ਜੇ ਟਾਈਮ ਬਚਿਆ ਤਾਂ। ਮੈਂ ਕੋਈ ਛੋਟੀ ਜਿਹੀ ਲੱਭ ਲੈਣਾ। ਹਾਂਜੀ ਹਾਂਜੀ, ਠੀਕ ਆ ਜੀ, ਤੇ ਫਿਰ ਆਪਾਂ ਸੱਦਾ ਦਿੰਦੇ ਜੀ ਅੰਮ੍ਰਿਤ ਆਜ਼ਾਦ ਜੀ ਹੁਣਾਂ ਨੂੰ, ਆਪਣੀ ਇੱਕ ਰਚਨਾ ਨਾਲ ਹਾਜ਼ਰੀ ਲਵਾਉਣ। ਆਜ਼ਾਦ ਜੀ, ਤੁਹਾਡਾ ਮੈਕ ਬੰਦ ਆ ਜੀ, ਉਹ ਡਿਸਟਰਬੈਂਸ ਆਉਂਦੀ ਰਹਿੰਦੀ ਹੈ ਮੈਨੂੰ, ਫਿਰ ਸਾਰਿਆਂ ਨੂੰ ਬੰਦ ਕਰਨੇ ਪੈਂਦੇ ਆ। ਦਸਤਾਰ ਬਖਸ਼ੀ ਹੈ, ਉਸ ਦਸਤਾਰ ਦੇ ਬਾਰੇ ਮੈਂ ਥੋੜੀਆਂ ਸਤਰਾਂ ਕਲਮ ਬੰਦ ਕੀਤੀਆਂ ਨੇ। ਬੰਨ ਕੇ ਸੀਸ ਤੇ ਦੋਹਰੀ ਦਸਤਾਰ ਸੋਹਣੀ, ਜਦ ਵੀ ਲੰਘਦਾ ਤੂੰ ਭਰੇ ਬਾਜ਼ਾਰ ਵਿੱਚੋਂ, ਹਰ ਕੋਈ ਕਹਿੰਦਾ ਸਰਦਾਰ ਸਰਦਾਰ ਤੈਨੂੰ, ਝਲਕੇ ਸਿੱਖੀ ਸੋਹਣੀ ਦਸਤਾਰ ਵਿੱਚੋਂ। ਤੈਨੂੰ ਤੇਰੇ ਸਿੱਖ ਹੋਣ ਦਾ ਮਾਣ ਹੋਵੇ, ਤੈਨੂੰ ਤੇਰੇ ਸਿੱਖ ਹੋਣ ਦਾ ਮਾਣ ਹੋਵੇ, ਕੁਝ ਵੀ ਲੱਭਣਾ ਨਾ ਕਿਸੇ ਝੂਠੇ ਦਰਬਾਰ ਵਿੱਚੋਂ, ਰੋਮ ਰੋਮ ਦੇ ਵਿੱਚੋਂ ਤੇਰੇ ਝਲਕੇ ਸਿੱਖੀ, ਦੂਰੋਂ ਮਾਰੇ ਲਿਸ਼ਕਾਂ ਤੇਰੀ ਦਸਤਾਰ ਵਿੱਚੋਂ। ਰੁਤਬਾ ਮਿਲਿਆ ਹੈ ਮਰਦਾਂ ਸਮਾਨ ਤੈਨੂੰ, ਰੁਤਬਾ ਮਿਲਿਆ ਹੈ ਮਰਦਾਂ ਸਮਾਨ ਤੈਨੂੰ, ਦਸਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚੋਂ, ਭੁੱਲ ਕੇ ਰੱਬ ਤੂੰ ਮਾਇਆ ਦਾ ਨਾ ਹੋ ਬੈਠੀ, ਖਾਲੀ ਤੁਰ ਜਾਣਾ ਇੱਕ ਦਿਨ ਸੰਸਾਰ ਵਿੱਚੋਂ। ਸਿੱਖੀ ਸਰੂਪ ਦੇ ਸੁੰਦਰ ਮਨਾਰਿਆਂ ਨੂੰ, ਸਿੱਖੀ ਸਰੂਪ ਦੇ ਸੁੰਦਰ ਮਨਾਰਿਆਂ ਨੂੰ ਢਹਿਣ ਦੇਣਾ ਤੇ ਨਾ ਹੀ ਕਦੇ ਢਾਉਣਾ ਆਪਾਂ, ਗੁਰਸਿੱਖਾਂ ਦੇ ਪੁੱਤਰੋਂ ਪਤਿਤ ਹੋ ਕੇ ਚਿੱਟੀ ਪੱਗ ਨੂੰ ਦਾਗ ਨਹੀਂ ਲਾਉਣਾ ਆਪਾਂ। ਪਾਵਨ ਕੇਸਾਂ ਦਾ ਪੂਰਨ ਸਤਿਕਾਰ ਕਰਨਾ, ਪਾਵਨ ਕੇਸਾਂ ਦਾ ਪੂਰਨ ਸਤਿਕਾਰ ਕਰਨਾ, ਇਹਨੂੰ ਜਾਣ ਕੇ ਸਿੱਖੀ ਦੀ ਮੋਹਰ ਆਪਾਂ, ਰੋਮ ਕੱਟਦੇ ਸਿੱਖਾਂ ਦੇ ਬੱਚਿਆਂ ਨੂੰ ਕਰਨ ਦੇਣਾ ਨਹੀਂ ਪਾਪ ਇਹ ਘੋਰ ਆਪਾਂ, ਰਹਿਣਾ ਅੰਮ੍ਰਿਤ ਸਦਾ ਹੀ ਸ਼ੇਰ ਬਣ ਕੇ, ਰਹਿਣਾ ਅੰਮ੍ਰਿਤ ਸਦਾ ਹੀ ਸ਼ੇਰ ਬਣ ਕੇ, ਨਾ ਹੀ ਗਿੱਦੜ ਤੇ ਨਾ ਹੀ ਕੁਝ ਹੋਰ ਆਪਾਂ। ਪੱਗ ਆਈ ਪਾਤਸ਼ਾਹੀ ਦਾ ਰੂਪ ਲੈ ਕੇ, ਪੱਗ ਆਈ ਪਾਤਸ਼ਾਹੀ ਦਾ ਰੂਪ ਲੈ ਕੇ, ਗੁਰੂ ਗੋਬਿੰਦ ਸਿੰਘ ਜੀ ਦੇ ਇਸ ਦੇਵੀ ਆਦੇਸ਼ ਅੰਦਰ ਰੂਪ ਬਖਸ਼ ਦਿੱਤਾ ਗੁਰਾਂ ਨੇ ਖਾਲਸੇ ਨੂੰ, ਬਾਹਰ ਸੋਹਣੀ ਦਸਤਾਰ ਤੇ ਕੇਸ ਅੰਦਰ, ਬਾਹਰ ਸੋਹਣੀ ਦਸਤਾਰ ਤੇ ਕੇਸ ਅੰਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਦਸਤਾਰ ਬਾਰੇ ਤੁਸੀਂ ਆਪਣੇ ਵਿਚਾਰ ਪੇਸ਼ ਕੀਤੇ, ਬਹੁਤ ਧੰਨਵਾਦ ਜੀ। ਸੱਦਾ ਦੇਣਾ ਜੀ ਹਰਜਿੰਦਰ ਸਿੰਘ ਅਨੰਦਪੁਰ ਸਾਹਿਬ ਤੋਂ, ਆਪਣਾ ਕੈਮਰਾ ਤੇ ਮਾਈਕ ਆਨ ਕਰਨਾ, ਹਰਜਿੰਦਰ ਸਿੰਘ ਅਨੰਦਪੁਰ ਸਾਹਿਬ ਤੋਂ। ਆਪਣਾ ਮਾਈਕ ਆਨ ਕਰ ਲਓ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਾਈਕ ਆਨ ਕਰ ਲਿਆ ਸਰ, ਹੋ ਗਿਆ। ਹਾਂਜੀ ਹਾਂਜੀ ਹਾਂਜੀ, ਮੇਰੀ ਜਿਹੜੀ ਅਗਲੀ ਰਚਨਾ ਹੈ ਦਸ਼ਮੇਸ਼ ਪਿਤਾ ਜੀ ਦੇ ਬਾਰੇ ਲਿਖੀ ਹੈ। ਕਿੰਜ ਸਿਜਦਾ ਕਰਾਂ ਤੈਨੂੰ ਦਸ਼ਮੇਸ਼ ਪਿਤਾ, ਕਿੰਜ ਸਿਜਦਾ ਕਰਾਂ ਤੈਨੂੰ ਦਸ਼ਮੇਸ਼ ਪਿਤਾ, ਦੇਸ਼ ਕੌਮ ਲਈ ਦਿੱਤੀ ਜੋ ਸ਼ਹਾਦਤ ਤੂੰ,
ਸ਼ੁਰੂ ਪਿਤਾ ਤੋਂ ਵਾਰਨਾ ਕੀਤਾ ਸੀ, ਸ਼ੁਰੂ ਪਿਤਾ ਤੋਂ ਵਾਰਨਾ ਕੀਤਾ ਸੀ, ਫਿਰ ਤੋਰੇ ਪੁੱਤ ਬਹਾਦਰ ਤੂੰ, ਮੋਤੀ ਮਹਿਰਾ ਨੂੰ ਸੀ ਤੁਸਾਂ ਸੇਵਾ ਬਖਸ਼ੀ, ਮੋਤੀ ਮਹਿਰਾ ਨੂੰ ਸੀ ਤੁਸਾਂ ਸੇਵਾ ਬਖਸ਼ੀ, ਜਿਨ੍ਹਾਂ ਲਾਲਾ ਨੂੰ ਦੁੱਧ ਪਿਆਇਆ ਸੀ, ਕੁਝ ਗੰਗੂ ਜਿਹੇ ਨਮਕ ਹਰਾਮੀ, ਕੁਝ ਗੰਗੂ ਜਿਹੇ ਨਮਕ ਹਰਾਮੀ ਸੀ, ਸੁਨੇਹਾ ਸੂਬੇ ਕੋਲ ਜਾ ਲਾਇਆ ਸੀ, ਸੂਬਾ ਸਰਹੰਦ ਸੀ ਐਡਾ ਕਹਿਰ ਕੀਤਾ, ਸੂਬਾ ਸਰਹੰਦ ਸੀ ਐਡਾ ਕਹਿਰ ਕੀਤਾ, ਲਾਲ ਛੋਟੇ ਨੀਹਾਂ ਚ ਚਿਣਵਾ ਦਿੱਤੇ, ਸੂਬਾ ਸਰਹੰਦ ਸੀ ਐਡਾ ਕਹਿਰ ਕੀਤਾ, ਲਾਲ ਛੋਟੇ ਨੀਹਾਂ ਵਿੱਚ ਚਿਣਵਾ ਦਿੱਤੇ, ਨੀਹਾਂ ਚਿਣਦੇ ਜਦੋਂ ਸੀ ਗੋਡੇ ਅਟਕੇ, ਨੀਹਾਂ ਚਿਣਦੇ ਜਦੋਂ ਸੀ ਗੋਡੇ ਅਟਕੇ, ਜਾਲਮਾ ਘੜ ਘੜ ਦੀਵਾਰਾਂ ਵਿੱਚ ਲਾ ਦਿੱਤੇ, ਲਾਲ ਗੁਰਾਂ ਦੇ ਕਦੇ ਵੀ ਡੋਲੇ ਨਹੀਂ, ਲਾਲ ਗੁਰਾਂ ਦੇ ਕਦੇ ਵੀ ਡੋਲੇ ਨਹੀਂ, ਵੇਖਣ ਲਈ ਉਮਰਾਂ ਛੋਟੀਆਂ ਸੀ, ਲਾਲ ਗੁਰਾਂ ਦੇ ਕਦੇ ਵੀ ਡੋਲੇ ਨਹੀਂ, ਵੇਖਣ ਲਈ ਉਮਰਾਂ ਛੋਟੀਆਂ ਸੀ, ਮਾਤਾ ਗੁਜਰੀ ਦਿੱਤੀ ਸੀ ਗੁੜਤੀ ਐਸੀ, ਮਾਤਾ ਗੁਜਰੀ ਦਿੱਤੀ ਸੀ ਗੁੜਤੀ ਐਸੀ, ਵੱਡੀਆਂ ਲਲਕਾਰਾਂ ਵੀ ਉਹਨਾਂ ਰੋਕੀਆਂ ਸੀ, ਵੱਡੀਆਂ ਲਲਕਾਰਾਂ ਵੀ ਉਹਨਾਂ ਰੋਕੀਆਂ ਸੀ। ਹਾਜ਼ਰੀ ਲਵਾ ਦੇਣੀ ਜੀ, ਲਓ ਤੁਹਾਡਾ ਹੁਕਮ ਮਨਜ਼ੂਰ ਹੈ। ਹਾਂਜੀ, ਰਚਨਾ ਦਾ ਸਿਰਲੇਖ ਹੈ ਬਦੀ ਦਾ ਦੈਂਤ। ਚਾਨਣ ਦੀ ਅੱਖ ਰੋਈ ਹੈ, ਚਾਨਣ ਦੀ ਅੱਖ ਰੋਈ ਹੈ, ਹਨੇਰਿਆਂ ਕਰ ਬੈਂਡ ਵੱਜਦੇ ਨੇ, ਦੀਵੇ ਘਿਓ ਦੇ ਬਾਲ ਕੇ ਬਦੀ ਦਾ ਦੈਂਤ ਨੱਚਦਾ ਏ, ਦੀਵੇ ਘਿਓ ਦੇ ਬਾਲ ਕੇ ਬਦੀ ਦਾ ਦੈਂਤ ਨੱਚਦਾ ਏ, ਮਿੱਟੀ 'ਚ ਮਿਲ ਗਈ ਆਬਰੂ ਸੁੱਕਾ ਚਮਨ ਮੇਰੇ ਸ਼ਹਿਰ ਦਾ, ਮਿੱਟੀ 'ਚ ਮਿਲ ਗਈ ਆਬਰੂ ਸੁੱਕਾ ਚਮਨ ਮੇਰੇ ਸ਼ਹਿਰ ਦਾ, ਅਜੇ ਨਾ ਠਰਿਆ ਕਾਲਜਾ ਬਦੀ ਦੇ ਦੈਂਤ ਕਾਲੇ ਦਾ, ਮਾਵਾਂ ਦੇ ਪੁੱਤ ਮਾਰੇ ਨੇ, ਭੈਣਾਂ ਤੋਂ ਵੀਰ ਖੋਹੇ ਨੇ, ਸ਼ਗਨਾਂ ਦੀ ਮਹਿੰਦੀ ਲਾਹੀ ਏ, ਘਰਾਂ ਦੇ ਘਰ ਉਜਾੜੇ ਨੇ, ਬਦੀ ਦਾ ਦੈਂਤ ਟਲਦਾ ਨਹੀਂ ਅਜੇ ਵੀ ਤਾਂਡਵ ਨਾਚ ਕਰਨੇ ਤੋਂ, ਬਦੀ ਦਾ ਦੈਂਤ ਟਲਦਾ ਨਹੀਂ ਅਜੇ ਵੀ ਤਾਂਡਵ ਨਾਚ ਕਰਨੇ ਤੋਂ, ਜ਼ਮਾਨਾ ਬਦਲ ਜਾਣਾ ਏ, ਜ਼ਮਾਨਾ ਬਦਲ ਜਾਣਾ ਏ, ਸਦਾ ਏ ਤਾਜ ਨਹੀਂ ਰਹਿਣੇ, ਅਮਨ ਦੀ ਉਡੂ ਘੁੱਗੀ ਫਿਰ ਸਦਾ ਜੰਗਬਾਜ ਨਹੀਂ ਰਹਿਣੇ, ਟੋਏ ਜੋ ਪੁੱਟਣ ਕਿਸੇ ਲਈ ਉਹੀ ਵਿੱਚ ਆਪ ਡਿੱਗਣੇ ਨੇ, ਸਿਤਮ ਦਾ ਕਿਲਾ ਢੱਠੇਗਾ ਲੁੜਕ ਕੇ ਪਾਪ ਡਿੱਗਣੇ ਨੇ, ਡੋਲਣ ਜੋ ਰਤ ਮਜ਼ਲੂਮ ਦੀ ਕਦੇ ਨਾ ਮਾਫ਼ ਹੋਣੇ ਨੇ, ਬੇਲਾ ਉਹ ਦੂਰ ਨਹੀਂ ਸੱਜਣਾ ਜਦੋਂ ਇਨਸਾਫ਼ ਹੋਣੇ ਨੇ, ਬੇਲਾ ਉਹ ਦੂਰ ਨਹੀਂ ਸੱਜਣਾ ਜਦੋਂ ਇਨਸਾਫ਼ ਹੋਣੇ। ਥੈਂਕ ਯੂ, ਦੋ ਕਲਾਈਨਾਂ ਲਿਖੀਆਂ ਜੂਨ 84 ਦੇ ਨੇ। ਜੂਨ 84 ਦੀ ਫਿਰ ਯਾਦ ਆ ਗਏ, ਬੇਗੁਨਾਹਾਂ ਦੇ ਖੂਨ ਦੀ ਉਹ ਕਾਲੀ ਰਾਤ ਯਾਦ ਆ ਗਈ, ਉਜਾੜ ਕੁੱਖਾਂ ਖੇਡੀ ਖੂਨ ਦੀ ਹੋਲੀ, ਜੋ ਵੇਖ ਕੇ ਮੌਤ ਦੀ ਤੰਗੀ ਸੀ, ਪਰ ਹਾਕਮਾਂ ਸ਼ਰਮ ਨਹੀਂ ਮੰਨੀ ਸੀ, ਆ ਗੱਲਾਂ ਗੱਲਾਂ ਵਿੱਚ ਟਾਇਰ ਸਾਰੇ ਜਿੰਦਿਆਂ ਨੂੰ, ਕੀਤਾ ਲੀਰੋ ਲੀਰ ਬੀਬੀਆਂ ਦੇ ਜਾਮਾਂ ਨੂੰ, ਜ਼ਮੀਨ ਆਸਮਾਨ ਸਦਾ ਗਵਾਹ ਹੈ, ਇੱਥੇ ਸੂਰਮੇ ਹੋਏ ਕੁਰਬਾਨ, ਇੱਥੇ ਸਿੱਖਾਂ ਦਾ ਸਦਾ ਦਿੱਤੀਆਂ ਕੁਰਬਾਨੀਆਂ, ਪਰ ਵਾਰ ਪਾਉਣ ਲਈ ਵਾਰ ਦਿੱਤੇ ਇੱਥੇ। ਜੂਨ 84 ਦੀ ਫਿਰ ਯਾਦ ਆ ਗਈ, ਬੇਗੁਨਾਹ ਦੇ ਖੂਨ ਦੀ ਕਾਲੀ ਉਹ ਰਾਤ ਯਾਦ ਆ ਗਈ। ਥੈਂਕ ਯੂ ਜੀ, ਬਹੁਤ ਅੱਛੇ, ਬਹੁਤ ਅੱਛੇ, ਥੈਂਕ ਯੂ, ਥੈਂਕ ਯੂ ਕਾਂਗੇ ਜੀ, ਬਹੁਤ ਵਧੀਆ। ਇਹ ਆਪਾਂ ਸੱਭਿਆ ਬੰਦੇ ਜੀ ਆਪਣੇ ਮਨਕੀਤ ਸੋਹ ਜੀ ਹੁਣਾਂ ਨੂੰ
ਬੰਦਾ ਦੇਖ ਲਓ ਜੀ ਬਾਕੀ ਸਵਾਲ ਜੀ ਤੁਹਾਡਾ ਮੈਂ ਇੱਕ ਬੰਦਾ ਜੀ ਇਹ ਮੇਰੀ ਕਵਿਤਾ ਜੀ ਨੂੰ ਸਮਰਪਿਤ ਹੈ ਜੋ ਦੁਨੀਆ ਤੇ ਜਦ ਪਾਪ ਸੀ ਹੋਇਆ ਆਜ਼ਾਦ ਜੀ ਪਲੀਜ਼ ਆਪਣਾ ਮੈਕ ਬੰਦ ਕਰ ਲਿਆ ਤੁਹਾਡੀ ਆਵਾਜ਼ ਆ ਰਹੀ ਹਾਂਜੀ ਹਾਂਜੀ ਦੁਬਾਰਾ ਸ਼ੁਰੂ ਕਰੋ ਸੋਰੀ ਦੁਨੀਆ ਤੇ ਜਦ ਪਾਪ ਸੀ ਹੋਇਆ ਧਰਤੀ ਉੱਤੇ ਅੰਬਰ ਰੋਇਆ ਮਾਰ ਕੇ ਤੱਤੇ ਰੇਤਾ ਸਿਰ ਪੈ ਜ਼ਾਲਮ ਕੀਤਾ ਦਾਦਾ ਪੈਰ ਦੁਨੀਆ ਤੇ ਆ ਗਿਆ ਸੈਕਟਰੀ ਨੂੰ ਇਜਾਜ਼ਤ ਦੀ ਲੋੜ ਨਹੀਂ ਹੁੰਦੀ ਤੁਸੀਂ ਤਾਂ ਵਿੱਚ ਵਿੱਚ ਲਾਈ ਚੱਲਿਆ ਕਰੋ ਨਾ ਮੇਰੇ
ਮੇਰੀ ਰਚਨਾ ਦਾ ਜਿਹੜਾ ਸਿਰਲੇਖ ਹੈ ਜੀ ਮੱਥਾ ਦਿੱਲੀ ਦੇ ਨਾਲ ਹਾਂਜੀ ਇਹ ਉਸ ਵੇਲੇ ਦਾ ਜਿਸ ਵੇਲੇ ਹਰਿਮੰਦਰ ਸਾਹਿਬ ਨੂੰ ਢਾਹ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਕੇਰ ਸਿੰਘ ਤੇ ਬੇਅੰਤ ਸਿੰਘ ਆਪਸ ਵਿੱਚ ਕੁਝ ਗੱਲਾਂ ਕਰਦੇ ਆ ਨਾਲ ਸਤਵੰਤ ਸਿੰਘ ਰਲਦਾ ਤੇ ਮੈਂ ਇਹ ਕਮਿਸ਼ਨਰੀ ਤਹਿਤ ਤਾਂ ਪਰ ਮੈਂ ਕੋਸ਼ਿਸ਼ ਕਰੂੰਗਾ ਨਿਭਾਉਣ ਦਾ ਵੈਰੀ ਗੁੱਡ ਕਮਿਸ਼ਨਰੀ ਸਾਹਿਬ ਬੇਅੰਤ ਸਿੰਘ ਸਤਵੰਤ ਨੂੰ ਕਹਿੰਦਾ ਮੇਰੇ ਬੋਝ ਮਨ ਵਿੱਚ ਰਹਿੰਦਾ ਬੇਅੰਤ ਸਿੰਘ ਸਤਵੰਤ ਨੂੰ ਕਹਿੰਦਾ ਮੇਰੇ ਬੋਝ ਮਨ ਵਿੱਚ ਰਹਿੰਦਾ ਮੇਰੇ ਬੋਝ ਦਿਲ ਤੇ ਰਹਿੰਦਾ ਵੀਰ ਜੂਨ ਚੁਰਾਸੀ ਦਾ ਮੱਥਾ ਦਿੱਲੀ ਦੇ ਨਾਲ ਲਾਉਣ ਮੈਨੂੰ ਡਰ ਨਹੀਂ ਫਾਂਸੀ ਦਾ ਮੱਥਾ ਦਿੱਲੀ ਦੇ ਨਾਲ ਲਾਉਣ ਮੈਨੂੰ ਡਰ ਨਹੀਂ ਫਾਂਸੀ ਦਾ ਅੱਗੇ ਸਤਵੰਤ ਕੀ ਜਵਾਬ ਦਿੰਦਾ ਜੀਵਨ ਕੌਮ ਦੇ ਲੇਖੇ ਕਰਨਾ ਭਾਵੇਂ ਸੌ ਵਾਰੀ ਭਾਵੇਂ ਮਰਨਾ ਜੀਵਨ ਕੌਮ ਦੇ ਲੇਖੇ ਕਰਨਾ ਭਾਵੇਂ ਸੌ ਵਾਰੀ ਭਾਵੇਂ ਮਰਨਾ ਭਾਵੇਂ ਸੌ ਵਾਰੀ ਭਾਵੇਂ ਮਰਨਾ ਜ਼ੁਲਮ ਜੜ ਤੋਂ ਵੱਢਣਾ ਏ ਇਹ ਦੋ ਦਿਨ ਦੀ ਜੁਦਗਾਨੀ ਪਾਪੀ ਜਿਉਂਦਾ ਨਹੀਂ ਛੱਡਣਾ ਏ ਇਹ ਦੋ ਦਿਨ ਦੀ ਜਿੰਦਗਾਨੀ ਪਾਪੀ ਜਿਉਂਦਾ ਨਹੀਂ ਛੱਡਣਾ ਏ ਮੈਂ ਸਭ ਕੁਝ ਜਾ ਅੱਖੀ ਤੱਕਿਆ ਕਿਵੇਂ ਕਾਲ ਤਖਤ ਹੈ ਕੱਠਿਆ ਮੈਂ ਸਭ ਕੁਝ ਅੱਖੀ ਤੱਕਿਆ ਕਿਵੇਂ ਅਕਾਲ ਤਖਤ ਹੈ ਟਠਿਆ ਅਕਾਲ ਤਖਤ ਹੈ ਟਠਿਆ ਕੀ ਮੁੜ ਪਾਇਆ ਸਾਡੀ ਰਾਖੀ ਦਾ ਮੱਥਾ ਦਿੱਲੀ ਦੇ ਨਾਲ ਲਾਉਣਾ ਸਾਨੂੰ ਡਰ ਨਹੀਂ ਫੁੰਸੀ ਦਾ ਮੱਥਾ ਦਿੱਲੀ ਦੇ ਨਾਲ ਲਾਉਣਾ ਮੈਨੂੰ ਡਰ ਨਹੀਂ ਫੁੰਸੀ ਦਾ ਸੱਜੀ ਬਾਂਹ ਤੇਰੇ ਨਾਲ ਖੜ ਜੂੰ ਗੱਲ ਇੱਕ ਵਾਰੀ ਖਾਲੀ ਕਰ ਦੂੰ ਸੱਜੀ ਬਾਂਹ ਬਣ ਤੇਰੇ ਨਾਲ ਖੜ ਜੂੰ ਗੱਲ ਇੱਕ ਵਾਰੀ ਖਾਲੀ ਕਰ ਦੂੰ ਗੱਲ ਇੱਕ ਵਾਰੀ ਖਾਲੀ ਕਰ ਦੂੰ ਚੰਡਾ ਜੱਤ ਚੰਡਾ ਕੱਢਣਾ ਚੰਡ ਗੱਲ ਇੱਕ ਵਾਰੀ ਖਾਲੀ ਕਰ ਦੂੰ ਚੰਡਾ ਜੱਤਦਾ ਕੱਢਣਾ ਏ ਇਹ ਦੋ ਦਿਨ ਦੀ ਜਿੰਦਗਾਨੀ ਪਾਪੀ ਜਿਉਂਦਾ ਨਹੀਂ ਛੱਡਣਾ ਏ ਉਸ ਜਗ੍ਹਾ ਕਹਿਰ ਜੋ ਕਰਦਾ ਆਖਿਰ ਉਹ ਸਿੰਘਾਂ ਹੱਥੋਂ ਮਰਦਾ ਆਖਿਰ ਸਿੰਘਾਂ ਹੱਥੋਂ ਮਰਦਾ ਹਾਲ ਵੇਖ ਲੈ ਮੱਸੇ ਪਾਪੀ ਦਾ ਮੱਥਾ ਦਿੱਲੀ ਦੇ ਨਾਲ ਲਾਉਣਾ ਮੈਨੂੰ ਡਰ ਨਹੀਂ ਫਾਂਸੀ ਦਾ ਮੇਰੇ ਅੰਗ ਅੰਦਰੋਂ ਅੰਦਰੀ ਬਲਦੀ ਰਹਿੰਦੀ ਰੂਹ ਨਿੱਤ ਮੇਰੀ ਸੜਦੀ ਮੇਰੇ ਅੰਗ ਅੰਦਰੋਂ ਅੰਦਰੀ ਬਲਦੀ ਰੂਹ ਰਹਿੰਦੀ ਨਿੱਤ ਸੜਦੀ ਰਹਿੰਦੀ ਰੂਹ ਨਿੱਤ ਜਲਦੀ ਗੁੱਸਾ ਦਿਲ ਦਾ ਕੱਢਣਾ ਏ ਇਹ ਦੋ ਦਿਲ ਦੀ ਜਿੰਦਗਾਨੀ ਪਾਪੀ ਜਿਉਂਦਾ ਨਹੀਂ ਛੱਡਣਾ ਏ ਜਬਰ ਜ਼ੁਲਮ ਹੁਣ ਨਹੀਂ ਸਹਿਣਾ ਬਦਲਾ ਹਰਿਮੰਦਰ ਦਾ ਲੈਣਾ ਜਬਰ ਜ਼ੁਲਮ ਹੁਣ ਨਾ ਸਹਿਣਾ ਬਦਲਾ ਹਰਿਮੰਦਰ ਦਾ ਲੈਣਾ ਬਦਲਾ ਹਰਿਮੰਦਰ ਦਾ ਲੈਣਾ ਸਾਡੀ ਪਿੱਠ ਤੇ ਗੋਲੀ ਦਾਗੀ ਦਾ ਮੱਥਾ ਦਿੱਲੀ ਦੇ ਨਾਲ ਲਾਉਣਾ ਮੈਨੂੰ ਡਰ ਨਹੀਂ ਫਾਂਸੀ ਦਾ ਅਰਮਾਨ ਮੇਰੇ ਵੀ ਬੜੇ ਅੱਥਰੇ ਦਿੰਦਰ ਕਰਨੇ ਵੈਰੀ ਦੇ ਨੇ ਡੱਕਰੇ ਅਰਮਾਨ ਮੇਰੇ ਵੀ ਬੜੇ ਅੱਥਰੇ ਕਰਨੇ ਵੈਰੀ ਦੇ ਹੁਣ ਡੱਕਰੇ ਕਰਨੇ ਵੈਰੀ ਦੇ ਹੁਣ ਡੱਕਰੇ ਅੰਤ ਫਾਹੇ ਲੱਗਣਾ ਏ ਇਹ ਦੋ ਦਿਨ ਦੀ ਜਿੰਦਗਾਨੀ ਪਾਪੀ ਜਿਉਂਦਾ ਨਹੀਂ ਛੱਡਣਾ ਏ ਇਹ ਦੋ ਦਿਨ ਦੀ ਜਿੰਦਗਾਨੀ ਪਾਪੀ ਜਿਉਂਦਾ ਨਹੀਂ ਛੱਡਣਾ ਏ ਸ਼ੁਕਰੀਆ ਜੀ ਓਕੇ ਧੰਨਵਾਦ ਬਿੰਦਰ ਜੀ ਬਹੁਤ ਅੱਛੇ ਵੈਰੀ ਗੁੱਡ ਜੋਗਿੰਦਰ ਸਿੰਘ ਜੀ ਮੁਕਤਾ ਆਪਣੀ ਰਚਨਾ ਲੈ ਕੇ ਹਾਜ਼ਰ ਹੈ ਅਰਵਿੰਦ ਸਿੰਘ ਜੀ ਆਪਣਾ ਮੈਕ ਆਨ ਕਰ ਲਓ ਅਰਵਿੰਦ ਸਿੰਘ ਜੀ
ਹਾਂਜੀ ਇਹਨਾਂ ਦਾ ਥੋੜ੍ਹਾ ਤਾਂ ਹੀ ਮੈਂ ਬੰਦ ਕਰਨ ਤੋਂ ਡਰਦਾ ਇਹਨਾਂ ਮੁੜ ਕੇ ਆਨ ਨਹੀਂ ਹੁੰਦਾ ਥੋੜ੍ਹੀ ਕੀਤੇ ਵੇ ਇਹਨਾਂ ਦਾ ਆਫ ਕਰਨਾ ਵੀ ਔਖਾ ਅਤੇ ਆਨ ਹੋ ਗਿਆ ਹੋ ਗਿਆ ਹੋ ਗਿਆ ਦੂਜੇ ਤੌਰ ਦੀ ਰਚਨਾ ਜੀ ਇਹ ਛਾਕਾ ਨੀਲਾ ਤਾਰਾ ਜਦ ਵੀ ਅੰਮ੍ਰਿਤ ਦੇਵ ਝਾਕਾਂ ਜਦ ਵੀ ਅੰਮ੍ਰਿਤ ਦੇਵ ਝਾਕਾਂ ਵੇਖਣ ਲਈ ਕੋਈ ਚੰਨ ਸਤਾਰਾ ਜ਼ੁਲਮਾਂ ਦੇ ਬਦਲਾਂ ਚੋਂ ਦਿਸਦਾ ਖੁੰਦੀ ਛਾਕਾ ਨੀਲਾ ਤਾਰਾ ਜਦ ਵੀ ਅੰਬਰ ਦੇ ਵੱਲ ਝਾਕਾਂ ਵੇਖਣ ਲਈ ਕੋਈ ਚੰਨ ਸਤਾਰਾ ਜ਼ੁਲਮਾਂ ਦੇ ਬਦਲਾਂ ਨੂੰ ਦਿਸਦਾ ਖੂਨੀ ਛਾਕਾ ਨੀਲਾ ਤਾਰਾ ਮਾਨਵਤਾ ਦੀ ਰੂਹ ਕੰਬਦੀ ਸੀ ਮਾਨਵਤਾ ਦੀ ਰੂਹ ਕੰਬਦੀ ਸੀ ਵੇਖ ਕੇ ਹੁੰਦਾ ਖੂਨੀ ਕਾਰਾ ਜਦ ਮੈਂ ਤੱਕਾਂ ਲੱਤ ਲਾਸ਼ਾਂ ਦਿਸੀਆਂ ਜਦ ਮੈਂ ਤੱਕੀਆਂ ਲਾਸ਼ਾਂ ਵਿਛੀਆਂ ਨਾਲ ਵਹਿੰਦੀਆਂ ਖੂਨੀ ਧਾਰਾਂ ਨਾਲ ਵਹਿੰਦੀਆਂ ਖੂਨੀ ਧਾਰਾਂ ਮਨ ਤੋਂ ਇਹੋ ਰੂਪ ਸੀ ਉੱਠਦੀ ਕਿਸ ਵਾਰਸ ਨੂੰ ਵਾਜਾਂ ਮਾਰਾਂ ਮਨ ਤੋਂ ਇਹੋ ਰੂਖ ਸੀ ਉੱਠਦੀ ਹੁਣ ਕਿਸ ਵਾਰਸ ਨੂੰ ਵਾਜਾ ਮਾਰਾਂ ਆ ਕੇ ਤੱਕੀਆਂ ਤੱਕਿਆ ਵਿੱਚ ਹਰਿਮੰਦਰ ਆਪੇ ਤੱਕਿਆ ਵਿੱਚ ਹਰਿਮੰਦਰ ਆਪੇ ਤੱਕੀਆਂ ਵਿੱਚ ਹਰਿਮੰਦਰ ਵਕਦੀਆਂ ਜ਼ਾਲਮ ਸਰਕਾਰਾਂ ਆਪੇ ਤੱਕੀਆਂ ਵਿੱਚ ਹਰਿਮੰਦਰ ਵਕਤ ਦੀਆਂ ਜ਼ਾਲਮ ਸਰਕਾਰਾਂ ਵਕਤ ਦੀਆਂ ਫੌਜਾਂ ਸਰਕਾਰਾਂ ਢਾ ਦਿੱਤਾ ਰੱਬ ਦਾ ਘਰ ਸਾਰਾ ਖੂਨੀ ਛਾਕਾ ਨੀਲਾ ਤਾਰਾ ਢਾ ਦਿੱਤਾ ਰੱਬ ਦਾ ਘਰ ਸਾਰਾ ਖੂਨੀ ਛਾਕਾ ਨੀਲਾ ਤਾਰਾ ਤਾਕੇ ਲੱਗਦਾ ਸਦਮਾ ਭਾਰ ਤਾਕੇ ਲੱਗਦਾ ਸਦਮਾ ਭਾਰਾ ਸੁਣ ਕੇ ਲੱਗਦਾ ਸਦਮਾ ਭਾਰਾ ਫੌਜਾਂ ਲਾ ਕੇ ਦੇਸ਼ ਦੀਆਂ ਹੀ ਫਸਲਾਂ ਚਰੀਆਂ ਦੇਸ਼ ਨਸਲਾਂ ਚਰੀਆਂ ਦੇਸ਼ ਦੀਆਂ ਹੀ ਆਪ ਭਿਆਨਕ ਰਾਕਸ਼ ਬਣ ਕੇ ਨਸਲਾਂ ਚਰੀਆਂ ਦੇਸ਼ ਦੀਆਂ ਹੀ ਆਪ ਭਿਆਨਕ ਰਾਕਸ਼ ਬਣ ਕੇ ਆਪ ਮਚਾਇਆ ਘੱਲੂਕਾਰਾ ਖੂਨੀ ਛਾਕਾ ਨੀਲਾ ਤਾਰਾ ਕੀ ਕਰਨੀ ਐਸੀ ਆਜ਼ਾਦੀ ਕੀ ਕਰਨੀ ਐਸੀ ਆਜ਼ਾਦੀ ਜੋ ਕਰਦੀ ਐਸੀ ਬਰਬਾਦੀ ਕੀ ਕਰਨੀ ਐਸੀ ਆਜ਼ਾਦੀ ਜੋ ਕਰਦੀ ਐਸੀ ਬਰਬਾਦੀ ਕਿਸ ਕਿਸ ਦੇ ਸਿਰ ਦੋਸ਼ ਦਿਆਂ ਕਿਸ ਕਿਸ ਦੇ ਸਿਰ ਦੋਸ਼ ਮੜੀਏ ਕਿੱਥੋਂ ਨਵੀਂ ਕਹਾਣੀ ਕਰੀਏ ਕਿੱਦਾਂ ਹਰਿਮੰਦਰ ਵਿੱਚ ਜਾਵੜੀਏ ਜਦ ਵੀ ਹਰਿਮੰਦਰ ਵਿੱਚ ਜਾਈਏ ਸਾਲੋ ਸਾਲ ਮਨਾਉਂਦੇ ਰਹੀਏ ਸੁੱਤਿਆਂ ਤਾਈਂ ਜਗਾਉਂਦੇ ਰਹੀਏ ਅਣਖਾਂ ਖਾਤਰ ਮਨ ਮਿਟਿਆਂਦੇ ਗੀਤ ਹਮੇਸ਼ਾ ਗਾਉਂਦੇ ਰਹੀਏ ਅਣਖਾਂ ਖਾਤਰ ਮਨ ਮਿਟਿਆਂਦੇ ਅਣਖਾਂ ਖਾਤਰ ਮਨ ਮਿਟਿਆਂਦੇ ਗੀਤ ਹਮੇਸ਼ਾ ਗਾਉਂਦੇ ਰਹੀਏ ਪਾਰੇ ਫੁੱਟਦੇ ਰਿਸ਼ਤੇ ਰਹਿਣੇ ਪਾਰੇ ਫੱਟਨੇ ਰਿਸ਼ਤੇ ਰਹਿਣੇ ਪਾਰੇ ਫੱਟਨੇ ਰਿਸ਼ਤੇ ਰਹਿਣੇ ਕਰੀਏ ਜਿੰਨਾ ਮਰਜ਼ੀ ਚਾਰਾ ਭੁੱਲ ਨਹੀਂ ਸਕਦਾ ਨੀਲਾ ਤਾਰਾ ਭੁੱਲ ਨਹੀਂ ਸਕਦਾ ਘੱਲੂਕਾਰਾ ਜਦ ਦੀ ਅੰਬਰ ਦੇ ਵੱਲ ਝਾਕਾਂ ਵੇਖਣ ਲਈ ਉਹ ਚੰਨ ਸਤਾਰਾ ਜ਼ੁਲਮਾਂ ਦੇ ਬਦਲਾਂ 'ਚ ਦਿਸਦਾ ਹਰਦੂ ਸਾਕਾ ਨੀਲਾ ਤਾਰਾ ਪਰ ਨਹੀਂ ਚੱਲਦਾ
ਕੋਈ ਚਾਰਾ ਇੱਕੋ ਹੀ ਅਰਦਾਸ ਹਾਂ ਕਰਦਾ, ਇੱਕੋ ਹੀ ਅਰਦਾਸ ਹਾਂ ਕਰਦਾ, ਫਿਰ ਨਾ ਹੋਵੇ ਕਦੇ ਦੁਬਾਰਾ ਨੀਲਾ ਤਾਰਾ, ਨੀਲਾ ਤਾਰਾ ਖੂਨੀ ਸਾਕਾ ਨੀਲਾ ਤਾਰਾ। ਅਤਿਆਚਾਰ ਤੇ ਕੀਤਾ ਜੁਰਮ ਸਮੇਂ ਦੀ ਸਰਕਾਰ, ਕਈਆਂ ਬੇਦੋਸ਼ੀਆਂ ਨੂੰ ਮਾਰ ਕੇ ਮੁਖਬਰ ਬਣ ਬੈਠੇ ਸ਼ਾਹੂਕਾਰ, ਕਈਆਂ ਬੇਦੋਸ਼ੀਆਂ ਨੂੰ ਮਾਰ ਕੇ ਮੁਖਬਰ ਬਣ ਬੈਠੇ ਸ਼ਾਹੂਕਾਰ, ਆਖਰ ਤਾਂ ਪਾਪੀ ਮਰਨਾ ਸੀ ਜਿੰਦਰ, ਜਿਹੜਾ ਕਰੀ ਬੈਠਾ ਸੀ ਹੰਕਾਰ, ਜਿਹੜਾ ਕਰੀ ਬੈਠਾ ਸੀ ਹੰਕਾਰ। ਤੇ ਆਪਾਂ ਸੱਦਾ ਦੇਣ ਜਾ ਰਹੇ ਜੋਗਿੰਦਰ ਸਿੰਘ ਜੀ ਮੁਕਤਾ, ਜੋ ਕਿ ਅੱਜ ਆਪਣੇ ਨਾਲ ਪਹਿਲੀ ਵਾਰ ਹਰਿਆਣੇ ਤੋਂ ਸ਼ਾਮਿਲ ਹੋਏ ਨੇ। ਜੋਗਿੰਦਰ ਸਿੰਘ ਜੀ ਮੁਕਤਾ ਜੀ, ਜਗਿੰਦਰ ਸਿੰਘ ਜੀ ਆਪਣਾ ਮੈਚ ਆਨ ਕਰ ਲਓ ਜੇ ਆਵਾਜ਼ ਸੁਣਦੇ ਤੁਹਾਨੂੰ। ਸਤਿਗੁਰੂ ਪਰ ਪੁਕਾਰੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਸਤਿਗੁਰੂ ਪਰ ਪੁਕਾਰੀ, ਜਿਨਮੀ ਤੀਰ ਤੇ ਰੋਕ ਸ਼ਕਤ ਮਾਰਵ ਸਤਕਾਰੀ, ਅੰਮ੍ਰਿਤ ਪਿਆ ਕੇ ਕੀਤੇ ਕੁਝ ਫੁਲਕਾਰੀ, ਕੰਗਾ ਕਰੇ ਕੁਰਬਾਨ ਕੇ ਸੁਕਛ ਰਹਿ ਤੁਦੇ ਪੰਜ ਕਟੀ, ਸਿੱਖ ਜਗ ਤੁਨ ਪਾਉਣਾ ਦੱਸਿਆ ਬਖਸ਼ ਦਿੱਤੀ ਸਰਦਾਰੀ। ਵੀ ਕਹਿ ਰਿਹਾ ਹੁਣ ਕਰ ਕਰ ਤੇਗ ਦੇ ਤੁਧਾਰੇ ਦੀਆਂ ਕਥਾਂ, ਹੁਣ ਕਰ ਕਰ ਤੇਗ ਦੇ ਤੁਧਾਰੇ ਦੀਆਂ ਕਥਾਂ, ਦੀਨ ਦੁਖੀਆਂ ਦੇ ਦਰਦੀ ਸੁਹਾਰੇ ਦੀਆਂ ਗੱਲਾਂ, ਦੀਨ ਦੁਖੀਆਂ ਦੇ ਦਰਦੀ ਸੁਹਾਰੇ ਦੀਆਂ ਗੱਲਾਂ, ਹੁਣ ਕਰ ਕਰ ਤੇਗ ਦੇ ਤੁਧਾਰੇ ਦੀਆਂ ਕਥਾਂ, ਹੁਣ ਕਰ ਕਰ ਤੇਗ ਦੇ। ਇੱਕ ਗਗਨਾ ਤੇ ਚੰਨ ਦੂਜਾ ਗੁਜਰੀ ਦਾ ਲਾਲ, ਇੱਕ ਗਗਨਾ ਤੇ ਚੰਨ ਦੂਜਾ ਗੁਜਰੀ ਦਾ ਲਾਲ, ਲੋਕੀ ਵੇਖ ਵੇਖ ਲੋ ਕੇ ਨੂਰੀ ਜੋਤ ਦਾ ਜਲਾਲ, ਲੋਕੀ ਵੇਖ ਵੇਖ ਲੋ ਕੇ ਨੂਰੀ ਜੋਤ ਦਾ ਜਲਾਲ, ਮਨ ਮੋਹਣੇ ਸੋਹਣੇ ਨੂਰ ਦੇ ਨਜ਼ਾਰੇ ਦੀਆਂ ਗੱਲਾਂ, ਹੁਣ ਕਰ ਕਰ ਤੇਗ ਦੇ ਤੁਧਾਰੇ ਦੀਆਂ ਗੱਲਾਂ, ਹੁਣ ਕਰ ਕਰ ਤੇਗ ਦੇ। ਉਸ ਅਣਖਾਂ ਦੇ ਰਾਖੇ ਸਾਚੇ ਸੂਰਮੇ ਦਲੇਰ, ਉਸ ਅਣਖਾਂ ਦੇ ਰਾਖੇ ਸਾਚੇ ਸੂਰਮੇ ਦਲੇਰ, ਖੁੱਲਾ ਜੈ ਫੁਰਮਾਨ ਦੇ ਖੁਸ਼ੀਆਂ ਬਖੇਰ, ਹੱਕ ਸੱਚ ਲਈ ਮਿੱਤਰ ਪਿਆਰੇ ਦੀਆਂ ਗੱਲਾਂ, ਹੁਣ ਕਰ ਕਰ ਤੇਗ ਦੇ ਤੁਧਾਰੇ ਦੀਆਂ ਗੱਲਾਂ, ਹੁਣ ਕਰ ਕਰ ਤੇਗ ਦੇ। ਮੇਰੀ ਉਜਨੀ ਜਾਤੀ ਉਸ ਵੰਡਿਆ ਪਿਆਰ, ਪਹਿਲੋ ਉਸ ਹੱਥ ਵਿੱਚ ਫੜੀ ਤਲਵਾਰ, ਨੇਕ ਊਚ ਨੀਚ ਜਾਤੀ ਉਸ ਮਾਈਕ ਫ੍ਰੀਜ਼ ਹੋ ਗਿਆ, ਇੱਕ ਤਾਂ ਉਹ ਨਹੀਂ ਹੈ। ਫ੍ਰੀਜ਼ ਹੋ ਗਿਆ ਮੇਰੇ ਖਿਆਲ ਉਹਨਾਂ ਦਾ ਮਾਈਕ। ਇਨ ਦੁਖੀਆਂ ਦੇ ਦਰਵੀ ਸਹਾਰੇ ਦੀਆਂ ਗੱਲਾਂ, ਹੁਣ ਕਰ ਕਰ ਤੇਗ ਦੇ ਤੁਧਾਰੇ ਦੀਆਂ ਗੱਲਾਂ, ਹੁਣ ਕਰ ਕਰ ਤੇਗ ਦੇ। ਕੀਤਾ ਰੋਸ਼ਨ ਜਹਾਨ ਉਹਦੇ ਕੌਤਕ ਨਿਰਾਲੇ, ਪਾ ਕੇ ਜਿਗਰ ਦੇ ਪੋਤੀਆਂ ਦੇ ਖੂਨ
ਮਾਈਕ ਫ੍ਰੀਜ਼ ਹੀ ਹੋ ਜਾਂਦਾ ਮੇਰੇ ਖਿਆਲ ਫ੍ਰੀਜ਼ ਹੋ ਜਾਂਦਾ ਉੱਦਾਂ ਤਾਂ ਆਉਂਦੇ ਹਾਂ ਥੋੜ੍ਹਾ ਦੂਰ ਹੋਣੇ ਆ ਮੇਰਾ ਖਿਆਲ ਮਾਈਕ ਤੋਂ ਕਈ ਵਾਰ ਡਾਇਰੈਕਸ਼ਨ ਚੇਂਜ ਹੋਣ ਦੇ ਕਰਕੇ ਵੀ ਆਵਾਜ਼ ਕੱਟ ਜਾਂਦੀ ਪਰ ਉਹ ਤਾਂ ਫ੍ਰੀਜ਼ ਹੀ ਹੋ ਗਿਆ ਮੇਰੇ ਖਿਆਲ ਹੁਣ ਕਰ ਕਰ ਦੇਗ ਦੇ ਤਾਰੇ ਕੀਆਂ ਕਰਨਾ ਦੀਨ ਦੁਖੀਆਂ ਦੇ ਦਰਦੀ ਸਹਾਰੇ ਦੀਆਂ ਕਰਨਾ ਹੁਣ ਕਰ ਕਰ ਦੇਗ ਦੇ ਤਾਰੇ ਕੀਆਂ ਕਰਨਾ ਹੁਣ ਕਰ ਕਰ ਦੇਗ ਦੇ ਧੰਨਵਾਦ ਮੈਂ ਪੰਜੇ ਪਾਤਸ਼ਾਹ ਬਾਰੇ ਕਿਹਾ ਦੋ ਤਿੰਨ ਗੀਤ ਵੀ ਹੋਰ ਸਾਨੂੰ ਮੇਰੇ ਕੋਲ ਕਿਵੇਂ ਆਪਦਾ ਹੁਕਮ ਹੋਵੇ ਪਰ ਮੈਂ ਇਹ ਕਵਿਤਾ ਇਸ ਤਰ੍ਹਾਂ ਕੀ ਕਿਉਂ ਅੱਜ ਤੁਸੀਂ ਪੰਜੇ ਪਾਤਸ਼ਾਹ ਦੀ ਯਾਦ ਵਿੱਚ ਕਵਿਤਾ ਕਰ ਰਹੇ ਹੋ ਤੇ ਜਦੋਂ ਦੂਸਰਿਆਂ ਕਵੀਆਂ ਨੇ ਗੁਰੂ ਗੋਬਿੰਦ ਸਿੰਘ ਬਾਰੇ ਬੋਲੀ ਕਵਿਤਾ ਮੈਂ ਵੀ ਇੱਕ ਬੋਲ ਦਿੰਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਰਜਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਹੁਣ ਆਪਾਂ ਸੱਤਾ ਦਿਨਾਂ ਜੀ ਡਾਕਟਰ ਮੰਗਤ ਰਾਮ ਜੀ ਨੂੰ ਡਾਕਟਰ ਮੰਗਤ ਰਾਮ ਜੀ ਆਪਣਾ ਮਾਇਕ ਤੁਸੀਂ ਔਨ ਕਰ ਲਓ ਪਹਿਲਾਂ ਦੁਬਾਰਾ ਆਉਣ ਹੀ ਨੀ ਹੁੰਦੇ ਫਿਰ ਥੋੜੀ ਕੀਤੇ ਹੋ ਗਿਆ ਗੁਰੂ ਸਾਹਿਬਾਂ ਨੂੰ ਸਮਰਪਣ ਮਾਇਨੇ ਦੇ ਵਿੱਚ ਕਰਤਾ ਬੋਲ ਰਿਹਾ ਇੱਕ ਤੇ ਚੰਦ ਲੈਣਾ ਤਰਨਮ ਚ ਬੋਲੂਗਾ ਚੰਦ ਲੈਣਾ ਤਰਨਮ ਚ ਬੋਲੂਗਾ ਮੇਰਾ ਚੰਦ ਵੀ ਤੂੰ ਮੇਰਾ ਤਾਰਾ ਵੀ ਤੂੰ ਮੇਰੀ ਬਾਤ ਵੀ ਤੂੰ ਤੇ ਹੁੰਗਾਰਾ ਵੀ ਤੂੰ ਚੰਦ ਵੀ ਤੂੰ ਮੇਰਾ ਤਾਰਾ ਵੀ ਤੋ ਮੇਰੀ ਬਾਤ ਵੀ ਤੋਂ ਵੀ ਤੋਂ ਦੀ ਨਜ਼ਰ ਵੀ ਤੋਂ ਤੇ ਨਜ਼ਾਰਾ ਵੀ ਤੋਂ ਮੇਰੀ ਵਫਾ ਵੀ ਤੋਂ ਤੇ ਇਹਦਾ ਲਾਰਾ ਵੀ ਤੋਂ ਚੰਦ ਵੀ ਤੂੰ ਮੇਰਾ ਤਾਰਾ ਵੀ ਤੂੰ ਮੇਰੀ ਬਾਤ ਵੀ ਤੂੰ ਤੇ ਹੁੰਗਾਰਾ ਵੀ ਤੂੰ ਮੇਰੀ ਓਟ ਵੀ ਤੂੰ ਤੇ ਸਹਾਰਾ ਵੀ ਤੂੰ ਮੇਰਾ ਨਫਾ ਵੀ ਤੂੰ ਖਸਾਰਾ ਵੀ ਤੂੰ ਰੂਹੇ ਪੀਂਗ ਵੀ ਤੂੰ ਤੇ ਹੁਲਾਰਾ ਵੀ ਤੂੰ ਇੱਕ ਇਲਾਤ ਵੀ ਤੂੰ ਤੇ ਪਸਾਰਾ ਵੀ ਤੂੰ ਮੇਰੀ ਹੋਂਦ ਨਾ ਕਾਈ ਮੈਨੂੰ ਸਮਝ ਨਾਹੀ ਮੈਂ ਇੱਕ ਅਣੋ ਵੀ ਤੂੰ ਤੇ ਮੈਂ ਸਾਰਾ ਵੀ ਤੂੰ ਮੈਂ ਇੱਕ ਅਣੋ ਵੀ ਤੂੰ ਤੇ ਮੈਂ ਸਾਰਾ ਵੀ ਤੂੰ ਚੰਦ ਵੀ ਤੂੰ ਤੇ ਮੇਰਾ ਤਾਰਾ ਵੀ ਤੂੰ ਮੇਰੀ ਬਾਤ ਵੀ ਤੂੰ ਤੇ ਹੁੰਗਾਰਾ ਵੀ ਤੂੰ ਤਕਰੀਬਨ ਆਪਣੇ ਦੂਜੇ ਦੌਰ ਦੇ ਵਿੱਚ ਸਾਰੇ ਕਵੀ ਆਪਣੀ ਹਾਜ਼ਰੀ ਲਵਾ ਚੁੱਕੀ ਹੈ ਤੇ ਆਪਣੇ ਕੋਲ ਟਾਈਮ 20 ਮਿੰਟ ਬਚਦੇ ਆ ਹਾਂਜੀ 20 ਮਿੰਟ ਦੇ ਦਿਓ ਤੁਸੀਂ ਜਿੱਦਾਂ ਵੀ ਤੁਸੀਂ ਇੰਚਾਰਜ ਆ
ਤੁਹਾਡੀ ਮਰਜ਼ੀ। ਆਪਣੇ ਕੋਈ ਸਾਥੀ ਕਵੀ ਹੋਰ ਰਚਨਾ ਪੇਸ਼ ਕਰਨੀ ਚਾਹੁੰਦਾ ਤਾਂ ਅਮ੍ਰਿਤ ਆਜ਼ਾਦ ਜੀ ਤੁਸੀਂ ਰਚਨਾ ਪੇਸ਼ ਕਰਨੀ ਚਾਹੋਗੇ? ਹਾਂਜੀ ਮੁਕਤਾ ਜੀ ਵੀ ਇੱਕ ਹੋਰ ਚਾਹੁੰਦੇ ਆ ਤੇ ਤੁਸੀਂ ਵੀ ਕੋਈ ਸ਼ੇਅਰ ਹੋਰ ਪਾ ਦਿਓ ਫਿਰ ਆਪਾਂ ਵੀ ਇੱਕ ਅੱਧੀ ਫਿਰ ਐਡ ਕਰ ਦਿਆਂਗੇ। ਮੁਕਤਾ ਜੀ ਤੁਸੀਂ ਆਪਣੀ ਰਚਨਾ ਪੇਸ਼ ਕਰੋ ਜੀ। ਪੇਸ਼ ਕਰ ਰਿਹਾ ਸਾਕਾ ਜੂਨ 84 ਦਾ। ਆਜ਼ਾਦ ਮੁਲਕ ਵਿੱਚ ਰਹਿ ਕੇ ਆਪਾਂ ਕਿਹੜਾ ਤਰ ਗਏ ਸੀ, ਲੁੱਟੇ ਪੁੱਟੇ ਗਏ ਘਰ ਵਿੱਚ ਫਸਾਦਾਂ ਸੜ ਗਏ ਸੀ, ਧਰਤੀ ਉੱਤੇ ਵੇਖਿਆ ਰੰਗ ਜਮਾਂ ਦੀ ਫਾਸੀ ਦਾ, ਭੁੱਲਦਾ ਨਹੀਂ ਭੁਲਾਇਆ ਸਾਕਾ ਸਾਲ 84 ਦਾ, ਭੁੱਲਦਾ ਨਹੀਂ ਭੁਲਾਇਆ ਸਾਕਾ ਸਾਲ 84 ਦਾ। ਹਰਿਆਵਲ ਧਰਤੀ ਤੇ ਪਈਆਂ ਬਹੁਤ ਉਜਾਰਾਂ ਸੀ, ਕੋਮਲ ਕਲੀਆਂ ਮਿਦ ਕੇ ਰੱਖੀਆਂ ਖੂਬ ਸਿਆੜਾਂ ਸੀ, ਕਾਲੀਆਂ ਬੋਲੀਆਂ ਰਾਤਾਂ ਹਰ ਇੱਕ ਦਿਨ ਉਦਾਸੀ ਦਾ, ਭੁੱਲਦਾ ਨਹੀਂ ਭੁਲਾਇਆ ਸਾਕਾ ਸਾਲ 84 ਦਾ, ਭੁੱਲਦਾ ਨਹੀਂ ਭੁਲਾਇਆ ਸਾਕਾ ਸਾਲ 84 ਦਾ। ਢੇਰੀ ਹੋ ਗਏ ਸਾਰੇ ਮਹਿਲ ਉਸਾਰੇ ਚਾਵਾਂ ਦੇ, ਰੱਖ ਬਣਾਏ ਬੱਚੇ ਅੱਖਾਂ ਸਾਵੇਂ ਮਾਵਾਂ ਦੇ, ਢੇਰੀ ਹੋ ਗਏ ਸਾਰੇ ਮਹਿਲ ਉਸਾਰੇ ਚਾਵਾਂ ਦੇ, ਰੱਖ ਬਣਾਏ ਬੱਚੇ ਅੱਖਾਂ ਸਾਵੇਂ ਮਾਵਾਂ ਦੇ, ਹਰਿਆ ਉੱਤੇ ਚੱਲਦੀ ਤਿੱਖੀ ਤੇਜ ਕਡਾਸੀ ਦਾ, ਭੁੱਲਦਾ ਨਹੀਂ ਭੁਲਾਇਆ ਸਾਕਾ ਸਾਲ 84 ਦਾ, ਉਲਦਾ ਨਹੀਂ ਭੁਲਾਇਆ ਸਾਕਾ ਸਾਲ 84 ਦਾ। ਬੇਦੋਸ਼ੇ ਸਿੱਖਾਂ ਦਾ ਕਤਲੇ ਆਮ ਗਿਆ ਕਰਿਆ, ਕੱਲੇ ਕੱਲੇ ਕਰਦਾ ਵੇੜਾ ਲੋਥਾਂ ਨਾ ਭਰਿਆ, ਬੇਦੋਸ਼ੇ ਸਿੰਘਾਂ ਦਾ ਕਤਲੇ ਆਮ ਗਿਆ ਕਰਿਆ, ਕੱਲੇ ਕੱਲੇ ਕਰਦਾ ਵੇੜਾ ਲੋਥਾਂ ਨਾ ਭਰਿਆ, ਨਿਰਦੋਸ਼ ਲਹੂ ਨੇ ਭਰ ਦਿੱਤਾ ਮੂੰਹ ਧਰਤ ਪਿਆਸੀ ਦਾ, ਭੁੱਲਦਾ ਨਹੀਂ ਭੁਲਾਇਆ ਸਾਕਾ ਸਾਲ 84 ਦਾ। ਬੇਵਸ ਹੋ ਕੇ ਮਾਰ ਦੁਹੱਥੜ ਮਾਵਾਂ ਰੋਈਆਂ ਸੀ, ਅੱਖਾਂ ਮੋਰੇ ਜਦ ਧੀਆਂ ਬੇਪੱਤਣ ਹੋਈਆਂ ਸੀ, ਬੇਵਸ ਹੋ ਕੇ ਮਾਰ ਦੁਹੱਥੜ ਮਾਵਾਂ ਰੋਈਆਂ ਸੀ, ਅੱਖਾਂ ਮੋਰੇ ਜਦ ਧੀਆਂ ਬੇਪੱਤਾਂ ਹੋਈਆਂ ਸੀ, ਮਾਸੂਮਾਂ ਦੇ ਚਿਹਰਿਆਂ ਉੱਤੋਂ ਉੱਡੀ ਹਾਸੀ ਦਾ, ਭੁੱਲਦਾ ਨਹੀਂ ਭੁਲਾਇਆ ਸਾਕਾ ਸਾਲ 84 ਦਾ। ਚਾਰ ਚਾਰ ਨੇ ਇੱਕ ਇੱਕ ਫੜ ਕੇ ਪੱਗਾਂ ਲਾਈਆਂ ਸੀ, ਵਿੱਚ ਗਲਾਂ ਦੇ ਪੈਰ ਫਸਾ ਕੇ ਅੱਗਾਂ ਲਾਈਆਂ ਸੀ, ਚਾਰ ਚਾਰ ਨੇ ਇੱਕ ਇੱਕ ਫੜ ਕੇ ਪੱਗਾਂ ਲਾਈਆਂ ਸੀ, ਵਿੱਚ ਗਲਾਂ ਦੇ ਟੈਰ ਫਸਾ ਕੇ ਅੱਗਾਂ ਲਾਈਆਂ ਸੀ। ਅੰਮ੍ਰਿਤ ਇਹ ਸੀ ਕੰਮ ਸਮੇਂ ਦੀ ਕੌਮ ਸਿਆਸੀ ਦਾ, ਅੰਮ੍ਰਿਤ ਇਹ ਸੀ ਕੰਮ ਸਮੇਂ ਦੀ ਕੌਮ ਸਿਆਸੀ ਦਾ, ਭੁੱਲਦਾ ਨਹੀਂ ਭੁਲਾਇਆ ਸਾਕਾ ਸਾਲ 84 ਦਾ, ਭੁੱਲਦਾ ਨਹੀਂ ਭੁਲਾਇਆ ਸਾਕਾ ਸਾਲ 84 ਦਾ, ਭੁੱਲਦਾ ਨਹੀਂ ਭੁਲਾਇਆ ਸਾਕਾ ਸਾਲ 84 ਦਾ। ਇੰਨੇ ਲਫ਼ਜ਼ ਦੇ ਨਾਲ ਕਿਵੇਂ ਦਾ ਚੱਜ ਗਿਆ ਜੀ? ਬਹੁਤ ਅੱਛਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਤੁਸੀਂ ਪੇਸ਼ ਕੀਤਾ ਸਾਕਾ 84 ਦਾ। ਇਹ ਕਦੀ ਵੀ ਧਰਨੇ ਸਾਰੀਆਂ ਹਮੇਸ਼ਾ ਤਾਜ਼ੇ ਜ਼ਖਮਾਂ ਵਾਂਗ ਆਪਣੇ ਰੱਖਦਾ ਰਹੂਗਾ ਸੀਨਿਆਂ ਦੇ ਵਿੱਚ।
ਤਕਰੀਬਨ ਜਿੰਨੇ ਕੁ ਆਪਾਂ ਇਸ ਵੇਲੇ ਬੈਠੇ ਦੇਖਿਆ ਅੱਖੀ ਦੇਖਿਆ ਸਾਰਾ ਕੁਝ ਬਿਲਕੁਲ ਜਗਿੰਦਰ ਸਿੰਘ ਮੁਕਤਾ ਜੀ ਤੁਸੀਂ ਆਪਣਾ ਮਾਇਕ ਆਨ ਕਰਕੇ ਤੇ ਆਪਣੀ ਰਚਨਾ ਸਾਂਝ ਪਾਓ ਤੇ ਉਸ ਤੋਂ ਬਾਅਦ ਮੰਗਤ ਰਾਮ ਜੀ ਤੁਸੀਂ ਆਪਣੀ ਰਚਨਾ ਹੋਣੀ ਤੱਕ ਤਿਆਰ ਰੱਖਾਂਗੇ ਠੀਕ ਹੈ ਹਾਂਜੀ ਆਡੀਓ ਆ ਜੀ ਜੀ ਹਾਂਜੀ ਹਾਂਜੀ ਆਡੀਓ ਜੀ ਅੱਛਾ ਜੀ ਆਪਣਾ ਫਰਜ ਪਛਾਣ ਉਹ ਬੰਦੇ ਆਪਣਾ ਫਰਜ ਪਛਾਣ ਆਪਣਾ ਮੂਲ ਪਛਾਣ ਉਹ ਬੰਦੇ ਆਪਣਾ ਫਰਜ ਪਛਾਣ ਕੀ ਚੰਗਾ ਤੇ ਕੀ ਹੈ ਮਾੜਾ ਮਾਰ ਨਜ਼ਰ ਬੇਬਾਨ ਆਪਣਾ ਫਰਜ ਪਛਾਣ ਉਹ ਬੰਦੇ ਆਪਣਾ ਫਰਜ ਪਛਾਣ ਨਾ ਪਰ ਕਿਸੇ ਦੇ ਰਾਹ ਵਿੱਚ ਰੋੜਾ ਤੂੰ ਵੀ ਹੈ ਇੱਕ ਰਾਹੀ ਹਾਰ ਨਾ ਹਿੰਮਤ ਵੱਧ ਮੰਜ਼ਿਲ ਵੱਲ ਤੂੰ ਹੈ ਬਹੁਤ ਫ੍ਰੀਜ਼ ਹੋ ਗਿਆ ਫਿਰ ਉਹਨਾਂ ਦਾ ਮਾਈਕ ਫ੍ਰੀਜ਼ ਹੋ ਜਾਂਦਾ ਕਿਸੇ ਵਜ੍ਹਾ ਕਰਕੇ ਸੈੱਲ ਫੋਨ ਤੇ ਹੈਗੇ ਆ ਨਾ ਮੇਰੇ ਕੋਲ ਦਰਸ਼ਨ ਡੁੱਬਦੇ ਜਿੱਥੇ ਵਿੱਚ ਪਿਆਲੀ ਨਿਤ ਪੀਣ ਦੇ ਆਦੀ ਨਰਕਾਂ ਦੀ ਅੱਗ ਵਰਗਾ ਜੀਵਨ ਤਨ ਤਨ ਦੀ ਬਰਬਾਦੀ ਬਦ ਫੈਲੀ ਪਦ ਮਸਤੀ ਬਣ ਕੇ ਬਦ ਫੈਲੀ ਪਦ ਮਸਤੀ ਬਣ ਕੇ ਮੇਟ ਨਾ ਗਏ ਮੁਸਕਾਨ ਆਪਣਾ ਫਰਜ ਪਛਾਣ ਉਹ ਬੰਦੇ ਆਪਣਾ ਫਰਜ ਪਛਾਣ ਈਖਾ ਦੀ ਅੱਗ ਅੰਦਰ ਸੜਦੇ ਪੰਡਤ ਮੁੱਲਾ ਪਾਈ ਈਖਾ ਦੀ ਅੱਗ ਅੰਦਰ ਸੜਦੇ ਪੰਡਤ ਮੁੱਲਾ ਪਾਈ ਕੋਹਾਂ ਦੂਰ ਮਨੁੱਖਤਾ ਤੋਂ ਜਿਸ ਮਾਨਵਤਾ ਪਾਈ ਮੂਲ ਪਛਾਣ ਚਾਹ ਜਾਣੇ ਮੂਲ ਪਛਾਣੇ ਤਾਂ ਐਵੇਂ ਖਾ ਤੂੰ ਨਸ਼ਾਨ ਆਪਣਾ ਫਰਜ ਪਛਾਣ ਉਹ ਬੰਦੇ ਆਪਣਾ ਫਰਜ ਪਛਾਣ ਮੈਂ ਉਤਾਰ ਮੁਹੱਬਤ ਵਾਲਾ ਪਾੜ ਦੂਈ ਦੇ ਵਰਕੇ ਮੈਂ ਉਸਾਰ ਮੁਹੱਬਤ ਵਾਲਾ ਪਾੜ ਦੂਈ ਦੇ ਵਰਕੇ ਸੁਖ ਸਿਰਜੇ ਵੰਡੇ ਮੁਸਕਾਨਾ ਵੇਖ ਮੁਹੱਬਤ ਕਰਕੇ ਸੁਖ ਸਿਰਜੇ ਵੰਡੇ ਮੁਸਕਾਨਾ ਵੇਖ ਮੁਹੱਬਤ ਕਰਕੇ ਦਿਲ ਜਿੱਤੀ ਦੇ ਨਾਲ ਮੁਹੱਬਤ ਵਸ ਹੋਵੇ ਭਗਵਾਨ ਆਪਣਾ ਫਰਜ ਪਛਾਣ ਉਹ ਬੰਦੇ ਆਪਣਾ ਮੂਲ ਪਛਾਣ ਜਿਸ ਮਾਂ ਗੋਦੀ ਲੈ ਕੇ ਸੌ ਸੌ ਲਾਜ ਲੜਾਏ ਅੱਜ ਲੋਕਾਂ ਰੁੱਖ ਬਦਲ ਗਿਆ ਹੈ ਪਾਲ ਪੋਸ ਕੇ ਗਰਮੀ ਸਰਦੀ ਤੈਨੂੰ ਨਿੱਕ ਪਚਾਏ ਪਾਲ ਪੋਸ ਕੇ ਗਰਮੀ ਸਰਦੀ ਤੈਨੂੰ ਨਿੱਕ ਪਚਾਏ ਬਿਦਮਾ ਪਿਆ ਰੋਟੀ ਬਦਲੇ ਬਿਦਮਾ ਪਿਆ ਰੋਟੀ ਬਦਲੇ ਰੁਕੇ ਨਾ ਮਰ ਜਾ ਆਪਣਾ ਫਰਜ ਪਛਾਣ ਉਹ ਬੰਦੇ ਆਪਣਾ ਫਰਜ ਪਛਾਣ ਸਦਨ
ਟੁੱਟ ਗਿਆ ਹੋਇਆ ਸ਼ਾਇਦ ਹਾਂ ਹਾਂਜੀ ਤੁਸੀਂ ਆਪਣੀ ਰਚਨਾ ਦੇ ਨਾਲ ਸਾਂਝ ਪਾਓ ਇਸ ਤੋਂ ਬਾਅਦ ਮਨਜੀਤ ਕੌਰ ਜੀ ਤੁਸੀਂ ਆਪਣਾ ਆਪਣੀ ਰਚਨਾ ਤਿਆਰ ਰੱਖਣਾ ਆਪਾਂ ਠੀਕ ਹੋਰ ਦਸਾਂ ਮਿੰਟਾਂ ਬਾਅਦ ਚੰਦ ਵਰਗ ਨਹੀਂ ਹਜ਼ਾਰ ਚੰਦਾਂ ਤੋਂ ਵੀ ਸੋਹਣਾ ਵੀਰ ਨਾਨਕੀ ਦਾ ਤੇ ਨਾਨਕੀ ਹੀ ਜਾਣਿਆ ਸੀ ਸਭ ਤੋਂ ਪਹਿਲਾਂ ਸਧਾਰਨ ਬਾਲਕ ਨਹੀਂ ਹੈ ਨਾਨਕ ਅਲੌਕਿਕ ਪ੍ਰਤਿਭਾ ਹੋਈ ਉਹਦੇ ਚਿਹਰੇ ਦਾ ਤੇਜ ਦੱਸ ਪਰ ਜਦ ਪਾਂਡੇ ਨੂੰ ਪੜ੍ਹਾ ਕੇ ਘਰ ਪਰਤਿਆ ਤਾਂ ਵਿਸ਼ਵਾਸ ਪੱਕਾ ਹੋਇਆ ਸੀ ਨਾਨਕੀ ਦਾ ਸਧਾਰਨ ਬਾਲਕ ਨਹੀਂ ਹੈ ਨਾਨਕ ਘਾਟੇ ਵਾਲੇ ਸੌਦੇ ਨੂੰ ਆਖਿਆ ਸੱਚਾ ਸੌਦਾ ਹੈਰਾਨ ਕਰ ਦਿੱਤਾ ਸਭ ਨੂੰ ਇਹ ਕਿਹੜਾ ਸੱਚ ਸੀ ਜੋ ਸਮਝ ਨਹੀਂ ਆਉਂਦਾ ਕਿਸੇ ਨੂੰ ਤੇ ਮੋਦੀ ਖਾਨੇ ਸਿਰ ਅਲਾਪਿਆ ਤੇਰਾਂ ਤੇਰਾਂ ਦਾ ਰਾਗ ਤਾਂ ਡਰ ਗਏ ਸਨ ਚਿੰਤਤ ਸਨ ਜੈ ਰਾਮ ਕਿਤੇ ਨਾਨਕ ਗਲਤੀ ਨਾ ਕੀਤੀ ਹੁੰਦੀ ਕੋਈ ਪਰ ਅਹਿਲ ਸੀ ਨਾਨਕੀ ਸਥਿਰ ਸੀ ਅਟਲ ਸੀ ਉਸਦਾ ਵਿਸ਼ਵਾਸ ਜਾਣਦੀ ਸੀ ਸੱਚਾ ਪਤਾ ਕਰਨ ਵਾਲਾ ਕਿਵੇਂ ਤੋਲ ਸਕਦਾ ਹੈ ਝੂਠ ਝੂਠ ਵੀਰ ਦੇ ਵਿਆਹ ਦਾ ਚਾਅ ਤੇ ਭੈਣ ਵਰਗਾ ਪਿਆਰ ਦਿੱਤਾ ਸੀ ਸੁਲੱਖਣੀ ਨੂੰ ਵਾਰੇ ਵਾਰੇ ਜਾਂਦੀ ਸੀ ਤੀਜਿਆਂ ਕੋਲ ਪਰ ਕੋਈ ਨਾ ਪੁੱਛਦਾ ਨਾਨਕ ਦੇ ਅੰਤਕਰਨ ਨੂੰ ਨਾ ਕੋਈ ਹਿੰਦੂ ਨਾ ਮੁਸਲਮਾਨ ਨਾਨਕ ਲਈ ਤਾਂ ਸਲਾਮਤ ਚਾਹੀਦਾ ਮਨੁੱਖ ਦਾ ਇਮਾਨ ਜਿਸ ਅੰਦਰ ਵੀ ਜਾਗ ਜਾਂਦਾ ਤੁੱਛ ਹੋ ਜਾਂਦੀਆਂ ਉਸ ਲਈ ਦੁਨੀਆਂ ਦੀਆਂ ਦੁਰਲੱਭ ਵਸਤਾਂ ਅਸਧਾਰਨ ਗੱਲਾਂ ਕਰ ਕਿਵੇਂ ਬਣਾ ਲੈਂਦਾ ਲੋਕਾਂ ਨੂੰ ਆਪਣਾ ਤੇ ਕਿਵੇਂ ਬਣ ਜਾਂਦਾ ਹੈ ਉਹਨਾਂ ਦਾ ਆਪਣਾ ਸਤਾ ਸੰਬੰਧੀ ਕਦੀ ਬਲੀ ਕੰਧਾਰੀ ਸੱਜਣ ਠੱਗ ਤੇ ਮਲਕ ਭਾਗੋ ਕਿਵੇਂ ਬਣ ਗਏ ਸਨ ਨਾਨਕ ਤੇ ਆਪਣੇ ਤਾਂ ਹੀ ਤਾਂ ਆਖਦੀ ਹੈ ਉਹ ਸਧਾਰਨ ਮਨੁੱਖ ਨਹੀਂ ਹੈ ਨਾਨਕ ਅਲੌਕਿਕ ਬਚਪਨ ਹੋਈ ਉਹਦੇ ਚਿਹਰੇ ਦਾ ਤੇਜ ਦੱਸਦਾ ਤੇ ਮੱਲੋ ਮੱਲੀ ਠਹਿਰ ਜਾਂਦੀ ਦਿਸਦੇ ਜਿੰਨੇ ਵੀ ਪ੍ਰੋਗਰਾਮ ਕੀਤੇ ਗਏ ਆ ਸਾਰੇ ਹੀ ਯੂਟਿਊਬ ਦੇ ਉੱਪਰ ਤੁਸੀਂ ਜਾ ਕੇ ਪੰਜਾਬੀ ਮੰਚ ਭਰ ਕੇ ਦੇਖ ਸਕਦੇ ਅੱਜ ਦਾ ਵੀ ਪੰਜਾਬੀ ਮੰਚ ਫੇਸਬੁੱਕ ਤੇ ਭਰ ਕੇ ਫੇਸਬੁੱਕ ਤੇ ਵੀ ਹੈ ਵੀਮੀਓ ਤੇ ਵੀ ਹੈ ਟਵਿਚ ਟੀਵੀ ਤੇ ਵੀ ਹੈ ਬਹੁਤ ਸਾਰੇ ਥਾਵਾਂ ਤੇ ਸਾਨੂੰ ਲਿੰਕ ਦੇ ਦਿਆਂਗੇ 15-16 ਥਾਵਾਂ ਤੇ ਲਾਈਵ ਬ੍ਰੌਡਕਾਸਟ ਜਾਂਦੀ ਹੈ ਇਸ ਵੇਲੇ ਸਾਡੇ ਟ੍ਰੇਨਿੰਗਸ ਲਈ ਅਸੀਂ ਲਾਈਵ ਜਿਹੜਾ ਯੂਟਿਊਬ ਤੇ ਚੱਲ ਰਿਹਾ ਫੇਸਬੁੱਕ ਤੇ ਵੀ ਐਮਾਜ਼ਨ ਤੇ ਵੀ ਟਵਿੱਟਰ ਤੇ ਵੀ ਚੱਲ ਰਿਹਾ ਹਾਂਜੀ ਤੇ ਗੁਜ਼ਾਰਿਸ਼ ਕਰਾਂਗੇ ਮਕੀ ਸੋਚ ਜੀ ਹੁਣ ਤੇ ਉਸ ਤੋਂ ਬਾਅਦ ਮੈਡਮ ਪਰਮਲਾ ਜੀ ਤੁਸੀਂ ਆਪਣੀ ਰਚਨਾ ਤਿਆਰ ਰੱਖਣਾ ਸੋ ਜੀ ਜੀ ਚਲ ਕੇ ਦਰਸ਼ਨ ਪਾਈਏ ਗੁਰਾਂ ਦੀ ਗੁਰਬਾਣੀ ਪੜ ਕੇ ਮੂੰਹ ਮੰਗਿਆ ਫਲ ਪਾਇਆ ਗੁਰੂਆਂ ਦੀ ਗੁਰਬਾਣੀ ਪੜ ਕੇ ਮੂੰਹ ਮੰਗਿਆ ਫਲ ਪਾਇਆ
ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਸਾਰੇ ਅਸੀਂ ਸੁਣਾਈਏ, ਆਓ ਗੁਰੂ ਗ੍ਰੰਥ ਸਾਹਿਬ ਦੇ ਚਰਚੇ ਤਸੀਂ ਨਦੀ। ਗੁਰੂ ਨਾਨਕ ਨੇ ਇਸ ਵਿੱਚ ਲਿਖਿਆ ਵੀ ਫ੍ਰੀਜ਼ ਹੋ ਗਿਆ। ਪਿਕਚਰ ਵੀ ਫ੍ਰੀਜ਼ ਹੋ ਗਈ ਹੈ ਤੇ ਮਾਈਕ ਵੀ ਫ੍ਰੀਜ਼ ਹੋ ਗਿਆ ਉਹਨਾਂ ਦਾ। ਇੱਧਰ ਵੀ ਮੌਸਮ ਕਾਫੀ ਖਰਾਬ ਹੋ ਗਿਆ ਵੀਰ ਜੀ। ਹਾਂ ਉਹੀ ਉਹੀ ਗੱਲ ਹੋ ਗਈ, ਉਹੀ ਰੀਜ਼ਨ ਹੈ। ਹਾਂਜੀ ਹਾਂਜੀ ਨਾਲੇ ਸੈੱਲ ਫੋਨ 'ਤੇ ਥੋੜ੍ਹੀ ਆ ਹੀ ਜਾਂਦੀ ਹੈ ਫਿਰ, ਕਿਉਂਕਿ ਉਹਦੀ ਇੰਨੀ ਸਟੇਬਿਲਿਟੀ ਨਹੀਂ ਹੁੰਦੀ ਨਾ ਗਰਾਊਂਡ ਲਾਈਨ। ਅੱਛਾ ਅੱਛਾ ਠੀਕ ਹੈ, ਚਲੋ ਫਿਰ ਮੈਡਮ ਜੀ ਨੂੰ ਅੱਗੇ ਟਾਈਮ ਦੇ ਦਿਓ। ਇਹਨਾਂ ਨੂੰ ਰਾਜ ਸੋਹਣ ਸਾਹਿਬ ਤੁਹਾਡੀ ਆਵਾਜ਼ ਆ ਨਹੀਂ ਰਹੀ, ਫ੍ਰਿਜ ਹੋ ਗਿਆ ਤੇ ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਸੀਂ ਮੈਕ ਤੁਹਾਡਾ ਬੰਦ ਹੋ ਗਿਆ। ਰਾਮਦਾਸ ਤੇ ਗੁਰੂ ਅਰਜਨ ਨੇ ਰਾਗਾਂ ਦੇ ਵਿੱਚ ਗਾਇਆ, ਹਰ ਕਿਵੇਂ ਗੁਰਾਂ ਨੇ ਇਹਨੂੰ ਹਿਰਦੇ ਵਿੱਚ ਵਸਾਇਆ, ਹਰ ਰਹਿ ਤੇ ਕ੍ਰਿਸ਼ਨ ਹਰ ਕ੍ਰਿਸ਼ਨ ਨੂੰ ਗੁਰੂ ਕਿਵੇਂ ਨਾ ਦੇਈਏ, ਔਰ ਗੁਰੂ ਗ੍ਰੰਥ ਸਾਹਿਬ ਦੇ ਚੱਲ ਕੇ ਦਰਸ਼ਨ ਕਰੀਏ। ਤੇ ਗੁਰੂ ਤੇਗ ਬਹਾਦਰ ਸਿੰਘ ਜੀ ਕਰਮਾਂ ਦੇ ਤਾਰੇ ਪਾਏ, ਉਹੀ ਗੱਲ ਹੈ, ਸਮੱਸਿਆ ਹੈਗੀ ਹੈ ਉੱਥੇ ਨੈਟਵਰਕ ਦੀ ਮੇਰੇ ਖਿਆਲ ਪ੍ਰੋਬਲਮ ਹੈ। ਸੇਮ ਥਿੰਗ ਨੈਟਵਰਕ ਦੀ ਪ੍ਰੋਬਲਮ ਹੈਗੀ ਆ ਮੇਰਾ ਖਿਆਲ ਖੰਗ ਜੀ, ਫਿਰ ਆਪਣੇ ਕੋਲ ਮਿੰਟ ਤਾਂ ਸੱਤ ਅੱਠ ਹੈਗੇ ਆ। ਬਿੰਦਰ ਜੀ ਤੁਹਾਡੇ ਨੈਟਵਰਕ ਦੀ ਪ੍ਰੋਬਲਮ ਚੱਲ ਰਹੀ ਹੈ ਤੇ ਅਸੀਂ ਹੁਣ ਪ੍ਰੋਗਰਾਮ ਅੱਗੇ ਵਧਾਉਂਦੇ ਹੈ। ਮੈਡਮ ਪਰਮਲਾ ਅਰੋੜਾ ਜੀ ਨੂੰ ਗੁਜ਼ਾਰਿਸ਼ ਕਰਾਂਗੇ ਆਪਣੀ ਰਚਨਾ ਦੇ ਨਾਲ, ਤੇ ਉਸ ਤੋਂ ਬਾਅਦ ਕਰਮੀਤ ਸਿੰਘ ਜੀ ਤੁਸੀਂ। ਹਾਂਜੀ ਮੈਂ ਜ਼ਿਆਦਾ ਸੋਸ਼ਲ ਕੌਜ਼ਿਸ ਦੇ ਲਿਖਦੀ ਹਾਂ ਤੇ ਮੈਨੂੰ ਬਾਬਾ ਜੀ ਉਹਨਾਂ 'ਚ ਯਾਦ ਆਉਂਦੇ ਆ ਜੀ। ਬਾਬਾ ਜੀ ਦਾ ਹਰ ਜਗ੍ਹਾ ਸੀ। ਹਾਂਜੀ ਹਾਂਜੀ, ਮਤਲਬ ਜਿਹੜੀਆਂ ਉਹਨਾਂ ਨੇ ਬਾਣੀ 'ਚ ਆਵਾਜ਼ਾਂ ਉਠਾਈਆਂ ਨੇ ਔਰਤਾਂ ਦੇ ਬਾਰੇ, ਖਾਸ ਤੌਰ ਤੇ ਸੋ ਕੇ ਮੰਦਾ ਆਖੇ ਜੰਮੇ ਰਾਜਾਂ, ਤੇ ਮੈਂ ਅੱਜ ਕੱਲ ਦੇ ਹਾਲਾਤ ਨੂੰ ਲੈ ਕੇ ਉਹਨਾਂ ਨੂੰ ਪੁਕਾਰ ਕੀਤੀ ਹੈ ਆਖਿਰ ਕਦੋਂ ਤੱਕ ਇਸ ਕਵਿਤਾ 'ਚ। ਜਦ ਕੋਈ ਨਾਜ਼ੁਕ ਅੱਧ ਖਿੜੀ ਕਲੀ ਮਸਲ ਕੇ ਪੱਤੀ ਪੱਤੀ ਕਰਕੇ ਬੇਜਾਨ ਸੁੱਟ ਦਿੱਤੀ ਜਾਂਦੀ ਹੈ, ਤਾਂ ਮਨੁੱਖਤਾ ਲਹੂ ਲਹਾਉਣ ਤੇ ਲੀਰੋ ਲੀਰ ਹੋ ਸਹਿਕ ਉੱਠਦੀ ਹੈ। ਨਾ ਜਾਣੇ ਕਿਉਂ ਨਾ ਜਾਣੇ ਕਿਉਂ ਮਨੁੱਖਤਾ ਦੀ ਜਨਮਦਾਤੀ ਹੁੰਦੀ ਹੈ ਸ਼ਿਕਾਰ, ਨਾ ਜਾਣੇ ਕਿਉਂ ਮਨੁੱਖਤਾ ਦੀ ਜਨਮਦਾਤੀ ਹੁੰਦੀ ਹੈ ਸ਼ਿਕਾਰ, ਮਨੁੱਖ ਦੀ ਦਾਨਵਤਾ ਦਾ ਤੇ ਕੁਚਲ ਦਿੱਤੀ ਜਾਂਦੀ ਹੈ ਕਦੇ ਜਨਮ ਤੋਂ ਪਹਿਲਾਂ, ਕਦੇ ਮਾਸੂਮ ਅਧਖਿੜੀ ਤੇ ਕਦੇ ਪਤਨੀ ਤੋਂ ਮਾਂ ਤੱਕ ਦੇ ਸਫ਼ਰ 'ਚ, ਤੇ ਕੁਚਲ ਜਾਂਦੀ ਹੈ ਕੁਚਲ ਦਿੱਤੀ ਜਾਂਦੀ ਹੈ ਕਦੇ ਜਨਮ ਤੋਂ ਪਹਿਲਾਂ। ਸਾਡੇ ਇੱਥੇ ਕੰਨਿਆ ਭਰੂਣ ਹੱਤਿਆ ਦੇ ਬਹੁਤ ਹੁੰਦੇ ਨੇ ਸਾਡੇ, ਕਦੇ ਮਾਸੂਮ ਅਧਖਿੜੀ ਤੇ ਕਦੇ ਪਤਨੀ ਤੋਂ ਮਾਂ ਤੱਕ ਦੇ ਸਫ਼ਰ 'ਚ। ਇਤਿਹਾਸ ਗਵਾਹ ਹੈ ਇੰਜ ਹੀ ਹੁੰਦਾ ਆਇਆ ਹੈ ਆਦਿ ਜੁਗਾਦ ਤੋਂ, ਥੋੜੀ ਦੇਰ ਫਿਰ ਸਭ ਖਾਮੋਸ਼, ਥੋੜੀ ਦੇਰ ਸ਼ੋਰ ਫਿਰ ਸਭ ਖਾਮੋਸ਼, ਕਾਨੂੰਨ ਤੇ ਕਾਨੂੰਨ ਦੇ ਰਾਖੇ
ਥੋੜੀ ਦੇਰ ਸ਼ੋਰ ਫਿਰ ਸਭ ਖਾਮੋਸ਼, ਕਾਨੂੰਨ ਤੇ ਕਾਨੂੰਨ ਦੇ ਰਾਖੇ ਮਨੁੱਖਤਾ ਦੇ ਪੈਰੋਕਾਰ ਵੀ। ਕਦ ਤੱਕ ਹੁੰਦਾ ਰਹੇਗਾ ਇਹ ਸਭ, ਬਹੁਤ ਯਾਦ ਆਉਂਦਾ ਹੈ ਬਾਬਾ ਨਾਨਕ, ਘਟਨਾਵਾਂ ਦੇਖ ਕੇ ਬਹੁਤ ਯਾਦ ਆਉਂਦਾ ਹੈ ਬਾਬਾ ਨਾਨਕ। ਬਾਬਾ ਨਾਨਕਾ ਤੂੰ ਹੀ ਵੰਗਾਰ, ਕੋਈ ਉੱਠੇ ਪੁਕਾਰ ਜੋ ਖਤਮ ਕਰੇ ਦਰੁੰਦਗੀ ਦਾ ਵਪਾਰ। ਬਾਬਾ ਨਾਨਕ ਤੂੰ ਹੀ ਵੰਗਾਰ, ਕੋਈ ਉੱਠੇ ਪੁਕਾਰ ਜੋ ਖਤਮ ਕਰੇ ਦਰਿੰਦਗੀ ਦਾ ਵਪਾਰ। ਕਦੋਂ ਤੱਕ ਸਹੇਗੀ ਮਾਸੂਮ ਕਲੀ ਇਹ ਵਹਿਸ਼ਤ, ਕਦੋਂ ਤੱਕ ਸਹੇਗੀ ਮਾਸੂਮ ਕਲੀ ਇਹ ਵਹਿਸ਼ਤ, ਆਖਿਰ ਕਦੋਂ ਤੱਕ, ਆਖਿਰ ਕਦੋਂ ਤੱਕ। ਤਕਰੀਬਨ ਹੋ ਰਿਹਾ ਵਾ ਹਾਂਜੀ, ਮੈਂ ਜੂਨ 84 ਤੇ ਇੱਕ ਛੋਟਾ ਜਿਹਾ ਗੀਤ ਹੈ ਜੀ, ਕੋਸ਼ਿਸ਼ ਕਰੂੰਗਾ ਯਾਤਰਾ ਵਿੱਚ ਬੋਲਣ ਦੀ। ਅੱਛਾ ਜੀ, ਮੀਨਾ ਜੂਨ 84 ਚੜਿਆ, ਸੰਤ ਸੀ ਹੱਕਾਂ ਦੇ ਲਈ ਲੜਿਆ, ਕਿਹਾ ਸੂਰ ਦੇ ਚੰਦਰਾ ਕਰਿਆ ਦਿੱਤੇ ਗੋਲੇ ਦਾਗ ਸੀ, ਅਕਾਲ ਤਖ਼ਤ ਚਰਣੀ ਕੀਤਾ ਰੋਵੇ ਤਰਦ ਪੰਜਾਬ ਦੀ, ਅਕਾਲ ਤਖ਼ਤ ਚਰਣੀ ਕੀਤਾ ਰੋਵੇ ਤਰਦ ਪੰਜਾਬ ਦੀ। ਗਈ ਸੰਗਤ ਮਤਾ ਟੇਕਣ, ਵਰਤੇ ਰੰਗ ਰੱਬ ਦੇ ਵੇਖਣ, ਗੋਲੀ ਮੀਂਹ ਦੇ ਵਾਂਗੂ ਆਈ ਲੱਗ ਗਈ ਸੀਨੇ ਪਾੜ ਦੀ, ਅਕਾਲ ਤਖ਼ਤ ਨੂੰ ਚਰਣੀ ਕੀਤਾ ਰੋਵੇ ਤਰਦ ਪੰਜਾਬ ਦੀ। ਛੋਟੇ ਬੱਚੇ ਅਬਲਾ ਮਾਵਾਂ, ਵਜੀਆਂ ਗੋਲੀਆਂ ਭਜੀਆਂ ਬਾਹਾਂ, ਪਿਆ ਦੁੱਧ ਛਾਤੀ ਤੇ ਚੁੰਗੇ, ਮਾਗੀ ਮਰ ਗਈ ਮਾਂ ਗੁਲਾਬ ਦੀ, ਅਕਾਲ ਤਖ਼ਤ ਨੂੰ ਸ਼ਰਣੀ ਕੀਤਾ ਰੋਵੇ ਤਰਤ ਪੰਜਾਬ ਦੀ। ਸਾਡੇ ਸਾਂਝੇ ਇਸ ਨੂੰ ਵੱਜੀ ਗੋਲੀ, ਸਭ ਦੀ ਹੋ ਗਈ ਕਿਸਮਤ ਹੌਲੀ, ਖਿਲਰੀਆਂ ਬੋਟੀਆਂ 400 ਬੇਰੇ, ਖੂਨ ਦੀ ਵਗਦੀ ਧਾਰ ਦੀ, ਅਕਾਲ ਤਖ਼ਤ ਨੂੰ ਸ਼ਰਣੀ ਕੀਤਾ ਰੋਵੇ ਤਰਤ ਪੰਜਾਬ ਦੀ, ਅਕਾਲ ਤਖ਼ਤ ਨੂੰ ਸ਼ਰਣੀ ਕੀਤਾ ਰੋਵੇ ਤਰਤ ਪੰਜਾਬ ਦੀ। ਧੰਨਵਾਦ ਜੀ, ਥੈਂਕ ਯੂ ਧੰਨਵਾਦ। ਹਾਂਜੀ, ਤੇ ਹੋਰ ਕਿਸੇ ਨੂੰ ਬਸ ਹੁਣ ਟਾਈਮ ਤਾਂ ਨੀ ਦੇਣਾ, ਹੋ ਗਿਆ ਆਪਣਾ। ਅੱਛਾ, ਉਹਨਾਂ ਨੇ ਨੀ ਸੁਣਾਉਣੀ? ਬਸ ਚਲੋ ਠੀਕ ਹੈ ਫਿਰ, ਚਲੋ ਮੈਂ ਵੀ ਐਤਕੀ ਰਹਿਣ ਦਿੰਦਾ, ਅਗਲੀ ਵਾਰੀ ਸੁਣਾ ਲੂੰਗਾ, ਆਪਣਾ ਟਾਈਮ ਵੀ ਹੋ ਗਿਆ, ਮੀਟਿੰਗ 'ਤੇ ਜਾਣਾ ਸੀ। ਆਏ ਸਾਰੇ ਸੱਜਣਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ, ਖਾਸ ਕਰਕੇ ਜਿਹੜੇ ਨਵੇਂ ਸੱਜਣ ਸਾਡੇ ਨਾਲ ਜੁੜਦੇ ਨੇ ਹਰ ਵਾਰੀ, ਉਹਨਾਂ ਨੂੰ ਦੇਖ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਪੁਰਾਣੇ ਆ ਉਹਨਾਂ ਦੀ ਇੰਪੋਰਟੈਂਸ ਘੱਟ ਹੈ, ਉਹਨਾਂ ਦੀ ਇੰਪੋਰਟੈਂਸ ਤਾਂ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਨਾ, ਕਿਉਂਕਿ ਉਹ ਤਾਂ ਸਾਡੇ ਪੱਕੇ ਹੀ ਸਾਥੀ ਆ, ਪਰ ਨਵਿਆਂ ਨੂੰ ਦੇਖ ਕੇ ਵੀ ਸਾਨੂੰ ਬੜਾ ਚਾਅ ਚੜ੍ਹਦਾ। ਇਸੇ ਤਰ੍ਹਾਂ ਮਤਲਬ ਕੋਸ਼ਿਸ਼ ਕਰਦੇ ਰਿਹਾ ਕਿ ਤੁਸੀਂ ਵੇਲੇ ਕੁ ਵੇਲੇ ਹਾਜ਼ਰੀ ਲਾਉਣ ਦੀ, ਅਤੇ ਅਸੀਂ ਵੀ ਤੁਹਾਨੂੰ ਸੱਦਾ ਪੱਤਰ ਭੇਜਦੇ ਰਹਿਣਾ। ਅਤੇ ਬਾਕੀ ਜਿੱਥੋਂ ਤੱਕ ਸਾਡੇ ਪ੍ਰੋਗਰਾਮਾਂ ਦਾ ਸਵਾਲ ਹੈ, ਅਸੀਂ ਪ੍ਰੋਗਰਾਮ ਬਦਲ ਬਦਲ ਕੇ ਕਰਦੇ ਹਾਂ, ਅਗਲੇ ਹਫ਼ਤੇ ਕਵੀ ਦਰਬਾਰ ਨਹੀਂ ਹੋਣਾ, ਕੋਈ ਵੱਖਰਾ ਪ੍ਰੋਗਰਾਮ ਹੋਏਗਾ ਜਿਹਦਾ ਅਸੀਂ ਤੁਹਾਨੂੰ ਸੋਮਵਾਰ ਤੱਕ ਦੱਸ ਦਿਆਂਗੇ ਕਿ ਅਗਲੇ ਹਫ਼ਤੇ ਅਸੀਂ ਕੀ ਕਰ ਰਹੇ ਹਾਂ। ਉਸ ਤੋਂ ਅਗਲੇ ਹਫ਼ਤੇ ਫਿਰ ਕਵੀ ਦਰਬਾਰ ਹੋਣਾ, ਇੱਕ ਹਫ਼ਤਾ ਛੱਡ ਕੇ ਅਸੀਂ ਕਰਦੇ ਹਾਂ। ਸੋ ਹੁਣ ਮੈਂ ਸਾਰੇ ਸੱਜਣਾਂ ਦਾ ਤਹਿ ਦਿਲੋਂ ਇੱਕ ਵਾਰੀ ਫਿਰ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ, ਅਤੇ ਅਗਲੇ ਹਫ਼ਤੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਆਗਿਆ ਦਿਓ, ਧੰਨਵਾਦ, ਸ਼ੁਕਰੀਆ, ਫਿਰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ, ਥੈਂਕ ਯੂ।